ਬੁਝਾਵਾਂ ਸਾਡੇ ਨਾਲੋਂ ਵੱਧ ਕਿਉਂ ਨੇ? ਅਜੇ ਬਹੁਤ ਅਧੂਰੇ ਹੋ। ਮੈਂ ਤੁਹਾਨੂੰ ਪਹਿਲੇ ਕਿਹਾ ਕਲਾਕਾਰ ਆਊਗਾ ਗਾ ਕੇ ਚਲਾ ਜਾਊਗਾ। ਕੱਲੀ ਕੱਲੀ ਚੀਜ਼ ਸਮਝਾ ਕੇ ਜਾਣ ਦਾ ਮੇਰਾ ਫਰਜ਼ ਹੈ, ਕੱਲੀ ਕੱਲੀ ਚੀਜ਼ ਦਾ। ਆ ਜਾਓ, ਜਿਹਨੇ ਜਿਹਨੇ ਮਾਂ ਨੂੰ ਦੇਖਣਾ ਇੱਕ ਵਾਰੀ ਹੱਥ ਖੜੇ ਕਰੋ। ਜਿਹਨੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ, ਜੈ ਮਾਤਾ ਦੀ। ਜਿਹਨੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ, ਜਿਹਨੇ ਮਾਂ ਦਾ ਦਰਸ਼ਨ ਪਾਉਣਾ, ਜਿਹਨੇ ਮਾਂ ਦਾ ਦਰਸ਼ਨ, ਜਿਹਨੇ ਮਾਂ ਦਾ ਦਰਸ਼ਨ ਪਾਉਣਾ ਤੇ ਬੋਲੋ ਜੈ ਮਾਤਾ ਦੀ, ਜਿਹਨੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ, ਜਿਹਨੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ, ਜਿਹਨੇ ਮਾਂ ਦਾ ਦਰਸ਼ਨ ਪਾਉਣਾ, ਜਿਹਨੇ ਮਾਂ ਦਾ ਦਰਸ਼ਨ, ਜਿਹਨੇ ਮਾਂ ਦਾ ਦਰਸ਼ਨ ਪਾਉਣਾ ਤੇ ਬੋਲੋ ਜੈ ਮਾਤਾ ਦੀ, ਜੇ ਜੀਵਨ ਸਫਲ ਬੋਲੋ ਜੈ ਮਾਤਾ ਦੀ, ਜੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ। ਲਿਖਣ ਵਾਲੇ ਨੇ ਬੜੀ ਖੂਬੀ ਦੇਖਿਆ, ਸਮਝਣ ਦੇ ਵਿੱਚ ਕਿਤਨੇ ਕਿਤੇ ਦੇਰੀ ਹੋ ਰਹੀ ਹੈ। ਲੋਕ ਕਹਿੰਦੇ ਆ ਬਾਬੇ, ਲੋਕ ਕਹਿੰਦੇ ਆ ਪੈਸਾ ਕਮਾਓ ਬੁਰੇ ਵਕਤ ਮੇਂ ਕਾਮ ਆਏਗਾ। ਲੋਕ ਕਹਿੰਦੇ ਹੈ ਕਿ ਪੈਸਾ ਕਮਾਈਏਗਾ ਬੁਰੇ ਵਕਤ ਮੇਂ ਕਾਮ ਆਏਗਾ। ਮੈਂ ਕਹਿਤਾ ਹੂੰ ਮਾਂ ਕੋ ਮਨਾਓ ਬੁਰਾ ਵਕਤ ਹੀ ਨਹੀਂ ਆਏਗਾ, ਮਾਂ ਕੋ ਮਨਾਓ ਬੁਰਾ ਵਕਤ ਹੀ ਨਹੀਂ ਆਏਗਾ। ਇਹ ਤਾਂ ਕਿਹਾ ਇਹ ਦੁੱਖਾਂ ਦੀ ਦਵਾਈ ਇਹੋ ਸੁੱਖਾਂ ਦਾ ਭੰਡਾਰ, ਇਹ ਦੁੱਖਾਂ ਦੀ ਦਵਾਈ ਇਹੋ ਸੁੱਖਾਂ ਦਾ ਭੰਡਾਰ, ਸੁੱਖਾਂ ਦਾ ਭੰਡਾਰ, ਸੁੱਖਾਂ ਦਾ ਭੰਡਾਰ। ਤੇਰੇ ਦਰ ਤੇ ਮੈਨੂੰ ਮੰਗਣਾ ਨਹੀਂ ਆਉਂਦਾ ਮਾਂ, ਦਰ ਤੇ ਮੰਗਣਾ ਨਹੀਂ ਆਉਂਦਾ ਆਪੇ ਖੈਰ ਪਾ ਦੇਵੇ ਤੇਰੀ ਮਿਹਰਬਾਨੀ, ਸਾਨੂੰ ਡੁੱਬਦਿਆਂ ਨੂੰ ਤਰਨਾ ਨਹੀਂ ਆਉਂਦਾ ਆਪੇ ਪਾਰ ਕਰ ਦੇਵੇ ਤੇਰੀ ਮਿਹਰਬਾਨੀ, ਸਾਨੂੰ ਮਾੜਿਆਂ ਨੂੰ ਤੇਰੇ ਕੋਲੋਂ ਕੁਝ ਦੱਸਣਾ ਤੇ ਹੱਸਣਾ ਨਹੀਂ ਆਉਂਦਾ ਜੇ ਤੂੰ ਹੱਸਾ ਦੇਵੇ ਤੇਰੀ ਮਿਹਰਬਾਨੀ, ਇਹ ਦੁੱਖਾਂ ਦੀ ਦਵਾਈ ਇਹੋ ਸੁੱਖਾਂ ਦਾ ਭੰਡਾਰ, ਆਨੰਦ ਆ ਰਿਹਾ। ਬੰਦੇ ਚਾਰ ਬੈਠੇ ਹੋਣ ਮੈਨੂੰ ਕੋਈ ਫਰਕ ਨਹੀਂ ਪੈਂਦਾ, ਬੰਦੇ ਹਜ਼ਾਰ ਬੈਠੇ ਹੋਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ?
ਅਸੀਂ ਤੇ ਮਾਂ ਨੂੰ ਮਨਾਉਣਾ, ਤੁਸੀਂ ਵੀ ਮਾਂ ਨੂੰ ਮਨਾਉਣ ਆਇਓ। ਕਲਾਕਾਰ ਦੀ ਗੱਲਾਂ ਤੇ ਯਕੀਨ ਨਾ ਕਰਿਓ, ਆਪਣੇ ਅੰਦਰ ਦਾ ਦਰਵਾਜ਼ਾ ਖੋਲੋ, ਆਪੇ ਹੀ ਪਤਾ ਲੱਗ ਜੂਗਾ ਵੀ ਇਹ ਤੇ ਸਾਡੇ ਫਰਕ ਹੀ ਹੈ। ਤੁਸੀਂ ਇੱਕ ਆਪਣੇ ਦਿਮਾਗ ਦੇ ਵਿੱਚ ਗੱਲ ਜ਼ਰੂਰ ਸੋਚਿਓ ਕਿ ਮਾਂ ਨੇ ਅਵਤਾਰ ਦੁਨੀਆਂ 'ਤੇ ਲਿਆ ਕਿਉਂ, ਕੀ ਉਹਦੀ ਮਜਬੂਰੀ ਹੈ? ਹੱਥ ਖੜਾ ਕਰਕੇ ਦੱਸੋ ਉਹਦੀ ਮਜਬੂਰੀ ਹੈ, ਜੇ ਨਹੀਂ ਤਾਂ ਹੱਥ ਖੜਾ ਕਰੋ। ਮਾਂ ਦੀ ਕੋਈ ਮਜਬੂਰੀ ਨਹੀਂ, ਪਰ ਮਾਂ ਦੀ ਮਹਾਂ ਮਜਬੂਰੀ ਹੈ। ਮਾਂ ਦੀ ਮਜਬੂਰੀ ਨਹੀਂ, ਮਾਂ ਮਹਾਂ ਮਜਬੂਰੀ ਹੈ। ਜੇ ਦੁਨੀਆਂ 'ਤੇ ਮਾਂ ਹੀ ਨਾ ਹੋਊਗੀ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਕੌਣ ਕਰੂਗਾ? ਮੰਨਦੇ ਹੋ? ਮਾਂ ਦਾ ਦੇਣਾ ਇੱਕ ਇਹ ਮਾਂ ਇੱਕ ਉਹ ਮਾਂ, ਨਾ ਇਹਦਾ ਦੇਣਾ ਕੋਈ ਦੇ ਸਕਦਾ ਨਾ ਉਹਦਾ ਕੋਈ ਦੇ ਸਕਦਾ, ਇਹ ਹਕੀਕਤ ਹੈ। ਅੱਜ ਦੇ ਨੌਜਵਾਨਾਂ ਨੂੰ, ਅੱਜ ਦੇ ਇਹਨਾਂ ਧੀਆਂ ਨੂੰ ਇਸ ਮਾਂ ਦੇ ਦਰਬਾਰ 'ਚ, ਕਿਉਂਕਿ ਜੇ ਗੱਲ ਅਸੀਂ ਮਾਂ ਦੇ ਦਰਬਾਰ 'ਚ ਨਹੀਂ ਕਵਾਂਗੇ ਬਾਬਾ ਜੀ, ਫਿਰ ਕਿੱਥੇ ਕਹਿਣ ਵਾਲੀ ਗੱਲ ਵੀ ਰਹੇਗੀ। ਜਿਹੜੀ ਧੀ, ਜਿਹੜੀ ਧੀ ਇੱਕ ਟੁੱਚੂ ਜਿਹੇ ਇਨਸਾਨ ਪਿੱਛੇ ਲੱਗ ਕੇ ਆਪਣੇ 20-22 ਸਾਲ ਦੇ ਮਾਂ ਦਾ ਪਿਆਰ ਭੁੱਲ ਜਾਵੇ, ਮਾਂ ਪਿਓ ਦੀ ਪਾਲਣ ਪੋਸ਼ਣ ਭੁੱਲ ਜਾਵੇ, ਉਹ ਧੀ ਨਹੀਂ ਉਹ ਬਦਕਾਰ ਹੁੰਦੀ ਹੈ। ਇੱਥੇ ਵੀ ਢੋਈ ਨਹੀਂ ਤੇ ਉੱਥੇ ਵੀ ਢੋਈ ਨਹੀਂ ਹੋਵੇ, ਉਹਨੂੰ ਇੱਥੇ ਵੀ ਢੋਈ ਨਹੀਂ ਉੱਥੇ ਵੀ ਢੋਈ। ਅਤੇ ਜਿਹੜਾ ਪੁੱਤ ਆਪਣੇ ਮਾਂ ਪਿਓ ਦੀ ਇੱਜ਼ਤ ਕਰਨਾ ਛੱਡ ਦੇਵੇ, ਉਹ ਪੁੱਤੜੀ ਕਪੁੱਤ ਹੋ ਜਾਂਦਾ, ਨਾ ਇੱਥੇ ਢੋਈ ਨਾ ਉੱਥੇ ਢੋਈ, ਨਾ ਇਹਨੇ ਬਖਸ਼ਣਾ ਨਾ ਇਸ ਮਾਂ ਨੇ ਬਖਸ਼ਣਾ, ਇਹ ਦੇਣਾ ਦੇਣਾ ਪਊਗਾ ਬਾਬਾ ਜੀ, ਚਾਹੇ ਇੱਥੇ ਜਾਂ ਉੱਥੇ। ਆ ਜਾਓ ਮਨਾ ਲਈਏ ਮਾਂ ਨੂੰ ਸਾਰੇ ਹੱਥ ਜੋੜ ਕੇ, ਇਹ ਦੁੱਖਾਂ ਦੀ ਦਵਾਈ ਇਹੋ ਸੁੱਖਾਂ ਦਾ ਭੰਡਾਰੇ। ਸਾਰੇ ਬੋਲੋ, ਜਰਾ ਰਲ ਕੇ ਬੋਲੋ, ਜਰਾ ਉੱਚੀ ਬੋਲੋ, ਉਹ ਪਿਛਲੇ ਵੀ ਬੋਲੋ। ਜੇ ਜ਼ਿੰਦਗੀ ਦਾ ਸਫ਼ਰ ਸਿੱਖਣਾ ਨਾ, ਜਿਹੜੇ ਪਿੱਛੇ ਬੈਠੇ ਉਹਨਾਂ ਨੂੰ ਪੁੱਛੋ, ਜਿਹੜੇ ਸਕੂਲਾਂ 'ਚ ਪੜ੍ਹੇ ਆ। ਇਹ ਬਹੁਤ ਵੱਡੇ ਸਾਇੰਟਿਸਟ ਨੇ ਇੱਕ ਗੱਲ ਕਹੀ ਹੈ, ਕਹਿੰਦੇ ਜੋ ਸਕੂਲ ਕੀ ਪਿਛਲੀ ਬੈਂਚ ਪਰ ਬੈਠਦੇ ਹੈ ਉਹ ਦੇਸ਼ ਕਾ ਭਵਿਸ਼ਯ ਹੋਤੇ ਹੈ। ਉਹ ਉਹਨਾਂ ਨੇ ਦੇਸ਼ ਚਲਾਇਆ ਬਾਬਾ ਜੀ, ਉਹਨਾਂ ਨੇ ਦੁਨੀਆ ਚਲਾਈ ਜਿਹੜੇ ਪਿੱਛੇ ਬੈਠੇ ਆ। ਜਿਹਨਾਂ ਦੀ ਤਾੜੀ 'ਚ ਵੀ ਥੋੜ੍ਹਾ ਕੁ ਘੱਟ ਸ਼ੁਰੂਤੀ ਰਹਿ ਗਈ, ਉਹਨਾਂ ਨੇ ਦੁਨੀਆ ਚਲਾਈ ਹੈ ਬਾਬਾ ਜੀ। ਉਹਨਾਂ ਨੂੰ ਪੁੱਛੋ, ਦੁਨੀਆ ਜਿੱਤ ਕੇ ਆ ਕੇ ਬੈਠੇ ਆ, ਉਹ ਦੁਨੀਆ ਜਿੱਤ ਕੇ ਬੈਠੇ ਆ। ਜਿਹੜੇ ਬਜ਼ੁਰਗ ਹੁੰਦੇ ਆ ਦੁਨੀਆ ਜਿੱਤ ਕੇ ਬੈਠਦੇ ਆ, ਆਪਣੀ ਉਮਰ ਗਵਾ ਕੇ। ਸਭ ਤੋਂ ਕੀਮਤੀ ਕੀਮਤੀ ਚੀਜ਼ ਇਹ ਦੇਹੀ ਇਹ ਸਰੀਰ ਗਵਾ ਕੇ ਬਾਬਾ ਜੀ ਉਹਨਾਂ ਨੇ ਸਫ਼ਰ ਤੈਅ ਕੀਤਾ ਹੈ। ਉਹਨਾਂ ਨੂੰ ਪੁੱਛੋ ਵੀ ਰੱਬ ਅਤੇ ਬੰਦੇ ਦੇ ਵਿੱਚ ਫਰਕ ਕਿੰਨਾ ਹੈ, ਤੁਹਾਡੇ 'ਚੋਂ ਕੌਣ ਕੌਣ ਮੰਨਦਾ ਕਿ ਰੱਬ ਹੈਗਾ, ਹੱਥ ਖੜੇ ਕਰੋ। ਅਤੇ ਜਿਹੜੇ ਨਹੀਂ ਮੰਨਦੇ ਰੱਬ ਨਹੀਂ ਆ, ਉਹ ਹੱਥ ਖੜੇ ਕਰੋ, ਆ ਕਹਿੰਦਾ ਨਹੀਂ ਹੈਗਾ, ਇਹ ਸੱਚਾ ਹੈ। ਇਹ ਸੱਚਾ ਬਾਈ, ਇਹ ਕਹਿ ਰਿਹਾ ਰੱਬ ਨਹੀਂ ਹੁੰਦਾ, ਪਤਾ ਕਿਉਂ? ਇਹ ਖੁਦ ਰੱਬ ਹੈ, ਬੱਚਾ ਰੱਬ ਦਾ ਰੂਪ ਹੈ। ਨਾ ਇਹਨੂੰ ਕਿਸੇ ਦੀ ਜਾਤੀ ਨਾਲ, ਕਿਸੇ ਪਾਰਟੀ ਨਾਲ, ਕਿਸੇ ਦੀ ਊਚ ਨੀਚ ਨਾਲ ਇਹਨੂੰ ਕੋਈ ਲੈਣਾ ਦੇਣਾ ਨਹੀਂ, ਇਹ ਖੁਦ ਰੱਬ ਹੈ, ਇਹ ਖੁਦ ਰੱਬ। ਜੇ ਰੱਬ ਨਹੀਂ ਉਹਦਾ ਜ਼ਿਕਰ ਕਿਉਂ, ਜੇ ਰੱਬ ਨਹੀਂ ਉਹਦਾ ਜ਼ਿਕਰ ਕਿਉਂ, ਜੇ ਰੱਬ ਹੈਗਾ ਫਿਰ ਰੱਬ ਦੇ ਬੰਦਿਆਂ ਫਿਕਰ ਕਿਉਂ, ਫਿਰ ਫਿਕਰ ਨਹੀਂ ਕਰਨੀ, ਫਿਰ ਆਪੇ ਹੀ ਬੇੜੇ ਪਾਰ ਹੋਣਗੇ। ਇਹ ਦੁੱਖਾਂ ਦੀ ਦਵਾਈ ਇਹੋ ਸੁੱਖਾਂ ਦਾ ਭੰਡਾਰੇ।
ਜੇ ਵਾਂਗ ਕਾਸ਼ੀ ਦੇ ਗਾਉਣਾ ਤੇ ਬੋਲੋ ਜੈ ਮਾਤਾ ਦੀ, ਜੇ ਵਾਂਗ ਸਿਕੰਦਰ ਗਾਉਣਾ ਤੇ ਬੋਲੋ ਜੈ ਮਾਤਾ ਦੀ, ਜਿਹਨੇ ਮਾਂ ਦਾ ਦਰਸ਼ਨ ਪਾਉਣਾ, ਜਿਹਨੇ ਮਾਂ ਦਾ ਦਰਸ਼ਨ, ਮਾਂ ਦਾ ਦਰਸ਼ਨ ਪਾਉਣਾ ਤੇ ਬੋਲੋ ਜੈ ਮਾਤਾ ਦੀ, ਜੇ ਜੀਵਨ ਸਫਲ ਬਣਾਉਣਾ ਤੇ ਬੋਲੋ, ਜੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ, ਜਰਾ ਪਿਆਰ ਸੇ ਬੋਲੋ, ਜਰਾ ਰਲ ਕੇ ਬੋਲੋ, ਜਰਾ ਉੱਚੀ ਬੋਲੋ, ਆ ਮਿਲ ਕੇ ਬੋਲੋ, ਜਰਾ ਹੱਸ ਕੇ ਬੋਲੋ, ਜਰਾ ਰਲ ਕੇ ਬੋਲੋ, ਜਰਾ ਪਿਛਲੇ ਵੀ ਬੋਲੋ, ਮੈਂ ਕਿਹਾ ਤੁਸੀਂ ਵੀ ਬੋਲੋ, ਆ ਜੋ ਸਾਰੇ ਬੋਲੋ, ਮਾਂ ਸ਼ੇਰਾਂ ਵਾਲੀ ਦਾ ਬੋਲੀਏ ਸਾਚੇ ਦਰਬਾਰ ਕੀ, ਬੋਲੀਏ ਸਾਚੇ ਦਰਬਾਰ ਕੀ, ਮੈਂ ਨੀ ਮੈਂ ਮੈਨੂੰ, 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 ਜਿਹਨਾਂ ਜਿਹਨਾਂ ਨੂੰ ਮਾਂ ਦੇ ਨਾਲ ਪਿਆਰ ਹੋਇਆ ਨਾਲ ਨਾਲ ਗਾਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜੇ ਅੱਜ ਮਾਂ ਦੇ ਦੀਦਾਰ ਨਾ ਹੋਏ ਤੇ ਭਲਾ 4 ਵਜੇ ਤੱਕ ਗਾਉਣਾ ਪਵੇ, ਜ਼ਰੂਰ ਗਾ ਕੇ ਜਾਊ, ਚਾਹੇ ਸਾਨੂੰ 18 ਤਰੀਕ ਤੱਕ ਕਿਉਂ ਨਾ ਗਾਉਣਾ ਪਵੇ। ਅਸੀਂ ਸਲੀਮ ਭੱਜ ਨੂੰ ਕਹਿ ਦਾਂਗੇ ਵੀ ਸਾਡੀ ਜਦਾਈ ਲੱਗੀ ਹੈ ਵੀ ਵੇਖਣ ਲਈ, ਉਹਨੇ ਦੇਖਣਾ ਕਿਵੇਂ ਹੈ। ਜਿਨਕੀ ਮਹਿਫਲ ਹੋਤੀ ਉਹ ਮਹਿਫਲ ਮੇਂ ਜ਼ਰੂਰ ਆਤੇ ਹੈ, ਮਹਿਬੂਬ ਕੀ ਮਹਿਫਲ ਕੋ ਮਹਿਬੂਬ ਸਜਾਤੇ ਹੈ। ਜਬ ਵੋ ਆਏਂਗੇ, ਜਬ ਵੋ ਆਏਂਗੇ ਸਭ ਉਨਕੀ ਤਰਫ ਦੇਖੇਂਗੇ, ਦੇਖਣਾ ਯੇ ਹੈ ਕਿ ਵੋ ਕਿਨਕੀ ਤਰਫ ਦੇਖੇਂਗੇ। ਜਦੋਂ ਉਹਨਾਂ ਨੇ ਆਉਣਾ ਤੁਹਾਨੂੰ ਪਤਾ ਨਹੀਂ ਲੱਗਣਾ ਕਦੋਂ ਆ ਗਏ, ਆਪਣੀ ਅੱਖ ਨਾ ਚਮਕਾਇਓ, ਐਂ ਰੱਖਿਓ ਖੋਲ ਕੇ। ਜਦੋਂ ਠੰਡੀਆਂ ਹਵਾਵਾਂ ਆਈਆਂ ਨਾ ਤੇ ਮਾਈ ਨੇ ਆ ਜਾਣਾ, ਉਹ ਹੈ ਇੱਥੇ ਹੀ ਪਰ ਉਹਨੇ ਸਾਨੂੰ ਪ੍ਰਤੱਖ ਵੀ ਦੇਣਾ ਹੈ। ਆ ਜਾਓ, ਜਿੰਨਾ ਇਸ਼ਕ ਮਈਆ ਦੇ ਨਾਲ ਕੀਤਾ ਡੁੱਬਦੇ ਨਹੀਂ ਉਤਰ ਜਾਣੇ, ਜਿੰਨਾ ਤੇ ਮਿਹਰਬਾਨ ਮੇਰੀ ਮਾਂ ਹੋਈ, ਉਹ ਜਿਉਂਦੇ ਨੇ ਨਾ ਮਰਦੇ ਨੇ, ਇਹਨਾਂ ਆਸ਼ਕਾਂ ਨੇ ਦੁਨੀਆਂ ਤੋਂ ਕੀ ਲੈਣਾ, ਇਹ ਆਸ਼ਕ ਰਾਜੀ ਮਾਂ ਨੂੰ ਕਰ ਗਏ ਨੇ। ਪਿਆਰ ਕਾਹਦਾ ਨੀਮਾ ਏ, ਪਿਆਰ ਕਾਹਦਾ ਨੀਮਾ ਏ, ਅਰਸ਼ੋਂ ਪਾਰ ਹੋ ਗਿਆ, ਮੈਂ ਨੀ ਮੈਂ ਮੈਨੂੰ ਅਰਸ਼ੋਂ ਪਾਰ ਹੋ ਗਿਆ, ਮੈਂ ਮੈਨੂੰ
ਪਿਆਰ ਹੋ ਗਿਆ ਬਾਬਿਓ। ਸੱਚ ਜਾਣਿਓ ਇਸ ਵੇਲੇ ਨਾ ਕਿਸੇ ਦਾ ਮੁੰਡਾ ਹੈ ਤੇ ਨਾ ਕਿਸੇ ਦਾ ਪੁੱਤ ਹੈ ਨਾ ਕੁਛ ਹੈ। ਇਹਨੂੰ ਮਾਂ ਨੇ ਪਹਿਲੇ ਭੇਜਤਾ, ਹੁਣ ਮਾਂ ਨੇ ਆਉਣਾ, ਯਾਦ ਰੱਖਿਓ। ਉਹ ਆਈ ਲੈ, ਉਹਨੂੰ ਆਉਣਾ ਪੈਣਾ ਬਾਬਾ ਜੀ, ਆਊਗੀ ਕਿਉਂ ਨਹੀਂ। ਆਹ ਦੇਖੋ ਇਹ ਹੱਥ ਐ ਨਹੀਂ ਜੁੜ ਰਹੇ। ਜਿੰਨਾ ਵੀ ਸੁਣਿਆ ਆਉਂਦੇ ਬਾਰੇ ਚੰਗਾ ਲੋਕ ਨੇ ਕਹਿੰਦੇ, ਚੰਗਾ ਲੋਕ ਨੇ ਕਹਿੰਦੇ, ਲੱਭਦੇ ਫਿਰਦੇ ਬਾਹਰ ਜਿਨ੍ਹਾਂ ਨੂੰ, ਇਹ ਲੱਭਦੇ ਫਿਰਦੇ ਬਾਹਰ ਜਿਨ੍ਹਾਂ ਨੂੰ ਵਿੱਚ ਦਿਲਾਂ ਦੇ ਰਹਿੰਦੇ, ਆ ਵਿੱਚ ਦਿਲਾਂ ਦੇ। ਉਹ ਸਾਹਮਣੇ ਬੈਠਾ, ਸਾਹਮਣੇ ਬੈਠਾ ਮਾਂ ਦਾ ਰੂਪ ਤੇ ਪੱਕਾ ਇਕਰਾਰ ਹੋ ਗਿਆ, ਮਾਇਆ ਠੋਕ ਕੇ ਕੋਈ ਵਿਖਾਵੇ ਮੈਨੂੰ ਰੋਕ ਕੇ, ਮੈਂ ਇਸ਼ਕ ਕਾ ਮਾਇਆ ਠੋਕ ਕੇ ਕੋਈ ਵਿਖਾਵੇ ਮੈਨੂੰ ਰੋਕ ਕੇ, ਸੁਪਨੇ ਦੇ ਵਿੱਚ ਆਇਆ ਰਾਂਝਾ ਤੇ ਪੱਕਾ ਇਕਰਾਰ ਹੋ ਗਿਆ, ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ, ਇਹਦੇ ਵਰਗਾ ਹੋਰ ਨਹੀਂ ਹੋਣਾ, ਇਹਦੇ ਵਰਗਾ ਹੋਰ ਨਹੀਂ ਹੋਣਾ। ਆ ਦਰਮਈਆ ਦਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ, ਜੇ ਤੁਹਾਨੂੰ ਸਮਝ ਆ ਰਹੀ ਤੇ ਤਾੜੀ ਲਾ ਦਿਓ, ਜੇ ਨਹੀਂ ਆ ਰਹੀ ਤੇ ਫਿਰ ਵੀ ਤਾੜੀ ਲਾ ਦਿਓ। ਹੁਣ ਮੈਂ ਕੀ ਸਮਝਾਂ ਵੀ ਆ ਰਹੀ ਕਿ ਨਹੀਂ ਆ ਰਹੀ, ਆ ਰਹੀ ਹੈ ਪੱਕੀ ਗੱਲ, ਬੋਲੀ ਸੱਚ ਦਰਬਾਰ ਕੀ।
ਬਾਂਸਰੀ ਵਾਲੇ ਵਾਲੇ ਹਨੂੰਮਾਨ ਕੀ ਕਹਿੰਦਾ ਨਹੀਂ ਲੈ ਤੁਹਾਨੂੰ ਵਾਕਿਆ ਨਹੀਂ ਸਮਝ ਆ ਰਹੀ ਮੈਂ ਕਿਹਾ ਗਦੇ ਵਾਲੇ ਹਨੂੰਮਾਨ ਕੀ ਕਹਿੰਦਾ ਨਹੀਂ ਗਦਾ ਹੈ ਨਹੀਂ ਉਹਨਾਂ ਕੋਲ ਫਿਰ ਤੁਹਾਨੂੰ ਸਮਝ ਨਹੀਂ ਆ ਰਹੀ ਸੋ ਜਾਓ ਬਾਬਾ ਜੀ ਇਹ ਹਕੀਕਤ 'ਚ ਕੋਈ ਕੋਈ ਕਿਰਪਾ ਹੋਈ ਹੈ ਨਹੀਂ ਤਾਂ ਜਿੰਨਾ ਸ਼ੋਰ ਇੱਥੇ ਪੈ ਰਿਹਾ ਬੱਚਾ ਰੁਕ ਨਹੀਂ ਸਕਦਾ ਬੱਚਾ ਦੁਖੀ ਹੋ ਜਾਂਦਾ ਸੋਲ ਹੁੰਦਾ ਹਾਲ ਅੱਜ ਜ਼ਿੰਮੇਦਾਰ ਨਹੀਂ ਹੈਗਾ ਇਹ ਜ਼ਿੰਮੇਦਾਰ ਨਹੀਂ ਹੈ ਇਹ ਕਿਤੇ ਹੋਰ ਆ ਗੱਲਬਾਤ ਦੇਖੋ ਇਹ ਸਾਊਂਡ ਵਾਲਾ ਵੀ ਤਰ ਜੂਗਾ ਜਿੱਥੇ ਬਹਿ ਕੇ ਆਨੰਦ ਲੈ ਰਿਹਾ ਮਹਾਰਾਜ ਸਲਾਮ ਆ ਬਾਬੇ ਉਹ ਸਲਾਮ ਆ ਤੁਹਾਨੂੰ ਦਰ ਮਈਆ ਦਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਜਿਹਦੇ ਦਰ ਤੋਂ ਲੁੱਟਦੇ ਲੋਕੀ ਤੇਰੇ ਦਰ ਤੋਂ ਲੁੱਟਦੇ ਲੋਕੀ ਖੁਸ਼ੀਆਂ ਸੰਸਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਸੋਹਣੇ ਦਰਬਾਰ ਦੀਆਂ ਗੱਲਾਂ ਕਰੀਏ ਸੋਹਣੇ ਦਰਬਾਰ ਦੀਆਂ ਸਟੇਸ਼ਨ ਸੇ ਗਾੜੀ ਜਬ ਛੂਟ ਜਾਤੀ ਹੈ ਤੋ ਹੈ ਤੋ ਇੱਕ ਦੋ ਤੀਨ ਹੋ ਜਾਤੀ ਹੈ ਇਸ ਲੈਣ ਦਾ ਵੀ ਮਤਲਬ ਹੈ ਮੈਂ ਕਹਿ ਰਿਹਾ ਗੱਲਾਂ ਨਾ ਕਰੋ ਜਦੋਂ ਸਟੇਸ਼ਨ ਤੋਂ ਗੱਡੀ ਲੰਘੀ ਸਮਝ ਨਹੀਂ ਆਉਣਾ ਕੀ ਹੋ ਗਿਆ ਨਜ਼ਰ ਟਿਕਾ ਕੇ ਰੱਖੋ ਸਟੇਸ਼ਨ ਸੇ ਗਾੜੀ ਜਬ ਛੂਟ ਜਾਤੀ ਹੈ ਤੋ ਹੈ ਤੋ ਹੈ ਤੋ ਇੱਕ ਦੋ ਤੀਨ ਹੋ ਜਾਤੀ ਦੋ ਤੀਨ ਹੋ ਜਾਤੀ ਹੈ ਇੱਕ ਦੋ ਤੀਨ ਹੋ ਜਾਤੀ ਹੈ ਤੁਹਾਡੇ ਤੋਂ ਕੌਣ ਕੌਣ ਮੰਨਦਾ ਹੈ ਕਿ ਮਾਂ ਨੂੰ ਇੱਕ ਸ਼ਰਾਬੀ ਨਾਲ ਔਰ ਇੱਕ ਸੋਫੀ ਬੰਦੇ ਨਾਲ ਕੋਈ ਮਤਲਬ ਨਹੀਂ ਕੌਣ ਕੌਣ ਮੰਨਦਾ ਹੱਥ ਖੜੇ ਕਰੋ ਆ ਜਾਓ ਆ ਜਾਓ ਹੋਰ ਕੋਈ ਹੈਗਾ ਕੋਈ ਹੋਰ ਕਿ ਮਾਂ ਨੂੰ ਇੱਕ ਸ਼ਰਾਬੀ ਬੰਦੇ ਨਾਲ ਔਰ ਇੱਕ ਸੋਫੀ ਬੰਦੇ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਜਿਹਨੂੰ ਕੋਈ ਹੈਗਾ ਉਹ ਹੱਥ ਖੜੇ ਕਰੋ ਵੀ ਹੋਊਗਾ ਮਾਤਾ ਨੂੰ ਕੋਈ ਫਰਕ ਹੁਣ ਸੁਣੋ ਸੁਣਿਓ ਬਾਬੇ ਕੱਲੀ ਕੱਲੀ ਗੱਲ ਸੁਣਨ ਵਾਲੀ ਆ ਇੱਕ ਦੇਵੀ ਦੇ ਦਰਬਾਰ ਤੇ ਇੱਕ ਇਨਸਾਨ ਡੇਲੀ ਡੇਲੀ ਚ
ਜੋਤ ਜਗਾਉਣ ਵਾਸਤੇ ਜਾਂਦਾ ਹੈ ਹਮੇਸ਼ਾ। ਡੇਰੀ ਸੁਣਿਓ, ਉਹਨੇ ਜੋਤ ਜਗਾਈ, ਮਾਂ ਨੂੰ ਨਮਸਕਾਰ ਕੀਤੀ, ਆਪਣੀ ਮੰਗ ਰੱਖੀ ਤੇ ਵਾਪਸ ਆ ਗਿਆ। ਹੁਣ ਉਸੇ ਜੋਤ ਨੂੰ ਇੱਕ ਸ਼ਰਾਬੀ ਜਾਂਦਾ ਹੈ, ਇੱਕ ਸ਼ਰਾਬੀ ਜਾਂਦਾ ਫੂਕ ਮਾਰਦਾ ਤੇ ਭਜਾ ਦਿੰਦਾ। ਇਹ ਸਿਲਸਿਲਾ ਚੱਲਦੇ ਨੂੰ 2 ਤੋਂ 3 ਮਹੀਨੇ ਹੋ ਗਏ, ਸਿਲਸਿਲਾ ਚੱਲਦੇ ਨੂੰ 2 ਤੋਂ 3 ਮਹੀਨੇ ਹੋ ਗਏ। ਇੱਕ ਦਿਨ ਹਨੇਰੀ ਤੂਫਾਨ, ਇਹ ਮਾਂ ਉਹ ਹੈ ਸੂਈ ਦੇ ਨੱਕੇ ਚੋਂ ਟਪਾ ਕੇ ਦੇਖੂਗੀ, ਸੂਈ ਦਾ ਨੱਕਾ ਜਿੱਥੋਂ ਧਾਗਾ ਟਪਾਉਂਦੇ ਹੋ ਉੱਥੋਂ ਲੰਘਾ ਕੇ ਦੇਖੂਗੀ, ਜੇ ਲੰਘ ਗਿਆ ਤੇ ਇਹਦਾ, ਜੇ ਨਾ ਲੰਘਿਆ ਤੇ ਫਿਰ ਇਹਦੇ ਨਾਲ ਤੇਰਾ ਕੋਈ ਲੈਣਾ ਦੇਣਾ। ਹਨੇਰੀ ਤੂਫਾਨ, ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਹੁਣ ਜਿਹੜਾ ਜੋਤ ਜਗਾਉਣ ਵਾਲਾ ਗਿਆ ਹੀ ਨਹੀਂ ਤੇ ਬੁਝਾਉਣ ਵਾਲਾ ਆ ਗਿਆ, ਉੱਥੇ ਬੁਝਾਉਣ ਵਾਲਾ ਸ਼ਰਾਬੀ ਆ ਗਿਆ ਟਾਈਮ ਤੇ ਵੀ ਬੁਝਾ ਕੇ ਆਈਏ। ਔਰ ਸ਼ਰਾਬੀ ਨੂੰ ਚਿੰਤਾ ਹੋ ਗਈ ਬਾਬਿਓ ਵੀ ਮੇਰੇ ਤੋਂ ਪਹਿਲਾਂ ਜੋਤ ਬੁਝਾ ਕੌਣ ਗਿਆ। ਉਹਨੇ ਗੱਲ ਕੀਤੀ, ਕਹਿੰਦਾ ਮਾਤਾ ਮੈਂ ਮਾਫੀ ਚਾਹੁੰਦਾ ਪਰ ਮੈਨੂੰ ਇਹ ਦੱਸ ਕੌਣ ਜੋਤ ਬੁਝਾ ਗਿਆ। ਮਾਂ ਪ੍ਰਗਟ ਹੋ ਗਈ, ਮਾਂ ਪ੍ਰਗਟ ਹੋ ਗਈ। ਸੌਦੇ ਦਿਲਾਂ ਦੇ ਆ ਬਾਬੇ ਜੀ, ਦਿਲਾਂ ਦੇ ਸੌਦੇ ਆ, ਇੱਥੇ ਮਾਇਆ ਦਾ ਕੰਮ ਨਹੀਂ, ਇੱਥੇ ਦਿਲ ਦੇ ਸੌਦੇ ਆ। ਮਹਾਮਾਈ ਉਸ ਸ਼ਰਾਬੀ ਨੂੰ ਕਹਿੰਦੀ, ਕਹਿੰਦੇ ਬੁਝਾਈ ਨਹੀਂ, ਜਗਾਉਣ ਵਾਲਾ ਹੀ ਨਹੀਂ ਆਇਆ। ਇਹਨੇ ਚ ਹਨੇਰੀ ਤੂਫਾਨ ਠੱਲ ਗਿਆ ਤੇ ਸਾਹਮਣੇ ਜਗਾਉਣ ਵਾਲਾ ਭੱਜਿਆ ਆ ਰਿਹਾ। ਮਾਂ ਪਤਾ ਕੀ ਕਹਿੰਦੀ ਜਗਾਉਣ ਵਾਲੇ ਨੂੰ, ਕਹਿੰਦੇ ਜੇ ਹਨੇਰੀਆਂ ਤੂਫਾਨਾਂ ਨੂੰ ਦੇਖ ਕੇ ਮੇਰੇ ਨਾਲ ਇਸ਼ਕ ਪਿਆਰ ਕੀਤਾ, ਮੈਨੂੰ ਆਪਣਾ ਮਾਂ ਮੰਨਿਆ, ਜੇ ਹਨੇਰੀ ਤੂਫਾਨਾਂ ਨੂੰ ਦੇਖ ਕੇ ਨਹੀਂ ਆਇਆ ਤਾਂ ਤੂੰ ਮੇਰਾ ਪੁੱਤ ਨਹੀਂ, ਪੁੱਤ ਮੇਰਾ ਇਹ ਹੈ ਜਿਹੜਾ ਸਮੇਂ ਤੇ ਬੁਝਾਉਣ ਤੇ ਆ ਗਿਆ। ਮਾਂ ਨੂੰ ਸ਼ਰਧਾ ਚਾਹੀਦੀ, ਅੰਦਰੋਂ ਭਾਵਨਾ ਚਾਹੀਦੀ ਹੈ। ਲੱਖ ਜਗਰਾਤੇ ਕਰਾ ਲਓ, ਲੱਖ ਲੱਖ ਦੁਨੀਆਂ ਦੇ ਕੀਰਤਨ ਕਰਾ ਲਓ, ਉਹ ਬਾਬਾ ਜੀ ਜਦੋਂ ਅੰਦਰੋਂ ਤਾਰ ਨਹੀਂ ਜੁੜੀ ਤੁਸੀਂ ਤੇ ਉਹਦੇ, ਤੁਹਾਡਾ ਮੇਲ ਨਹੀਂ ਹੈਗਾ, ਤੁਹਾਡਾ ਮੇਲ ਨਹੀਂ ਹੈਗਾ। ਆ ਜਾਓ, ਇਹ ਮਾਂ ਕੌਣ ਹੈ? ਇਹ ਰਾਜੇ ਤੋਂ ਰੰਗ ਬਣਾ ਦਿੰਦੀ, ਗਰੀਬ ਤੋਂ ਤਖ਼ਤ ਤੇ ਬਿਠਾ ਦਿੰਦੀ ਉਹ ਹੈ। ਆ ਜਾਓ, ਕਿਵੇਂ ਬਿਠਾਉਂਦੀ ਹੈ ਦੱਸਦੇ ਹਾਂ ਤੁਹਾਨੂੰ, ਆ ਜਾਓ ਫਿਰ। 1 2 3 ਸਟਾਰਟ। ਮੇਰੀ ਮਈਆ ਦੇ ਦਰਬਾਰ ਮੌਜਾਂ, ਮੇਰੀ ਮਈਆ ਦੇ ਦਰਬਾਰ ਮੌਜਾਂ ਮੌਜਾਂ ਨੇ, ਮੇਰੀ ਮਈਆ ਦੇ ਦਰਬਾਰ ਮੌਜਾਂ ਮੌਜਾਂ ਨੇ। ਕਦੇ ਨਹੀਂ ਕੋਈ ਥੋੜ ਲੈਂਦੀ ਜੋ ਮਾਈ ਦੀਆਂ ਫੌਜਾਂ ਨੇ, ਮਈਆ ਦੇ ਦਰਬਾਰ ਮੌਜਾਂ ਮੌਜਾਂ ਨੇ, ਮਈਆ ਦੇ ਦਰਬਾਰ ਮੌਜਾਂ ਮੌਜਾਂ ਨੇ, ਮੇਰੀ ਮਾਂ ਦੇ ਦਰਬਾਰ ਮੌਜਾਂ ਮੇਰੀ ਮਈਆ ਦੇ ਦਰਬਾਰ ਮੌਜਾ। ਥੋੜ ਕੋਈ ਨਹੀਂ ਰਹਿੰਦੀ ਉਹਨੂੰ, ਥੋੜ ਕੋਈ ਨਹੀਂ ਰਹਿੰਦੀ ਉਹਨੂੰ ਜੋ ਮਾਈ ਦੀਆਂ ਫੌਜਾਂ ਨੇ, ਮਈਆ ਦੇ ਦਰਬਾਰ ਮੌਜਾ ਮੌਜਾ ਨੇ, ਆ ਮਈਆ ਦੇ ਦਰਬਾਰ ਮੌਜਾ ਮੌਜਾ ਨੇ, ਆ ਮੇਰੀ ਮਾਂ ਦੇ ਦਰਬਾਰ ਮੌਜਾ ਮੌਜਾ ਨੇ,
ਮੇਰੀ ਮਈਆ ਦੇ ਦਰਬਾਰ ਮੌਜਾਂ ਮੌਜਾਂ ਨੇ ਆਜੋ ਇਹ ਕੌਣ ਕਹਿ ਰਿਹਾ ਇਹ ਕੌਣ ਕਹਿ ਰਿਹਾ ਮੌਜਾਂ ਮੌਜਾਂ ਨੇ ਸੁਣਿਓ ਇਹ ਦੁਨੀਆ ਦਾ ਸਭ ਤੋਂ ਗਰੀਬ ਆਦਮੀ ਕਹਿ ਰਿਹਾ ਕਿ ਮੌਜਾਂ ਮੌਜਾਂ ਨੇ ਕਿਉਂ ਸਾਡੇ ਅੱਜ ਇਸ ਜਾਗਰ ਦੇ ਵਿੱਚ ਇਸ ਚੌਂਕੀ ਦੇ ਵਿੱਚ ਕਿੰਨੇ ਮੁੰਡੇ ਖੜੇ ਆ ਕੋਈ ਸਿਰਫ ਤੇ ਮੈਨੂੰ ਸੁਣਨ ਆਇਆ ਹੋਊਗਾ ਕੁਝ ਇਹ ਦੇਖਣ ਆਏ ਹੋਣਗੇ ਕਿ ਜਾਗਰਨ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਮੈਂ ਦਾਅਵੇ ਨਾਲ ਲਿਖ ਕੇ ਦੇ ਸਕਦਾ ਹਰ ਬੰਦਾ ਜਗਰਾ ਤੇਜ ਨਹੀਂ ਆਇਆ ਹਰ ਬੰਦਾ ਜਗਰਾ ਤੇਜ ਨਹੀਂ ਆਇਆ ਇਹ ਮੈਂ ਲਿਖ ਕੇ ਦੇ ਨੂੰ ਤਿਆਰ ਬਾਬਿਓ ਤੁਸੀਂ ਕਿਸੇ ਗੁਰੂ ਪੀਰ ਦੀ ਮਾਰ ਤੋਂ ਬਚ ਸਕਦੇ ਹੋ ਮੈਂ ਲਿਖ ਕੇ ਦੇਣਾ ਜਿਹੜਾ ਮਾਈ ਦੀ ਨਜ਼ਰ 'ਚ ਆ ਗਿਆ ਨਾ ਨਹੀਂ ਅਸੀਂ ਦੇਖਿਆ ਆਪਣੀ ਅੱਖਾਂ ਨਾਲ ਤਸਵੀਰ ਦੇਖਦੇ ਹਾਂ ਓਏ ਜਿਹਦੀ ਪਾਵਰ ਨੂੰ ਰੋਕਣ ਵਾਸਤੇ ਸ਼ਿਵ ਸ਼ੰਕਰ ਲੰਮਾ ਪੈ ਗਿਆ ਹੋਵੇ ਉਹਦੇ ਕੋਲ ਕੌਣ ਬਾਜੂਗਾ ਬਾਬਾ ਜੀ ਕੋਈ ਬਾਜੂਗਾ ਆ ਜਾਓ ਇੱਕ ਗਰੀਬ ਗਰੀਬ ਇਨਸਾਨ ਮਾਈ ਦੀ ਸੇਵਾ ਕਰਦਾ ਮਾਈ ਦੀ ਸੇਵਾ ਕਰਦਾ ਇੱਕ ਦਿਨ ਮਾਂ ਕਹਿੰਦੀ ਮੰਗ ਕੀ ਮੰਗਦਾ ਕਹਿੰਦੇ ਮਾਂ ਮੇਰੇ ਮੇਰੇ ਲਈ ਦੁਆ ਕਰ ਕਿ ਮੇਰੀ ਮੁਸੀਬਤਾਂ ਟਲ ਜਾਣ ਸੁਣਿਓ ਅੱਜ ਤੋਂ ਸਾਰਿਆਂ ਨੇ ਕਰਨਾ ਜਾ ਕੇ ਜੇ ਸਵੇਰੇ ਨਾ ਕੀਤਾ ਤਾਂ ਤੁਸੀਂ ਜਗਰਾਤੇ 'ਚ ਨਹੀਂ ਹੈਗੇ ਜਿਹੜੀ ਮੈਂ ਗੱਲ ਕਹੂੰਗਾ ਸਵਾਰੀ ਸਾਰਿਆਂ ਨੇ ਸਵੇਰੇ ਕਰਨਾ ਜਾ ਕੇ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਔਰ ਬੰਦਿਓ ਰੱਬ ਦਿਓ ਮੇਰੀ ਸ਼ਕਲ ਦੇਖ ਲਓ ਗੌਰ ਨਾਲ ਸ਼ਕਲ ਮੇਰੀ ਗੌਰ ਨਾਲ ਦੇਖ ਲਿਓ ਮੈਂ ਮਾਂ ਦੀ ਕਸਮ ਖਾ ਕੇ ਕਹਿੰਦਾ ਜਿਹੜਾ ਕੰਮ ਮੈਂ ਦੱਸਣ ਲੱਗਾ ਜੇ ਇਹ ਕਰ ਲਿਆ ਤੁਸੀਂ ਦਿਨਾਂ 'ਚ ਰੰਗ ਦੇਖਿਓ ਕਿਵੇਂ ਪਲਟਦੇ ਆ ਬਾਬਾ ਜੇ ਨਾ ਹੋਇਆ ਕੰਮ ਤੇ ਐਂ ਕਿਉਂ ਮੈਨੂੰ ਅੱਜ ਕੱਲ੍ਹ ਇੰਸਟਾਗ੍ਰਾਮ ਦਾ ਜ਼ਮਾਨਾ ਹੈ ਮੈਨੂੰ ਲਿਖ ਕੇ ਭੇਜ ਦਿਓ ਵੀ ਤੇਰੇ ਵਰਗਾ ਝੂਠਾ ਇਨਸਾਨ ਨਹੀਂ ਹੈਗਾ ਜੋ ਮੈਂ ਕਹਿਣ ਲੱਗਾ ਕਰਿਓ ਕਿਸੇ ਨੂੰ ਰੋਟੀ ਖਵਾਉਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਪਾਣੀ ਪਿਆਉਣ ਦੀ ਜ਼ਰੂਰਤ ਨਹੀਂ ਜਿਹੜਾ ਕੰਮ ਕਰਨ ਲੱਗਾ ਉਹ ਕਰਿਓ ਕਮਾਉਣ ਵਾਲਾ ਖਾ ਲੂਗਾ ਆਪੇ ਆ ਜਾਓ ਮੇਰੀ ਮਈਆ ਦੇ ਦਰਬਾਰ ਮੌਜਾ ਮਈਆ ਮਿਲਦੀ ਉਸਨੂੰ ਲੱਕ ਇਹ ਮਾਂ ਮਿਲਦੀ ਉਸਨੂੰ ਲੱਕ ਜਿਹਦੇ ਅੰਦਰੋਂ ਹੋਈਆਂ ਖੋਜਾਂ ਨੇ ਮਈਆ ਦੇ ਦਰਬਾਰ ਮੌਜਾ ਮਈਆ ਦੇ ਦਰਬਾਰ ਮੌਜਾ ਮੇਰੀ ਮਈਆ ਦੇ ਦਰਬਾਰ ਮੌਜਾ ਅੱਛਾ ਉਹ ਇਨਸਾਨ ਮਈਆ ਨੂੰ ਕਹਿੰਦਾ ਮੇਰੇ ਲਈ ਦੁਆ ਕਰੋ ਮਾਂ ਮੇਰੇ ਦੁੱਖ ਤਕਲੀਫ ਦੂਰ ਹੋ ਜਾਣ ਮਾਂ ਕਹਿੰਦੀ ਜਾ ਅੱਜ ਤੋਂ ਤੇਰੇ ਦੁੱਖ ਦੂਰ ਹੋਣਗੇ ਤੈਂ ਲੰਗਰ ਲਾਉਣਾ ਲੰਗਰ ਲਾਉਣਾ ਉਸ ਤੋਂ ਬਾਅਦ ਸੁਣਿਓ ਬਾਬਿਓ ਇੱਕ ਰਿਕਸ਼ਾ ਚਲਾਉਣ ਵਾਲਾ ਉਹ ਇਨਸਾਨ ਰਿਕਸ਼ਾ ਚਲਾਉਂਦਾ ਤੇ 50 ਰੁਪਏ ਕਮਾਉਂਦਾ ਸੀ ਤੇ ਮਾਈ ਇੰਨੀ ਗੱਲ ਕਹਿ ਕੇ ਕਹਿੰਦੇ ਲੰਗਰ ਲਾ ਤੇ ਤੇਰਾ ਭਲਾ ਹੋਊਗਾ 50 ਰੁਪਏ ਕਮਾਉਣ ਵਾਲਾ ਕਹਿੰਦਾ ਲੰਗਰ ਕਿੱਥੋਂ ਲਾਵਾਂ ਤੇ ਮਾਈ ਕਹਿ ਕੇ ਚਲੀ ਗਈ ਕੁਝ ਦਿਨ ਪਏ ਇਨਸਾਨ ਫਿਰ ਉਸੇ ਕੰਮ ਤੇ ਤੁਰਿਆ ਹੋਇਆ ਮਿਹਨਤ ਮਜ਼ਦੂਰੀ ਗਰਮੀ ਦੇ ਮੌਸਮ ਦੇ ਵਿੱਚ ਆਵਾਜ਼ ਮਾਰਦਾ ਮਾਂ ਓਏ ਕੋਈ ਹੱਲ ਤੇ ਦੱਸ ਲੰਗਰ ਲਾਈਏ ਕਿੱਥੋਂ ਕਿੱਥੋਂ ਲਾਈਏ ਲੰਗਰ 50 ਰੁਪਏ ਕਮਾਉਣਾ ਮੈਂ ਮਾਈ ਫਿਰ ਆ ਗਈ
ਇਹ ਮਾਂ ਕਹਿੰਦੀ, ਕਹਿੰਦਾ ਤੈਨੂੰ ਕਿਹੜੇ ਬੰਦੇ ਨੇ ਕਿਹਾ ਕਿ ਤੂੰ ਇਹਨਾਂ ਇਨਸਾਨਾਂ ਨੂੰ ਖਵਾ? ਕਿਹਨੇ ਕਿਹਾ ਤੈਨੂੰ ਖਵਾਉਣ ਨੂੰ? ਕਹਿੰਦਾ ਮਾਂ ਦੱਸ ਫਿਰ। ਕਹਿੰਦਾ ਲੰਗਰ ਦੇ ਵਿੱਚ ਚੌਲ ਕਰਦੇ ਆ। ਹਾਂਜੀ ਮਾਂ, ਅੱਧਾ ਕਿਲੋ ਚੌਲ ਲੈ। ਅੱਛਾ, ਲੰਗਰ ਦੇ ਵਿੱਚ ਗੁੜ ਪਾਉਂਦੇ ਆ ਚੌਲਾਂ 'ਚ? ਹਾਂਜੀ, ਪਈਆ ਖੰਡ ਗੁੜ ਲੈ। ਜੀ ਮਾਂ, ਇਹਦੇ 'ਚ ਤਿਲ ਪਾ। ਜੀ ਮਾਂ, ਇਹਦੇ 'ਚ ਕੁਝ ਹੋਰ ਦਾਣਾ ਪਾ। ਜੀ ਮਾਂ, ਓਏ 100 ਪਿਆ ਦਾ ਲੰਗਰ ਲੈ ਕੇ ਕੀੜੀਆਂ ਦੇ ਭੋਰ ਤੇ ਪਾਇਆ, ਤੇਰਾ ਲੰਗਰ ਲੱਗ ਗਿਆ ਬਾਬੇ। ਬੰਦੇ ਦੀ ਚੜ੍ਹਾਈ ਹੋਣ ਲੱਗ ਗਈ। ਬੇਜ਼ਬਾਨਾਂ ਨੂੰ ਖਵਾਓ ਬਾਬਾ ਜੀ, ਬੇਜ਼ਬਾਨਾਂ ਨੂੰ। ਮੇਰੇ ਵਰਗਾ ਖਾ ਕੇ ਤੁਹਾਡੀ ਨਿੰਦਿਆ ਕਰੂਗਾ, ਤੁਹਾਡੀ ਸਿਫਤ ਕੋਈ ਨਹੀਂ ਕਰੂਗਾ, ਇਹ ਗਰੰਟੀ ਹੈ ਮੇਰੀ। ਤੁਸੀਂ ਸਵੇਰੇ ਲੰਗਰ ਲਾ ਲਓ, ਇੱਥੇ ਲੰਗਰ ਲਾਇਆ ਹੋਣਾ ਤੁਸੀਂ। ਖਾਣ ਵਾਲਾ 20 ਨੁਸਰਾਂ ਕੱਢ ਕੇ ਜਾਊਗਾ। ਨਮਕ ਨਹੀਂ ਸੀ ਪੂਰਾ, ਪੂੜੀ ਕੱਚੀ ਸੀ, ਚਣੇ ਕੱਚੇ ਸੀ। ਇਹ ਮੇਰੀ ਹਕੀਕਤ ਦੀ ਗੱਲ ਹੈ, ਮੇਰੀ ਮਾਂ ਸੁਣਦੀ ਪਈ ਹੈ। ਪਰ ਜੇ ਕੀੜਿਆਂ ਦੇ ਭੋਰਾਂ 'ਤੇ ਜਾ ਕੇ ਕੁਛ ਪਾ ਕੇ ਆਉਂਗੇ, ਉਹਨਾਂ ਨੇ ਨੌਸਰਾਂ ਨਹੀਂ ਕਰਨੀਆਂ। ਉਹ ਕਹਿਣਗੇ ਜਾ ਤੇਰਾ ਭਲਾ ਹੋਵੇ, ਤੂੰ ਜਿੱਥੋਂ ਵੀ ਆਇਆ। ਉਹਨਾਂ ਨੇ ਇਹ ਕਹਿਣਾ ਹੈ, ਉਹਨਾਂ ਨੇ ਇਹ ਕਹਿਣਾ ਕਿ ਜਿਹੜੇ ਕਲਾਕਾਰ ਤੁਹਾਡੇ ਆ ਰਹੇ ਤੁਹਾਨੂੰ ਇਹ ਗੱਲਾਂ ਦੱਸਣਗੇ। ਜੇ ਦੱਸਣਗੇ ਤਾਂ ਤਾੜੀ ਮਾਰੋ, ਨਹੀਂ ਦੱਸਣਗੇ ਤਾਂ ਫਿਰ ਮੇਰੇ ਨਾਂ ਦੀ ਤਾੜੀ ਮਾਰੋ ਇੱਕ ਵਾਰੀ, ਕਿ ਮੈਨੂੰ ਗੁਰੂ ਨੇ ਗਿਆਨ ਬਖਸ਼ਿਆ ਤਾਂ ਮੈਂ ਤੁਹਾਨੂੰ ਵੰਡ ਰਿਹਾ। ਆ ਜਾਓ, ਉਸੇ ਮਾਂ ਨੇ ਕਿਹਾ ਬਾਈ ਜਾ ਕੇ ਸ਼ਬੀਲ ਲਾ, ਤੇਰੀ ਹੋਰ ਚੜ੍ਹਾਈ ਹੋ ਜਾਣੀ ਹੈ। ਸ਼ਬੀਲ ਲਾਵੇ ਕਿੱਥੋਂ, ਕਿਵੇਂ ਲਾਵੇ? ਵੀ ਕਿੱਥੇ ਇਹਦਾ ਤਰੀਕਾ ਨਾ ਉਲਟ ਹੋਵੇ। ਪੈਸਾ ਆ ਗਿਆ, ਸਾਰਾ ਕੁਛ ਆ ਗਿਆ, ਅਕਲ ਦਾ ਘੱਟ। ਮਾਂ ਕਹਿੰਦੀ ਉੱਡਵੇ ਕਬੂਤਰਾ, ਉੱਡਵੇ ਕਬੂਤਰਾ, ਉੱਡਵੇ ਕਬੂਤਰਾ, ਚੱਲ ਮਈਆ ਦੇ ਦਰ ਚੱਲੀਏ। ਉੱਡਵੇ ਕਬੂਤਰਾ, ਚੱਲ ਮਈਆ ਦੇ ਦਰ ਚੱਲੀਏ। ਮਾਂ ਨੂੰ ਜ਼ਿੰਦਗੀ ਹਾਰ ਕੇ ਮਈਆ ਨੀ ਮਰ ਚੱਲੀਏ। ਸੰਦਲ ਦੀਆਂ ਬੋਤਲਾਂ ਖਰੀਦ ਕੇ, ਬਰਫ਼ ਦੀਆਂ ਸਿੱਲੀਆਂ ਖਰੀਦ ਕੇ ਕਦੇ ਲੰਗਰ ਨਹੀਂ ਲੱਗਦੇ। ਆਪਣੇ ਮੁਹੱਲੇ 'ਚ ਲਾ ਲਿਆ, ਆਪਣੇ ਮੁਹੱਲੇ ਦੇ ਲੋਕ ਪੀ ਕੇ, ਤਾਂ ਕੀ ਲੰਗਰ ਹੋ ਗਿਆ? ਸਵੇਰੇ ਇੱਕ ਇੱਕ ਬੰਦਾ, ਜਿੰਨੇ ਸੁਣ ਰਹੇ ਹੋ, ਮੈਂ ਫਿਰ ਕਹਿ ਰਿਹਾ, ਜੇ ਜ਼ਿੰਦਗੀ ਨਾ ਬਦਲੀ ਤਾਂ ਮੈਨੂੰ ਸ਼ਰੇਆਮ ਇੰਸਟਾਗ੍ਰਾਮ 'ਤੇ, ਸੋਸ਼ਲ ਮੀਡੀਆ 'ਤੇ ਗਾਲਾਂ ਕੱਢਿਓ ਤਾਂ ਮੈਂ ਗਾਉਣਾ ਛੱਡ ਦੂੰਗਾ। ਸਵੇਰੇ ਜਾਇਓ, ਓਏ ਚਾਰ ਚਾਰ ਪੰਜ ਪੰਜ ਮਿੱਟੀ ਦੇ ਭਾਂਡੇ ਲੈ ਕੇ, ਪਾਣੀ ਭਰ ਕੇ, ਉਹਦੇ ਵਿੱਚ ਥੋੜ੍ਹਾ ਬਹੁਤਾ ਕੁਝ ਕਣਕ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਪਾ ਕੇ, ਚਾਵਲ ਦੇ ਟੁਕੜੇ ਪਾ ਕੇ ਆਪਣੇ ਆਪਣੇ ਕੋਠੇ 'ਤੇ ਰੱਖੋ। ਜਿਹੜਾ ਪੀ ਕੇ ਜਾਊਗਾ, ਉਹਦੀ ਜਿੰਨੀ ਉੱਚੀ ਉਡਾਰ ਹੋਊਗੀ ਪਾਣੀ ਪੀ ਕੇ, ਉਨਾ ਉੱਚਾ ਤੁਹਾਡਾ ਕਾਰੋਬਾਰ ਹੋਊਗਾ। ਯਾਦ ਰੱਖਿਓ, ਯਾਦ ਰੱਖਿਓ। ਉਹ ਪੰਛੀ ਪਾਣੀ ਪੀ ਕੇ
ਜਿੰਨੀ ਉੱਚੀ ਉਡਾਰੀ ਮਾਰੂਗਾ ਉਨਾ ਉੱਚਾ ਤੁਹਾਡਾ ਕੱਦ ਹੋਊਗਾ, ਉਨਾ ਉੱਚਾ ਤੁਹਾਡਾ ਰੁਤਬਾ ਹੋਊਗਾ। ਨਾ ਹੋਇਆ ਤਾਂ ਮੈਂ ਗਾਉਣਾ ਛੱਡ ਦੂੰਗਾ। ਇਹ ਇਹ ਪ੍ਰਤੱਖ ਨੇ ਗੱਲਾਂ ਬਾਬਾ ਜੀ, ਇਹ ਹਕੀਕਤ ਦੀਆਂ ਗੱਲਾਂ ਨੇ। ਰੱਬ ਬਣਾਉਣ ਨੂੰ ਤਾਂ ਸਾਰਿਆਂ ਨੂੰ ਇਨਸਾਨ ਬਣਾ ਸਕਦਾ ਸੀ, ਕਿਉਂ ਉਹਨਾਂ ਨੂੰ ਪੰਛੀ ਬਣਾਇਆ, ਕਿਉਂ ਕੀੜੀਆਂ ਬਣਾਈਆਂ, ਕਿਉਂ ਕੀੜੇ ਬਣਾਏ? ਇਹਦਾ ਵੀ ਕਾਰਨ ਹੈ। ਮਾਈ ਤੁਹਾਨੂੰ ਗਿਆਨ ਵੰਡ ਰਹੀ ਆ, ਆਪ ਬੋਲ ਰਹੀ ਆ, ਅਸੀਂ ਨਹੀਂ ਬੋਲਦੇ। ਓਏ ਮਾਈ ਦਿਖਣੀ ਸ਼ੁਰੂ ਹੋਈ ਕਿ ਨਹੀਂ ਹੋਈ ਬਾਬੇ? ਉਹ ਹੱਥ ਖੜੇ ਕਰੋ, ਉਹ ਆ ਰਹੀ ਹੈ, ਉਹ ਆ ਰਹੀ ਹੈ। ਆ ਜਾਓ ਰਲ ਕੇ ਕਹੀਏ, ਮਈਆ ਦੇ ਦਰਬਾਰ ਮੌਜਾਂ, ਆਓ ਮਈਆ ਦੇ ਦਰਬਾਰ ਮੌਜਾਂ, ਮਈਆ ਦੇ ਦਰਬਾਰ ਮੌਜਾਂ, ਮਈਆ ਦੇ ਦਰਬਾਰ ਮੌਜਾਂ, ਆ ਮਈਆ ਦੇ ਦਰਬਾਰ ਮੌਜਾਂ। ਉਹ ਕਦੇ ਨੀ ਡੁੱਬਦੇ, ਆ ਕਦੇ ਨੀ ਮਰਦੇ, ਕਦੇ ਨੀ ਡੁੱਬਦੇ, ਆ ਕਦੇ ਨੀ ਮਰਦੇ, ਜਿਹੜੀ ਮਾਈ ਦੀਆਂ ਫੌਜਾਂ ਨੇ ਮਈਆ ਦੇ ਦਰਬਾਰ ਮੌਜਾਂ, ਆ ਮਈਆ ਦੇ ਦਰਬਾਰ ਮੌਜਾਂ, ਆ ਮਈਆ ਦੇ ਦਰਬਾਰ ਮੌਜਾਂ, ਆ ਮਈਆ ਦੇ ਦਰਬਾਰ ਮੌਜਾਂ, ਮੇਰੀ ਮਈਆ ਦੇ ਦਰਬਾਰ ਮੌਜਾਂ, ਮੌਜਾਂ ਨੇ। ਆਖਰੀ ਗੱਲ ਰਹੇਗੀ ਮੇਰੀ ਹੁਣ ਦੀ, ਗੱਲਾਂ ਤਾਂ ਬਹੁਤ ਨੇ ਪਰ ਇਸ ਸ਼ਬਦ ਦੀ ਆਖਰੀ ਗੱਲ। ਇਸ ਦੁਨੀਆਂ ਤੇ ਸਭ ਤੋਂ ਪਹਿਲਾਂ ਕੌਣ ਆਇਆ ਦੱਸ ਸਕਦਾ? ਇਸ ਦੁਨੀਆਂ ਤੇ ਸਭ ਤੋਂ ਪਹਿਲਾਂ ਕੌਣ ਆਇਆ ਬਾਬਿਓ? ਯਾਰ ਇੰਨੇ ਸਾਲ ਤੁਸੀਂ ਬਾਬਿਓ ਜਗਰਾਤੇ ਕੀਤੇ, ਇੰਨੇ ਸਾਲ ਤੁਹਾਡੇ ਕੋਲ ਕਲਾਕਾਰ ਆਏ, ਦੱਸ ਕੇ ਕੁਛ ਨੀ ਗਏ? ਉਹ ਇਸ ਦੁਨੀਆਂ ਤੇ ਸਭ ਤੋਂ ਪਹਿਲਾਂ ਕੌਣ ਆਇਆ? ਇਸ ਦੁਨੀਆਂ ਤੇ ਸਭ ਤੋਂ ਪਹਿਲੇ ਇੱਕ ਪਾਕ ਰੂਹ ਦੀ ਜੋਤ ਆਈ, ਜਿੱਥੋਂ ਦੀਵਾ ਬਲਦਾ ਬਲਦਾ ਇੰਨੇ ਦੀਵੇ ਬਲ ਗਏ, ਆ ਸਾਰੇ ਦੀਵੇ ਬਲੇ ਹੋਏ ਨੇ, ਇੱਕ ਜੋਤ ਤੋਂ ਦੀਵਾ ਬਲਿਆ। ਸੱਚ ਦੀ ਜੋਤ ਜਿਹਨੂੰ ਅਸੀਂ ਕਹਿੰਦੇ ਨਿਰੰਕਾਰ, ਸਤਿਗੁਰੂ, ਵਾਹਿਗੁਰੂ, ਅੱਲਾ, ਗੌਰ, ਪਰਮਾਤਮਾ, ਈਸ਼ਵਰ। ਫਿਰ ਉਹਨੇ ਕਿਸ ਨੂੰ ਬਣਾਇਆ? ਇੱਕ ਦਰਵੇਸ਼ ਨੂੰ, ਕੁੱਤੇ ਨੂੰ ਬਣਾਇਆ ਦੁਨੀਆਂ ਤੇ, ਦਰਵੇਸ਼ ਨੂੰ। ਅੱਜ ਜਿਹਨਾਂ ਕੁੱਤਿਆਂ ਨੂੰ ਤੁਸੀਂ ਲੱਤਾਂ ਮਾਰਦੇ ਹੋ ਨਾ, ਸੁਣਿਓ, ਅੱਜ ਤੋਂ ਬਾਅਦ ਨਹੀਂ ਮਾਰਨੀ। ਨਾ ਨਾ ਬਾਬਾ ਨਾ, ਨਾ ਬਾਬਾ ਨਾ, ਨਾ ਬਾਬਾ ਨਾ, ਨਾ ਬਾਬਾ ਨਾ, ਨਾ ਬਾਬਾ ਨਾ। ਜਿਹਨੂੰ ਲੱਤਾਂ ਮਾਰ ਰਹੇ ਹੋ ਕੌਣ ਹੈ ਸੁਣ ਲਓ? ਦਰਵੇਸ਼ ਨੂੰ ਬਣਾ ਦਿੱਤਾ, ਇਸ ਦੇਵੀ ਨੂੰ, ਇਸ ਗੁਰੂ ਨੂੰ, ਇਸ ਨਿਰੰਕਾਰ ਨੂੰ। ਉਹ ਦਰਵੇਸ਼ ਕਹਿੰਦਾ, ਮਾਂ, ਹੇ ਸਤਿਗੁਰੂ, ਮੈਨੂੰ ਬਣਾ ਦਿੱਤਾ, ਮੇਰੇ ਕੋਲੋਂ ਰੋਟੀ ਨਹੀਂ ਪੱਕਦੀ, ਮੈਨੂੰ ਖਾਣ ਜੋਗਾ ਕੋਈ ਕਰ ਦੇ। ਫਿਰ ਬੰਦੇ ਦੀ ਉਤਪਤੀ ਹੋਈ ਹੈ, ਬੰਦਾ ਆਇਆ ਧਰਤੀ ਦੇ ਬਾਬਾ ਜੀ, ਉਹਨੇ ਆਪਣੇ ਹਿੱਸੇ ਦੀ ਰੋਟੀ ਤੁਹਾਨੂੰ ਦਿੱਤੀ ਹੈ, ਤੇ ਬੰਦਾ ਬੜਾ ਚੌਧਰੀ ਬਣਿਆ ਪਿਆ ਵੀ ਮੈਂ ਕਮਾ ਰਿਹਾ। ਨਹੀਂ, ਇਹ ਵਹਿਮ ਹੈ ਤੁਹਾਡਾ ਕਿਤੇ, ਇਹ ਆਪਣੇ ਦਿਲ ਚੋਂ ਵਹਿਮ ਕੱਢ ਦਿਓ।
ਇਸੇ ਕਰਕੇ ਦਰਵੇਸ਼ ਹਮੇਸ਼ਾ ਵਫਾਦਾਰ ਹੁੰਦਾ ਹੈ, ਦਰਵੇਸ਼ ਹਮੇਸ਼ਾ ਵਫਾਦਾਰ ਹੁੰਦਾ ਹੈ। ਉਹ ਬਾਬਿਓ ਜੇ ਇਸ ਨਰਕ ਦੀ ਜਿੰਦ ਅਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ, ਇਹ ਨਰਕ ਹੈ, ਇਹ ਸੂਟ, ਇਹ ਬਾਲ ਜਚਾਉਣੇ, ਇਹ ਕੋਈ ਜ਼ਿੰਦਗੀ ਨਹੀਂ ਹੈਗੀ ਬਾਬਾ ਜੀ। ਅੱਜ ਦੂਜਾ ਤਰੀਕਾ ਦੱਸਣ ਲੱਗਾ, ਦਰਵੇਸ਼ ਨੂੰ ਸਵੇਰੇ ਉੱਠ ਕੇ ਦੋ ਰੋਟੀਆਂ ਦਰਵੇਸ਼ ਦੇ ਨਾਂ ਦੀ ਕੱਢ ਕੇ ਉਹਨੂੰ ਪਾਇਆ ਕਰੋ। ਜਿੱਦਣ ਉਹ ਰਾਜੀ ਹੋ ਗਿਆ ਬੱਚਿਆਂ ਤੋਂ ਦੁੱਖ ਨਹੀਂ ਰਹੂਗਾ ਬਾਬਾ ਜੀ, ਪਰਿਵਾਰ 'ਚ ਦੁੱਖ ਨਹੀਂ ਰਹੂਗਾ। ਅਸੀਂ ਕਹਿੰਦੇ ਨਾ ਕਿ ਕੁੱਤਾ ਬੜੀ ਭਿਆਨਕ ਮੌਤ ਮਰਦਾ, ਜਿਹੜੇ ਕੁੱਤਿਆਂ ਦੀ ਸੇਵਾ ਕਰਦੇ ਸਾਰਾ ਕਸ਼ਟ ਆਪਣੇ 'ਤੇ ਲੈ ਜਾਂਦਾ ਕੁੱਤਾ ਆਪਣੇ 'ਤੇ, ਯਾਦ ਰੱਖਿਓ ਸਾਰਾ ਕਸ਼ਟ ਆਪਣੇ 'ਤੇ ਸੇਵਾ ਕਰਨੀ। ਅੱਛਾ ਆ ਜਾਓ ਹੁਣ, ਜਿਹਨੇ ਇਹ ਭਵ ਸਾਗਰ ਪਾਰ ਲੰਘਣਾ ਉਹਨਾਂ ਲਈ ਗੱਲ ਕਹਿਣ ਲੱਗਾ, ਸੁਣ ਲਿਓ ਕੰਨੀ ਪਾ ਲਿਓ। ਓਏ ਗਾਉਣ ਵਾਲਾ ਗਾ ਕੇ ਚਲਾ ਜਾਊਗਾ, ਇਕੱਲੇ ਸਿਰਫ ਢੋਲਕੀਆਂ ਵਾਜੇ ਨਾ ਸੁਣੋ। ਇਹ ਜਗਰਾਤੇ ਹੁੰਦੇ ਕਿਉਂ ਹੈ? ਇਹ ਗਿਆਨ ਵੰਡਣ ਵਾਸਤੇ ਹੁੰਦੇ ਆ ਜਗਰਾਤੇ, ਗਿਆਨ ਵੰਡਣ ਵਾਸਤੇ। ਮੈਨੂੰ, ਮੈਂ ਗਿਆਨੀ ਨਹੀਂ ਹੈਗਾ, ਮੈਨੂੰ ਇਹਨੂੰ ਤੋਂ ਕੁੱਕੜ ਦਾ ਨਹੀਂ ਪਤਾ, ਪਰ ਮੇਰੀ ਮਾਂ ਮੇਰੇ ਤੋਂ ਜੋ ਕੁਹਾ ਰਹੀ ਮੈਂ ਕਹਿ ਰਿਹਾ। ਆ ਜਾਓ ਕਿੱਦਾਂ, ਪਹਿਲਾਂ ਮਾਹੌਲ ਜਿਹਾ ਬਣਾ ਲਈਏ, ਕਰੋ ਹੱਥ ਖੜੇ। ਮਈਆ ਦੇ ਦਰਬਾਰ ਮੌਜਾਂ ਹੀ ਹਾਂ, ਜਿਸ ਨੂੰ ਇਹਦੀਆਂ ਖੋਜਾਂ ਨੇ। ਮਈਆ ਦੇ ਦਰਬਾਰ ਮੌਜਾਂ, ਮਈਆ ਦੇ ਦਰਬਾਰ ਮੌਜਾਂ, ਮੇਰੀ ਮਈਆ ਦੇ ਦਰਬਾਰ ਮੌਜਾਂ, ਆ ਮਈਆ ਦੇ ਦਰਬਾਰ ਮੌਜਾਂ। ਆ ਜਾਓ ਇਮਾਨਦਾਰੀ ਨਾਲ ਹੱਥ ਖੜੇ ਕਰੋ, ਇਹ ਮਾਂ ਦੀ ਜੋਤ ਸਾਹਮਣੇ ਜਗ ਰਹੀ ਹੈ। ਜਿਹੜਾ ਇੱਥੇ ਝੂਠ ਬੋਲੂਗਾ, ਮਾਂ ਬਖਸ਼ੀ ਨਾ ਉਹਨੂੰ, ਉਹਦਾ ਹਿਸਾਬ ਕਿਤਾਬ ਕਰਨਾ ਹੈ। ਜਿਹੜਾ ਝੂਠ ਬੋਲੂਗਾ, ਸੱਚ ਇਹ ਹੈ ਕਿ ਇਸ ਮਾਂ ਦਾ, ਇਸ ਗੁਰੂ ਪੀਰਾਂ ਦਾ, ਇਸ ਵਲੀਆਂ ਔਲੀਆਂ ਦਾ ਸ਼ੁਕਰਾਨਾ ਕੌਣ ਕੌਣ ਕਰਦਾ ਰਾਤ ਨੂੰ ਜਦੋਂ ਸੌਂਦੇ ਹੋ? ਜਦੋਂ ਸੌਂਦੇ ਹੋ ਸ਼ੁਕਰਾਨਾ ਕਰਦੇ ਹੋ? ਕਿਵੇਂ ਕਰਨਾ ਹੈ? ਆ ਜਾਓ ਆ ਜਾਓ, ਕਿਵੇਂ ਕਰਨਾ? ਇੱਕ ਦਰਵੇਸ਼ ਤੁਹਾਡੇ ਘਰ ਦੇ ਸਾਹਮਣੇ ਕਿਸੇ ਦਾ ਵੀ ਆਂਢ ਗੁਆਂਢ ਦਾ ਆਉਣ ਲੱਗ ਜੇ, ਉਹਨੂੰ ਤਿੰਨ ਦਿਨ ਰੋਟੀ, ਤਿੰਨ ਦਿਨ ਦੁੱਧ ਤੇ ਸੱਤਵੇਂ ਦਿਨ ਗੁੜ ਪਾ ਦਿਓ। ਤਿੰਨ ਦਿਨ ਰੋਟੀ, ਤਿੰਨ ਦਿਨ ਦੁੱਧ, ਸੱਤਵੇਂ ਦਿਨ ਗੁੜ, ਤੇ ਅੱਠਵਾਂ ਦਿਨ ਰੋਟੀ ਲੈ ਕੇ ਖੜੇ ਹੋ ਜਾਓ। ਜਦੋਂ ਦਰਵਾਜ਼ਾ ਖੋਲੋਗੇ ਚਾਹ ਤੇ ਉਹ ਧੁੰਮ ਹਿਲਾਉਂਦਾ ਸਾਹਮਣੇ ਖੜਾ ਹੋਊਗਾ, ਤੇ ਜਾਂ ਤੁਹਾਡੇ ਘਰ ਦੇ ਮੂਹਰੇ ਬੈਠਾ ਹੋਊਗਾ। ਕਿਉਂ? ਕਾਰਨ ਕੀ ਹੈ? ਉਹ ਕਹਿੰਦਾ ਜਿਹਨੇ ਸੱਤ ਦਿਨ ਰੋਟੀ ਦਿੱਤੀ ਉਹਦੇ ਘਰ ਦਾ ਸ਼ੁਕਰਾਨਾ ਕਰਕੇ ਆਵਾਂਗੀ, ਤੇਰਾ ਬੜਾ ਸ਼ੁਕਰਾਨਾ, ਤੂੰ ਸੱਤ ਦਿਨ, ਤਿੰਨ ਦਿਨ ਰੋਟੀ ਦੁੱਧ ਗੁੜ ਦਿੱਤਾ। ਓਏ ਜਿਹੜਾ ਸੱਤ ਦਿਨ ਦਾ ਸ਼ੁਕਰਾਨਾ ਕਰ ਰਿਹਾ, ਤੁਹਾਨੂੰ ਸਾਰੀ ਜ਼ਿੰਦਗੀ ਦੀ ਰੋਟੀ ਦਿੱਤੀ, ਤੁਸੀਂ ਸ਼ੁਕਰਾਨਾ ਕਿਉਂ ਨਹੀਂ ਕਰਦੇ? ਬਾਬਾ ਜੀ ਨਹੀਂ ਕਰੋਗੇ ਤਾਂ ਨਰਕਾਂ ਦੇ ਭਾਗੀ ਨੂੰ ਯਾਦ ਰੱਖੋ।
ਘਰ ਦੇ ਬਜ਼ੁਰਗ, ਘਰ ਦੀ ਮਾਂ, ਘਰ ਦਾ ਪਿਓ ਪਾਣੀ ਤੋਂ ਪਿਆਸਾ ਬੈਠਾ ਤੇ ਮੁੰਡਾ ਬਾਹਰ ਛਬੀਲਾਂ ਲਾਵੇ ਤਾਂ ਵੀ ਢੋਈ ਨਹੀਂ ਹੋਣੀ, ਨਰਕ ਦੇ ਬਰਾਬਰ ਆ ਜਾ। ਘਰ ਦੇ ਜੀ ਚਾਚੇ ਤਾਏ ਅਲਾਸ ਤੋਂ ਬਿਨਾਂ ਮਰ ਜਾਣ ਤੇ ਮੁੰਡਾ ਬਾਹਰ ਜਾ ਕੇ ਲੋਕਾਂ ਦੀ ਸੇਵਾ ਕਰਦਾ ਫਿਰੇ, ਉਹ ਵੀ ਨਰਕ ਦੀ ਜ਼ਿੰਦਗੀ ਜੀ ਰਿਹਾ, ਕਦਰ ਉਹਦੀ ਵੀ ਨਹੀਂ ਪੈਣੀ। ਆ ਜਾ ਬਾਬਾ, ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਉਹ ਸ਼ੇਰਾਂ ਵਾਲੀਏ ਮੇਰਾ ਵਾਲੀਏ, ਲਾਟਾ ਵਾਲੀਏ ਜੋਟਾ ਵਾਲੀਏ, ਆਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ, ਸ਼ੇਰਾਂ ਵਾਲੀਏ, ਸ਼ੇਰਾਂ ਵਾਲੀਏ, ਮੇਰਾ ਵਾਲੀਏ, ਕੌਣ ਤੁਰਿਆ ਫਿਰਦਾ ਹੈ ਉਹ ਨਾ ਕਿਤੇ ਡਾਂਗਾ ਪਵਾ ਦੀ ਸਾਂ। ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ, ਜਦੋਂ ਦੇ ਅਸੀਂ ਤੇਰੇ ਹੋ ਗਏ, ਮੈਨੂੰ ਸੱਚੀ ਮੌਜਾਂ ਲੱਗੀਆਂ ਨੇ। ਆ ਮੇਰੇ ਤਿੰਨ ਚਾਰ ਪੁਰਾਣੇ ਲੰਗੋਟੀਏ ਯਾਰ ਖੜੇ ਨੇ, ਪਟਿਆਲੇ ਦੀ ਕੋਈ ਗਲੀ ਨਾ ਛੱਡਣੀ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ, ਇੱਧਰ ਕਦੇ ਉੱਧਰ, ਰਾਤ ਨੂੰ ਚਲੋ ਪਰੌਂਠੇ ਖਾਈਏ ਬਈ, ਆਹ ਪੁਲ ਦੇ ਥੱਲੇ ਖਾ ਲਓ, ਚਲੋ ਜੀ ਹੋਸਪਿਟਲ ਦੇ ਸਾਹਮਣੇ ਖਾ ਲਓ ਜੀ, ਕਿਸੇ ਦੇ ਮੋਟਰਸਾਈਕਲ 'ਚੋਂ ਤੇਲ ਕੱਢ ਲਿਆ, ਕੁਛ ਕੁਛ ਕਰ ਲਿਆ, ਪਰ ਸ਼ੁਕਰ ਆ ਇਹਨੇ ਮੌਜਾਂ ਲਾਤੀਆਂ ਸਰ, ਇਹਨੇ ਮੌਜਾਂ ਲਾਤੀਆਂ, ਇਹਨੇ ਇਹਨੇ ਰੋਟੀ ਪਾਤੀ। ਔਰ ਗੱਲ ਕਿੱਦਾਂ, ਇਹ ਮੇਰੀ ਮਾਂ ਜਾਣਦੀ ਹੈ ਜਾਂ ਮੈਂ ਜਾਣਦਾ, ਮੇਰਾ ਖਸਮ ਜਾ ਸਕਦਾ। ਮੈਂ ਇੰਨਾ ਕੁ ਦੁਖੀ ਹੋ ਗਿਆ ਬਾਬਾ ਜੀ, ਮੈਂ ਇੱਥੋਂ ਤੱਕ ਵੀ ਸੁਸਾਈਡ ਕਰਨ ਦਾ ਮਨ ਬਣ ਜਾਂਦਾ ਕਈ ਵਾਰੀ, ਵੀ ਜ਼ਿੰਦਗੀ 'ਚ ਅੱਗੇ ਤਾਂ ਵੱਧ ਨਹੀਂ ਰਹੇ। ਮਿਊਜ਼ਿਕ ਦੀ ਐੱਮ ਏ ਕਰ ਲਈ, ਕਲਾਸੀਕਲ ਡਾਂਸ ਤੋਂ ਬੀ ਏ ਕਰ ਲਈ, ਥੀਏਟਰ ਦੀ ਐੱਮ ਏ ਕਰ ਲਈ, ਵੀ ਬਣ ਤਾਂ ਕੁਛ ਨਹੀਂ ਰਿਹਾ, ਪਰਿਵਾਰ ਕਿੱਦਾਂ ਚੱਲੂਗਾ ਬਾਬਾ ਜੀ। ਪਰ ਮੈਨੂੰ ਕੀ ਪਤਾ ਸੀ ਕਿ ਇਹ ਮੇਰੇ ਨਾਲ ਰੁੱਸੀ ਹੋਈ ਹੈ। ਮੈਨੂੰ ਦਾਤਾ ਸਰਕਾਰ ਕਹਿਣ ਲੱਗੇ ਮੇਰੇ ਮੁਰਸ਼ਦੇ,
ਕਮਲ ਮੇਰੇ ਸਿਰ ਦੇ ਸਾਈਂ ਬਾਪੂ ਗੁਲਾਮ ਸਿੰਘ ਸੁਰਿੰਦਰ ਸ਼ਾਹ ਕਹਿਣ ਲੱਗੇ ਹੋ ਸ਼ੇਰਾ, ਕਹਿੰਦਾ ਤੈਨੂੰ ਪਤਾ ਤੇਰੇ ਨਾਲ ਮਾਈ ਰੁੱਸੀ ਹੋਈ ਹੈ? ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਪਤਾ। ਕਹਿੰਦੇ ਜਾ ਕੇ ਮਨਾਲਾ ਤੇ ਤੇਰੇ ਬੇੜੇ ਪਾਰ ਹੋ ਜਾਣਗੇ। ਮੈਂ ਕਿਹਾ ਜੋ ਹਜ਼ੂਰ। ਮੈਂ ਕਿਹਾ ਜੀ ਮੰਗਦੀ ਕੀ ਹੈ ਮਾਈ ਉਹ ਦੱਸੋ। ਕਹਿੰਦੇ ਇੱਕ ਭੇਟ ਮੰਗਦੀ ਤੇਰੇ ਕੋਲੋਂ। ਮੈਂ ਬੜੀਆਂ ਭੇਟਾਂ ਲਿਖਾਈਆਂ, ਜਾ ਕੇ ਸਾਈ ਨੂੰ ਸੁਣਾਈਆਂ। ਮੈਂ ਕਿਹਾ ਸਾਈ ਜੀ ਕਰ ਦਈਏ। ਕਹਿੰਦੇ ਮਾਈ ਨੂੰ ਪਸੰਦ ਨਹੀਂ ਆ ਰਹੀ। ਹਕੀਕਤ ਦੀ ਗੱਲ ਹੈ। ਮੈਂ ਚਲੋ ਕੁਦਰਤੀ ਮੈਂ ਇੱਕ ਸ਼ੂਟ ਦੇ ਦੌਰਾਨ ਦੁਬਈ ਜਾ ਰਿਹਾ ਸੀ। ਉਹ ਜਹਾਜ਼ ਜਦੋਂ ਤਾਂ ਨੂੰ ਚੜਿਆ ਤੇ ਮੇਰੇ ਸਾਹ ਵੀ ਤਾਂ ਨੂੰ ਚੜ ਗਏ। ਮੈਂ ਕਿਹਾ ਕਿਤੇ ਮਰ ਨਾ ਜਾਈਏ, ਪਹਿਲੀ ਵਾਰ ਬੈਠੇ ਸੀ ਬਾਬੇ। ਉਹ ਜਹਾਜ਼ ਜਦੋਂ ਉੱਪਰ ਨੂੰ ਗਿਆ ਔਰ ਸੱਚ ਜਾਣੇ ਉਹ ਮਾਈ ਦੀ ਐਸੀ ਯਾਦ ਆਈ, ਉਹ ਫੋਨ ਦਾ ਨੈਟਵਰਕ ਕੰਮ ਕਰਨਾ ਛੱਡ ਗਿਆ ਪਰ ਲਿਖਣਾ ਬੰਦ ਨਹੀਂ ਹੋਇਆ। ਮੈਂ ਉੱਥੇ ਬਹਿ ਕੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਮਾਈ ਨੇ ਐਸਾ ਲਿਖਾਇਆ, ਐਸੀ ਭੇਟ ਲਿਖਾਈ, ਐਸੀ ਭੇਟ ਮੈਂ ਜਦੋਂ ਕੀਤੀ ਉਸ ਤੋਂ ਬਾਅਦ ਕਾਸ਼ੀ ਤੋਂ ਕਾਸ਼ੀ ਨਾਥ ਬਣਾਤਾ ਮੇਰੀ ਮਾਂ ਨੇ, ਮੇਰੇ ਪੀਰਾਂ ਨੇ। ਉਸ ਤੋਂ ਬਾਅਦ ਵਾਰੇ ਮੇਰੇ ਹੋ ਗਏ। ਅੱਜ 14 ਤਰੀਕ ਤੋਂ ਅੱਜ ਤੁਹਾਡਾ ਪਹਿਲਾ ਪ੍ਰੋਗਰਾਮ। ਮੈਂ ਸ਼ੁਕਰਗੁਜ਼ਾਰ ਹਾਂ ਜਿਮੀ ਭਾਜੀ ਤੁਹਾਡਾ ਤੇ ਤੁਹਾਡੀ ਸਾਰੀ ਸੰਗਤ ਦਾ ਕਿ ਮਾਂ ਦੇ ਪਹਿਲੇ ਦਿਨ ਲਈ ਤੁਸੀਂ ਮੈਨੂੰ ਚੁਣਿਆ। ਤੁਹਾਡੀ ਬੜੀ ਮਿਹਰਬਾਨੀ ਇਸ ਨੌਕਰ ਨੂੰ ਚੁਣਨ ਲਈ। 14 ਤੋਂ ਲੈ ਕੇ ਮਈ ਤੋਂ ਅਗਲਾ ਮਹੀਨਾ ਜੂਨ ਦੀ 30 ਤਰੀਕ ਤੱਕ ਇੱਕ ਦਿਨ ਵਿਹਲਾ ਨਹੀਂ ਹੈਗਾ। ਮੈਂ ਦੁਆਬੇ ਦੀ ਰੋਟੀ ਖਾਣੀ ਹੁਣ ਇਹ 14 ਤੋਂ ਲੈ ਕੇ 30 ਜੂਨ ਤੱਕ ਇਹ ਖਵਾਉਣ ਵਾਲੀ ਬੈਠੀ ਮਾਂ। ਇਹ ਮੇਰੇ ਪੀਰ ਫਕੀਰ ਬੈਠੇ, ਪੈਗੰਬਰ ਬੈਠੇ। ਆ ਜਾਓ ਸ਼ਿਵਰੰਜਨੀ ਬਣਾਓ, ਪਹਿਲੇ ਉਹੀ ਚੀਜ਼ ਸੁਣਾਈ ਭਾਈ। ਕਿਵੇਂ ਮਨਾਇਆ ਫਿਰ ਇਹਨੂੰ ਸੁਣਿਓ, ਤੁਸੀਂ ਵੀ ਮਨਾਓ। ਮੈਂ ਭੁੱਲ ਗਿਆ ਸਾਂ ਤੈਨੂੰ, ਤੈਨੂੰ ਤੂੰ ਮੈਨੂੰ ਯਾਦ ਕਰਾਇਆ, ਹੁਣ ਬਖਸ਼ ਗੁਨਾਹ ਮੇਰੇ ਮੈਂ ਤੇਰੇ ਚਰਨੀ ਆਇਆ। ਹਰ ਸਾਲ ਮੈਂ ਹੁਣ ਤੇਰੇ ਮਾਦਰ ਤੇ ਆਵਾਂਗਾ, ਜਿੰਨੀ ਵਾਰ ਮਾਰੂ ਸੇ ਓਨੀ ਵਾਰ ਮਨਾਵਾਂ, ਤੂੰ ਜਿੰਨੀ ਵਾਰ ਮਾਰੂ ਸੇਗੀ ਮੈਂ ਓਨੀ ਵਾਰ ਮਨਾਵਾਂਗਾ। ਰੰਗ ਬਣ ਜਾ ਤੇਰੀ ਚੁੰਨੀ ਦਾ, ਚੂੜਾ ਬਣ ਜਾ ਤੇਰੀਆਂ ਬਾਵਾਂ ਦਾ, ਰੰਗ ਬਣ ਜਾ ਤੇਰੀ ਚੁੰਨੀ ਦਾ, ਚੂੜਾ ਬਣ ਜਾ ਤੇਰੀਆਂ ਬਾਵਾਂ ਦਾ, ਮਹਿੰਦੀ ਬਣ ਜਾ ਤੇਰੇ ਹੱਥਾਂ ਦੀ, ਫੁੱਲ ਬਣ ਜਾ ਤੇਰੀਆਂ ਰਾਹਾਂ ਦਾ, ਮਹਿੰਦੀ ਬਣ ਜਾ ਤੇਰੇ ਹੱਥਾਂ ਦੀ, ਫੁੱਲ ਬਣ ਜਾ ਤੇਰੀਆਂ ਰਾਹਾਂ ਦਾ। ਜੋ ਲਿਖਵਾਤਾ ਤੂੰ ਮੈਂ ਸਭ ਨੂੰ ਸੁਣਾਵਾਂਗਾ, ਜਿੰਨੀ ਵਾਰ ਮਾਰੂ ਓਨੀ ਵਾਰ ਮਨਾਵਾਂ। ਆਜੋ ਮੈਂ ਭੁੱਲ ਗਿਆ ਸਾਂ ਤੈਨੂੰ ਤੂੰ ਮੈਨੂੰ ਯਾਦ ਕਰਾਇਆ, ਮੈਂ ਭੁੱਲ ਗਿਆ ਸਾਂ ਤੈਨੂੰ ਤੂੰ ਮੈਨੂੰ ਯਾਦ ਕਰਾਇਆ, ਮੈਂ ਭੁੱਲ ਗਿਆ ਸਾਂ ਤੈਨੂੰ ਤੂੰ ਮੈਨੂੰ ਯਾਦ ਕਰਾਇਆ, ਭੁੱਲ ਗਿਆ ਸਾਂ ਤੈਨੂੰ ਤੂੰ ਮੈਨੂੰ ਯਾਦ ਕਰਾਇਆ, ਹੁਣ ਬਖਸ਼ ਗੁਨਾਹ ਮੇਰੇ ਮੈਂ ਤੇਰੇ ਚਰਨੀ ਆਇਆ, ਗੁਨਾਹ ਮੇਰੇ ਹਰ ਸਾਲ ਮੈਂ ਹੁਣ ਤੇਰੇ ਮਾਦਰ ਤੇ ਆਵਾਂਗਾ।
ਵਾਰ ਮਾਂ ਰੁੱਸੇਗੀ ਓਨੀ ਵਾਰ ਮਨਾਵਾ, ਜਿੰਨੀ ਵਾਰ ਮਾਂ ਰੁੱਸੇਗੀ ਓਨੀ ਵਾਰ ਮਨਾਵਾਂਗਾ, ਜਿੰਨੀ ਵਾਰ ਮਾਂ ਰੁੱਸੇਗੀ ਓਨੀ ਵਾਰ ਮਨਾਵਾਂਗਾ। ਚੁੰਨੀ ਦਾ ਚੂੜਾ ਬਣ ਜਾ ਤੇਰੀਆਂ ਬਾਵਾਂ ਦਾ, ਰੰਗ ਬਣ ਜਾ ਤੇਰੀ ਚੁੰਨੀ ਦਾ ਚੂੜਾ ਬਣ ਜਾ ਤੇਰੀਆਂ ਬਾਵਾਂ ਦਾ, ਮਹਿੰਦੀ ਬਣ ਜਾ ਤੇਰੇ ਹੱਥਾਂ ਦੀ, ਫੁੱਲ ਬਣ ਜਾ ਤੇਰਿਆਂ ਰਹਿਮਤਾਂ ਦਾ, ਫੁੱਲ ਬਣ ਜਾ ਤੇਰਿਆਂ, ਮਹਿੰਦੀ ਬਣ ਜਾ ਤੇਰੇ ਹੱਥਾਂ ਦੀ, ਫੁੱਲ ਬਣ ਜਾ ਤੇਰਿਆਂ ਰਹਿਮਤਾਂ, ਕਾਸ਼ੀ ਤੇ ਕਿਰਪਾ ਹੋਈ ਹਰ ਕਿਸੇ ਨੂੰ ਸੁਣਾਵਾਂਗਾ, ਜਿੰਨੀ ਵਾਰ ਮਾਂ ਰੁੱਸੇਗੀ ਓਨੀ ਵਾਰ ਮਨਾਵਾਂ, ਓਨੀ ਵਾਰ ਮਨਾਵਾਂ, ਜਿੰਨੀ ਵਾਰ ਮਾਂ ਰੁੱਸੇਗੀ ਓਨੀ ਵਾਰ ਮਨਾਵਾਂਗਾ। ਬੈਠੀ ਹੋਵੇ ਜੇ ਸਾਹਮਣੇ ਐਨ ਮੇਰੀ ਮਾਂ, ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ, ਜਿੰਨੀਆਂ ਮਿਲੀਆਂ ਦਰਦੇ ਤੂੰ ਖੁਸ਼ੀਆਂ ਮਾਂ, ਮੈਂ ਦਰ ਛੱਡ ਕੇ ਕਿਤੇ ਜਾ ਨਹੀਂ ਸਕਦਾ, ਜੇ ਹੁੰਦੀ ਨਾ ਮਿਹਰਬਾਨ ਮਾਂ ਸਰਸਵਤੀ ਓ ਮੈਂ ਕਦੇ ਗਾ ਨਹੀਂ ਸਕਦਾ, ਜੇ ਨਾ ਹੁੰਦੀ ਤੇਰੀ ਮਿਹਰ ਦਾਤੀ ਇਹ ਮੈਂ ਚੱਲ ਕੇ ਇੱਥੇ ਆ ਨਹੀਂ ਸਕਦਾ। ਇੱਕ ਨਜ਼ਰ ਕਰਮ ਦੀ ਤੱਕਦਾ, ਇੱਕ ਨਜ਼ਰ ਕਰਮ ਦੀ, ਇੱਕ ਨਜ਼ਰ ਕਰਮ ਦੀ, ਸ਼ੇਰਾਂ ਵਾਲੀਏ ਮੈਨੂੰ ਕੁੱਤਿਆਂ 'ਚ ਰੱਖਦਾ, ਸ਼ੇਰਾਂ ਵਾਲੀਏ ਮੈਨੂੰ ਕੁੱਤਿਆਂ 'ਚ ਰੱਖ ਲਾ। ਚਿਤੜੀ ਕਰ ਜਾਵਾਂ, ਇੱਕ ਵਾਰੀ ਪੱਲਾ ਫੜ ਲਾ, ਇੱਕ ਵਾਰੀ ਪੱਲਾ ਫੜ ਲਾ, ਸ਼ੇਰਾਂ ਵਾਲੀਏ ਮੈਨੂੰ ਕੁੱਤਿਆਂ 'ਚ ਰੱਖ ਲਾ, ਸ਼ੇਰਾਂ ਵਾਲੀਏ ਮੈਨੂੰ ਕੁੱਤਿਆਂ 'ਚ ਰੱਖ ਲਾ, ਸ਼ੇਰਾਂ ਵਾਲੀਏ ਮੈਨੂੰ ਕੁੱਤਿਆਂ 'ਚ ਰੱਖ ਲਾ।
ਜਿਨ੍ਹਾਂ ਦੀ ਮਾਂ ਮੰਨ ਜਾਵੇ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਬਾਬਾ ਜੀ, ਜਿਨ੍ਹਾਂ ਦੀ ਮਾਂ ਮੰਨ ਜਾਵੇ। ਅਸੀਂ ਕਈ ਜਨਮਾਂ ਦੇ ਜਾਗਦੇ ਹਾਂ, ਅਸੀਂ ਕਈ ਜਨਮਾਂ ਦੇ ਜਾਗਦੇ ਹਾਂ, ਇੱਕ ਪਲ ਵੀ ਸੁੱਤੇ ਨਹੀਂ। ਜਿੰਨੇ ਵਫਾਦਾਰ ਅਸੀਂ ਤੇਰੇ ਹਾਂ, ਇੰਨੇ ਵਫਾਦਾਰ ਮਾਂ ਕੁੱਤੇ ਵੀ ਨਹੀਂ। ਮੈਂ ਹੋਰ ਕਿਸੇ ਤੋਂ ਕੀ ਲੈਣਾ, ਮੈਂ ਹੋਰ ਕਿਸੇ ਤੋਂ ਕੀ ਲੈਣਾ, ਤੇਰੇ ਦਰ ਦਾ ਹੋ ਕੇ ਜੀ ਲੈਣਾ, ਤੇਰੇ ਦਰ ਦਾ ਹੋ ਕੇ ਜੀ ਲੈਣਾ। ਇੱਕ ਵਾਰੀ ਪੱਲਾ ਫੜਦਾ, ਵਾਰੀ ਪੱਲਾ ਸ਼ੇਰਾਂ ਵਾਲੀਏ, ਤੂੰ ਮੈਨੂੰ ਕੁੱਤਿਆਂ 'ਚ ਰੱਖਦਾ। ਸਾਡੀ ਜਗ੍ਹਾ ਦੇ ਕੁੱਤਿਆਂ 'ਚ ਹੀ ਹੋਊਗੀ ਬਹੁਤ ਵੱਡੀ ਗੱਲ। ਅਸੀਂ ਉੱਚੇ ਹੋ ਕੇ ਲੈਣਾ ਕੀ ਬਾਬਾ ਜੀ, ਦੋ ਰੋਟੀਆਂ ਖਾਣੀਆਂ ਉਹ ਮਿਲ ਜਾਣੀਆਂ। ਉਸਤਾਦ ਜੀ ਗਲਤ ਕਹਿ ਰਹੇ, ਆ ਜਾਓ। ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ, ਜਦੋਂ ਦੇ ਅਸੀਂ ਤੇਰੇ ਹੋ ਗਏ। ਜਿੰਮੀ ਸ਼ੇਰ ਗਿਲਾ, ਜਿੰਮੀ ਸ਼ੇਰ ਤੇਰੀ ਗੱਲ ਕਰਨ ਲੱਗਾ ਮੈਂ। ਜਦੋਂ ਦੇ ਲੜ ਲੱਗੇ ਹੋ, ਕੁਛ ਮਿਲਿਆ ਵੀ ਹੈ, ਵੱਧ ਕੁਛ ਮਿਲਿਆ। ਜਿਹੜੇ ਕਿਸੇ ਵੀ ਗੁਰੂ ਪੀਰ ਮੰਦਿਰ ਮਸਜਿਦ ਚਰਚ ਕਿੱਥੇ ਕਿੱਥੇ ਵੀ ਜੁੜੇ ਆ, ਇਮਾਨਦਾਰੀ ਨਾਲ ਯਾਦ ਰੱਖਿਓ, ਆਪਣੇ ਦਿਮਾਗ ਦੇ ਵਿੱਚ ਗੱਲ ਸੋਚਿਓ। ਜਿਹੜੇ ਲੋਕ ਕਹਿੰਦੇ ਨਾ ਸਾਡਾ ਬਣਿਆ ਕੁਛ ਨਹੀਂ, ਸਾਡਾ ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਜਿਨ੍ਹਾਂ ਦਾ ਬਣਿਆ ਕੁਛ ਨਹੀਂ, ਜਿੱਦਣ ਦੇ ਜੁੜੇ ਹੋ ਉਦਣ ਦਾ ਵਿਗੜਨ ਵੀ ਕੁਛ ਨਹੀਂ ਦਿੱਤਾ ਬਾਬਾ ਜੀ, ਉਦਣ ਦਾ ਵਿਗੜਨ ਵੀ ਕੁਛ ਨਹੀਂ ਦਿੱਤਾ ਇਹਨਾਂ ਨੇ, ਇਹ ਉਹ ਨੇ। ਸੂਰਜ ਆ ਗਿਆ, ਚੜ ਗਿਆ ਸੂਰਜ। ਹਰ ਬੰਦੇ ਨੂੰ ਮਾਂ ਰੋਟੀ ਦਿੰਦੀ ਹੈ, ਗੁਰੂ ਪੀਰ ਪੈਗੰਬਰ ਰੋਟੀ ਦਿੰਦੇ। ਕੀ ਹੋਇਆ,
ਇਹ ਆਪਣੇ ਦਿਲੋਂ ਦਿਮਾਗ ਚੋਂ ਕੱਢ ਦਿਓ। ਜਿਹੜੀ ਮੈਂ ਤੁਹਾਨੂੰ ਸਟਾਰਟਿੰਗ 'ਚ ਗੱਲ ਕਹੀ ਸੀ ਨਾ, ਦੇਵੀ ਦਿਖਾ ਕੇ ਜਾਊਂਗਾ, ਦੇਵੀ ਇੱਥੇ ਨਹੀਂ ਖੜੂਗੀ। ਦੇਵੀ ਦਿਖਾਉਣ ਦਾ ਮਤਲਬ ਕੀ ਹੈ ਕਿ ਜਿਹੜੀ ਜਿਹੜੇ ਦੇਵੀ ਦੇ ਨਿਯਮ ਨੇ, ਜਿਸ ਨੀਮ 'ਤੇ ਧਰਤੀ ਟਿੱਕੀ ਹੋਈ ਹੈ, ਜੇ ਉਹ ਗੱਲਾਂ ਤੁਹਾਨੂੰ ਸਮਝ ਆ ਗਈਆਂ, ਸਮਝ ਲਓ ਦੇਵੀ ਤੁਹਾਨੂੰ ਮਿਲ ਗਈ। ਬਾਬਾ ਜੀ, ਇਹ ਸੂਰਤ, ਇਹ ਸ਼ਕਲ, ਇਹ ਜਵਾਨੀ, ਇਹ ਗੱਡੀਆਂ, ਕਾਰਾਂ, ਕੋਠੀਆਂ, ਇਹ ਸਭ ਇੱਥੇ ਰਹਿ ਜਾਣੀਆਂ। ਯਾਦ ਰੱਖਿਓ, ਇੱਕ ਦਿਨ ਯਾਦ ਰੱਖਿਓ, ਅੱਜ ਇੱਕ ਸੋਹਣਾ ਲੜਕਾ ਜਿਹਨੂੰ ਬਹੁਤ ਹੁਸਨ ਮਾਲਕ ਨੇ ਦਿੱਤਾ ਹੋਵੇ, ਇੱਕ ਸੋਹਣੀ ਧੀ ਜਿਹਨੂੰ ਬਹੁਤ ਮਾਲਕ ਨੇ ਹੁਸਨ ਦਿੱਤਾ ਹੋਵੇ, ਜੇ ਉਹ ਇਹ ਕਵੇ ਨਾ ਕਿ ਮੇਰੇ ਵਰਗਾ ਕੋਈ ਨਹੀਂ, ਜਾਂ ਮੁੰਡਾ ਕਵੇ ਮੇਰੇ ਵਰਗਾ ਕੋਈ ਨਹੀਂ, ਉਹ ਦੁਨੀਆਂ ਦਾ ਸਭ ਤੋਂ ਵੱਡਾ ਵਹਿਮ ਪਾਲੀ ਖੜਾ ਹੈ। ਬਾਬਾ ਜੀ, ਮਿੱਟੀ ਹੈ, ਮਿੱਟੀ 'ਚ ਹੋ ਜਾਣਾ, ਇਹ ਭੁਲੇਖਾ ਆਪਣੇ ਮਨ 'ਚੋਂ ਕੱਢ ਦਿਓ। ਔਰ ਨਾਲ ਪਤਾ ਕੀ ਜਾਣਾ ਹੈ, ਜਿਹਨੂੰ ਤੁਸੀਂ ਅਦਬ ਨਾਲ ਬੋਲਿਆ ਵੀ ਸਤਿ ਸ਼੍ਰੀ ਅਕਾਲ ਜੀ, ਜੈ ਮਾਤਾ ਦੀ, ਕੀ ਹਾਲ ਚਾਲ ਹੈ ਬਾਬੇ ਜੀ ਆਇਆਂ ਨੂੰ, ਜਿਹਨੂੰ ਝੋਕੇ ਮਿਲ ਲਿਆ ਉੱਥੇ ਅਮਲਾਂ ਦੇ ਹੋਣੇ ਆ, ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ, ਨਾ ਸ਼ਕਲਾਂ ਨੂੰ ਨਹੀਂ ਦੇਖਣਾ ਉੱਥੇ, ਉੱਥੇ ਤਾਂ ਸ਼ਾਇਦ ਅਸੀਂ ਦੇਖਿਆ ਨਹੀਂ ਪਰ ਸੁਣਿਆ ਹੋਊਗਾ, ਕੀ ਪਤਾ ਉਹਨੇ ਨਜ਼ਰ ਚੱਕ ਕੇ ਦੇਖਣਾ ਵੀ ਕਿ ਨਹੀਂ ਦੇਖਣਾ, ਕਿਹਨੂੰ ਲੈ ਕੇ ਆਏ ਆ। ਉਹਨੇ ਗੁਨਾਹ ਦੀ ਲਿਸਟ ਕੱਢਣੀ ਹੈ ਤੇ ਇੰਨੇ ਗੁਨਾਹ ਨੇ, ਠੋਕ ਦਿਓ ਜਿੱਥੇ ਪੈਂਦਾ ਇਹਦਾ, ਜਿੱਥੇ ਨਰਕਾਂ ਦੀ ਜਗ੍ਹਾ, ਜਿੱਥੇ ਇਹਦਾ ਕਮਰਾ ਹੈਗਾ ਪਾ ਦਿਓ ਉਹਨੂੰ ਉੱਥੇ। ਤੇ ਕਿਉਂ, ਕਿਸ ਚੀਜ਼ ਦਾ ਮਾਣ ਚੱਕੀ ਫਿਰਦਾ ਇਨਸਾਨ, ਕਾਹਦਾ ਮਾਣ ਚੱਕੀ ਫਿਰਦਾ? ਕਦੇ ਦੇਵੀ ਨੇ ਕਿਹਾ, ਇੱਕ ਤੁਹਾਡੇ ਇਸ ਪਟਿਆਲੇ ਸ਼ਹਿਰ ਦੇ ਵਿੱਚ ਰੌਲਾ ਹੋਇਆ ਸੀ, ਕਨਈਆ ਮਿੱਤਲ ਜੀ ਨੇ ਕਿਹਾ ਸੀ ਵੀ ਮੁਸਲਮਾਨ ਜਾਗਰਣ ਕਰਤੇ ਹੈ, ਯੇ ਵੋ। ਮੈਨੂੰ ਉਹ ਬੰਦਾ, ਮੈਂ ਉਹਦੀ ਬੜੀ ਰਿਸਪੈਕਟ ਕਰਦਾ, ਉਹ ਚੰਗਾ ਗਵਾਈਆ ਹੋਊਗਾ ਮੇਰੇ ਨਾਲ, ਉਹ ਚਕੋਟੀ ਦਾ ਗਵਾਈਆ ਹੋਊਗਾ, ਪਰ ਉਹਦੀ ਇੰਨੀ ਕੁ ਅਕਲ ਦੇਖਣਾ ਚਾਹੁੰਦਾ ਕਿ ਮੈਨੂੰ ਉਹ ਮਾਈ ਦੀ ਜਾਤ ਦੱਸ ਦੇਵੇ, ਮਾਈ ਕਿਹਨਾਂ ਦੀ ਹੈ। ਉਹ ਬੰਦਾ ਮੈਨੂੰ ਇਹ ਦੱਸ ਦੇਵੇ ਕਿ ਮਾਈ ਵਾਲਮੀਕੀ ਪਰਿਵਾਰ ਚੋਂ ਹੈ, ਕਿ ਮਾਈ ਰਵੀਦਾਸੀਆਂ ਦੀ ਹੈ, ਕਿ ਮਾਈ ਸਿੱਖਾਂ ਦੀ ਹੈ, ਕਿ ਮਾਈ ਬ੍ਰਾਹਮਣਾਂ ਦੀ ਹੈ, ਮਾਈ ਦੀ ਜਾਤ ਕੀ ਹੈ, ਦੱਸੂਗਾ ਉਹ ਆ ਕੇ ਮੈਨੂੰ। ਮਾਈ ਦੀ ਜਾਤ ਕੋਈ ਹੈ, ਸਿਰਫ ਮਾਂ। ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਉਹਨੂੰ ਇਸ ਚੀਜ਼ ਨਾਲ ਲੈਣਾ ਦੇਣਾ ਨਹੀਂ ਹੈ। ਇਮਾਨਦਾਰੀ ਨਾਲ ਦੱਸਿਓ, ਇਹ ਜਾਤਾਂ ਕੀ ਇਹਨੇ ਬਣਾ ਕੇ ਭੇਜੀਆਂ ਨੇ? ਇਹਨੇ ਤੇ ਆਪਣਾ ਪੁੱਤ, ਆਪਣਾ ਬੱਚਾ ਬਣਾ ਕੇ ਦੁਨੀਆਂ ਤੇ ਭੇਜੀ, ਜਾਤਾਂ ਤੇ ਅਸੀਂ ਬਣਾ ਲਈਆਂ। ਜਿੱਦਣ ਇਨਸਾਨ ਮਾਂ ਦੀ ਕੁੱਖ ਚੋਂ ਬਾਹਰ ਆਉਂਦਾ ਹੈ, ਉਹ ਜਿਵੇਂ ਭੈਣ ਬੱਚਾ ਲੈ ਕੇ ਬੈਠੀ ਹੈ, ਇਸ ਬੱਚੇ ਨੂੰ ਹੌਲੀ ਹੌਲੀ ਕੀ ਸਿਖਾਇਆ ਜਾਊਗਾ? ਜੇ ਉਹ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਬੇਟਾ ਇਹਨੂੰ ਸਤਿ ਸ਼੍ਰੀ ਅਕਾਲ ਬੁਲਾਓ, ਇਹਨੂੰ ਫਤਿਹ ਫਤਿਹ ਬੁਲਾਓ, ਉਹਨੇ ਉਹ ਕਹਿਣਾ। ਜੇ ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋਣਗੇ, ਪਹਿਲੀ ਗੱਲ ਇਹ ਚੀਜ਼ਾਂ ਹੈਗੀਆਂ ਨੇ, ਇਹਨਾਂ ਨੂੰ ਕੱਢ ਦਿਓ ਆਪਣੇ ਦਿਲੋਂ ਦਿਮਾਗ 'ਚੋਂ। ਵੈਸੇ ਇੱਕ ਇਗਜ਼ਾਮਪਲ ਦੇ ਰਿਹਾ, ਉਹ ਕਹੂਗੀ ਬੇਟਾ ਇਹਨੂੰ ਰਾਮ ਰਾਮ ਬੁਲਾਓ, ਜੈ ਸਿਆ ਰਾਮ ਬੁਲਾਓ, ਇੱਦਾਂ ਕਹੂਗੀ। ਜੇ ਉਹ ਮੁਸਲਮਾਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਣ, ਕਹਿਣਗੇ ਖੁਦਾ ਹਾਫਿਜ਼, ਸਲਾਮ ਵਾਲੀਕੁਮ ਬੋਲਦੇ ਹੋਣਗੇ। ਬਾਬਾ ਜੀ, ਉਹਨੂੰ ਥੋੜ੍ਹੀ ਪਤਾ ਉਹ ਕਿਹੜੀ ਜਾਤ ਦਾ ਹੈ, ਉਹ ਅਜੇ ਤੁਹਾਨੂੰ ਇਹ ਵੀ ਨਹੀਂ ਪਤਾ ਮੈਂ ਬੈਠਾ ਕਿੱਥੇ ਹਾਂ। ਉਹ ਤਾਂ ਆਪਣੇ ਰੰਗ 'ਚ ਹੈ, ਉਹ ਆਪਣੀ ਮੌਤ 'ਚ ਹੈ। ਬਾਬਾ ਜੀ, ਫਿਰ ਕਿਉਂ ਵੰਡੀਆਂ ਪਾਈ ਖੜੇ ਹੋ ਬਾਬੇ? ਉਹ ਜੀ ਕਰਕੇ ਬੋਲੋ, ਖੁਸ਼ੀਆਂ ਗੁਣਗੀਆਂ, ਜੀ ਕਰਕੇ ਬੋਲੋ ਇੱਕ ਦੂਜੇ ਨੂੰ, ਜੀ ਜੀ ਜੀ, ਖੁਸ਼ੀਆਂ ਗੁਣਗੀਆਂ। ਇਹਨੂੰ ਮਨਾਉਣ ਦਾ ਇੱਕੋ ਤਰੀਕਾ ਹੈ, ਕਿਸੇ ਨੂੰ ਹੱਸ ਕੇ ਬੋਲੋ, ਇਹਨੇ ਕਹਿ ਦੇਣਾ ਮੈਂ ਤੇਰੀ ਹਾਂ, ਕਿ ਮਾਂ ਮੈਂ ਗਲਤ ਕਹਿ ਰਿਹਾ।
ਇਹ ਨਾਲ ਤੁਸੀਂ ਲੱਡੂ ਗੋਪਾਲ ਰੱਖਿਆ ਹੋਇਆ ਬੈਠਾ ਨਾ ਲੱਡੂ ਗੋਪਾਲ। ਓਏ ਜੇ ਜਾਤ ਪਾਤ ਦਾ ਰੌਲਾ ਹੁੰਦਾ, ਜੇ ਗਰੀਬੀ ਅਮੀਰੀ ਦਾ ਰੌਲਾ ਹੁੰਦਾ, ਫਿਰ ਸੁਦਾਮੇ ਦੇ ਚਰਨਾਂ ਨੂੰ ਧੋ ਕੇ ਕਿਉਂ ਪੀਂਦਾ ਬਾਬਾ ਜੀ? ਫਿਰ ਕਿਉਂ ਪੀਂਦਾ ਦੱਸੋ, ਕਿਉਂ ਭੱਜਦਾ ਨੰਗੇ ਪੈਰੀ ਸੁਦਾਮੇ ਦੇ ਪਿੱਛੇ? ਜੇ ਇਨਸਾਨ ਤੇ ਇਨਸਾਨ ਦਾ ਰੌਲਾ ਹੁੰਦਾ ਕਿਉਂ ਭੱਜਦਾ? ਆਪਣੇ ਸਿੰਘਾਸਨ ਤੋਂ ਕੁੱਲ ਤਿੰਨ ਤਰਲੋਕੀ ਦਾ ਮਾਲਕ ਜਿਹਨੂੰ ਕਹਿੰਦੇ ਆ, ਦੀਨ ਦੁਨੀਆ ਦਾ ਮਾਲਕ, ਜਦੋਂ ਪਤਾ ਲੱਗਾ ਕਿ ਸੁਦਾਮਾ ਮੇਰੇ ਦਰਬਾਰ ਤੋਂ ਮੁੜ ਗਿਆ ਨੰਗੇ ਪੈਰੀ, ਨਾ ਕੰਡਿਆਂ ਦਾ ਪਤਾ ਲੱਗ ਰਿਹਾ, ਨਾ ਸੂਲਾਂ ਦਾ ਪਤਾ ਲੱਗ ਰਿਹਾ, ਨਾ ਰੋੜਿਆਂ ਦਾ ਪਤਾ ਲੱਗ ਰਿਹਾ, ਵੀ ਮੇਰਾ ਯਾਰ ਨਾ ਕਿੱਥੋਂ ਮੇਰੇ ਦੂਰ ਲੰਘ ਜਾਵੇ। ਜੇ ਐਡਾ ਵੱਡਾ ਪੈਗੰਬਰ ਜਿਹੜਾ ਦੁਨੀਆ ਚਲਾ ਰਿਹਾ ਜਿਹੜਾ, ਜੇ ਉਹ ਫਰਕ ਨਹੀਂ ਦੇਖਦਾ ਤਾਂ ਸਾਨੂੰ ਹੱਕ ਕਿਹਨੇ ਦਿੱਤਾ ਬਾਬਾ ਜੀ? ਅਸੀਂ ਇੱਕ ਦੂਜੇ 'ਚ ਫਰਕ ਦੇਖੀਏ, ਦੱਸੋ ਮੈਨੂੰ ਕਿਹਨੇ ਹੱਕ ਦਿੱਤਾ? ਹੈ ਮੇਰੀ ਜ਼ਿੰਦਗੀ ਦਾ ਇੱਕ, ਮੈਂ ਆਪਣੀ ਜ਼ਿੰਦਗੀ 'ਚ ਇੱਕ ਮਕਸਦ ਬਣਾਇਆ। ਮੈਂ ਅਜੇ ਤੱਕ ਜਿੰਨੇ ਲੋਕਾਂ ਨੂੰ ਮਿਲਿਆ, ਮੈਂ ਉਹਨੂੰ ਇਹ ਨਹੀਂ ਪੁੱਛਿਆ ਬਾਈ ਤੂੰ ਕਿਹੜੀ ਜਾਤੀ ਤੋਂ ਬਿਲੋਂਗ ਕਰਦਾ, ਇਹ ਮੇਰਾ ਅਸੂਲ ਹੈ। ਜਿੱਦਣ ਪੁੱਛੂੰਗਾ ਸ਼ਾਇਦ ਉੱਧਰ ਮੈਂ ਆਪਣੇ ਧਰਮ ਤੋਂ ਹਾਰ ਜਾਊਂਗਾ ਜਿਹੜਾ ਮੈਂ ਆਪਣੇ ਦਿਮਾਗ 'ਚ ਬਿਠਾਈ ਖੜਾ। ਕਾਹਦੀਆਂ ਜਾਤਾਂ ਪਾਤਾਂ, ਇਨਸਾਨ ਹੋ ਸਾਰੇ, ਤੁਸੀਂ ਸਾਰੇ ਇੱਕੋ ਹੀ। ਇਹ ਲਾਈਨ ਲੱਗੀ ਹੋਈ ਹੈ ਵਾਪਸ ਜਾਣ ਦੀ, ਇਹ ਲਾਈਨ ਲੱਗੀ ਹੋਈ ਹੈ ਉੱਥੋਂ ਆਉਣ ਦੀ। ਉਸ ਲਾਈਨ 'ਚ ਪਤਾ ਨਹੀਂ ਕੌਣ ਹੈ, ਜਿਹੜੀ ਲਾਈਨ ਜਾਣ ਦੀ ਲੱਗੀ ਹੋਈ ਹੈ, ਕੀ ਪਤਾ ਸਾਡਾ ਨੰਬਰ ਕਿਹੜੀ ਲਾਈਨ, ਉਸ ਲਾਈਨ 'ਚ ਕਿੱਥੇ ਖੜ੍ਹੇ ਹਾਂ ਅਸੀਂ, ਅਸੀਂ ਵੀ ਚਲੇ ਜਾਣਾ ਇੱਕ ਦਿਨ। ਅੱਖਾਂ ਬੰਦ ਕਰਕੇ ਸੋਚੋ, ਇੱਕ ਲਾਈਨ ਲੱਗੀ ਹੋਈ ਹੈ, ਇੱਕ ਘੰਟੇ ਦੇ ਵਿੱਚ ਹਜ਼ਾਰਾਂ ਲੱਖਾਂ ਬੰਦੇ ਜਾ ਰਹੇ ਉਸ ਅਕਾਲ ਪੁਰਖ ਕੋਲ, ਉਸ ਲਾਈਨ 'ਚ ਅਸੀਂ ਵੀ ਖੜ੍ਹੇ ਹੱਥ ਜੋੜ ਕੇ, ਸਾਡੀ ਵੀ ਵਾਰੀ ਆਉਣੀ ਹੈ। ਇੱਕ ਇਹ ਭੁੱਲ ਜਾਓ ਦਿਮਾਗ 'ਚ ਵੀ ਸਾਡੀ ਵਾਰੀ ਨਹੀਂ ਆਊਗੀ। ਉਹ ਜਿਹੜੀ ਮੇਰੀ ਮਾਤਾਵਾਂ ਬਜ਼ੁਰਗਾਂ ਪਿੱਛੇ ਬੈਠੀਆਂ ਨਾ, ਉਹ ਵੀ ਕਦੋਂ 5 ਸਾਲ ਦੀ ਧੀ ਕਿਸੇ ਦੀ ਸੀ, ਅੱਜ ਉਹਨਾਂ ਦੀ ਏਜ 70 ਤੋਂ ਪਲੱਸ ਹੋ ਚੁੱਕੀ ਹੈ। ਉਹਨਾਂ ਨੂੰ ਦੇਖ ਕੇ ਸਿੱਖੋ, ਆ ਸਾਡੇ ਬਜ਼ੁਰਗ ਬੈਠੇ, ਮਾਤਾ ਜੀ ਬੈਠੇ, ਇਹ ਵੀ ਕਦੋਂ ਕਿਸੇ ਦੀ ਕੁੱਖ 'ਚੋਂ ਜਨਮ ਲਿਆ, ਇਹ ਵੀ ਸਕੂਲ ਦੇ ਵਿੱਚ ਜਾਂਦੀ ਹੋਊਗੀ, ਇਹ ਵੀ ਰੋਂਦੀ ਹੋਊਗੀ ਮੈਂ ਨਹੀਂ ਸਕੂਲ ਜਾਣਾ, ਇਹਨੂੰ ਧੱਕੇ ਨਾਲ ਛੱਡ ਕੇ ਆਉਂਦੇ ਹੋਣਗੇ, ਪਰ ਅੱਜ ਉਹ ਕਿਹੜਾ ਸਮਾਂ ਬਿਤਾ ਕੇ ਇੱਥੇ ਆ ਕੇ ਬਹਿ ਗਈ, ਇਹਨੂੰ ਪਤਾ। ਫਿਰ ਕਾਹਦੇ ਰੋਸੇ ਬਾਬਾ ਜੀ? ਜਗਰਾਤਾ ਕੋਈ ਗਾਉਣਾ ਨਹੀਂ ਹੈਗਾ, ਗਾਉਣ ਵਾਲਾ ਨਚਾ ਕੇ ਚਲੇ ਗਿਆ ਜੀ, ਬਹੁਤ ਵਧੀਆ ਗਾਇਆ ਜੀ ਉਹਨੇ ਫਲਾਣੇ ਨੇ, ਬੱਲੇ ਰੰਗ ਬੰਨਤੇ ਜੀ, ਸਾਰੇ ਨੱਚੇ, ਜਗਰਾਤਾ ਇਹਨੂੰ ਨਹੀਂ ਕਹਿੰਦੇ। ਉਹ ਕਹਿੰਦੀ ਜਿਹੜਾ ਕੁਛ ਮੈਂ ਇਸ ਦੁਨੀਆ 'ਤੇ ਭੇਜਿਆ ਉਹਦਾ ਕੋਈ ਸਮਾਚਾਰ ਤਾਂ ਦਿਓ ਜਾ ਕੇ, ਅੱਗੇ ਕੌਣ ਬੋਲੂਗਾ ਬਾਬਾ ਜੀ? ਸਾਰੇ ਡਰਦੇ ਆ, ਕਿਸੇ ਦਾ ਕਿਸੇ ਨਾਲ ਰੌਲਾ ਨਹੀਂ ਹੈਗਾ ਬਾਬਾ। ਜੇ ਸਿੱਖ ਅਤੇ ਮੁਸਲਮਾਨ ਦਾ ਰੌਲਾ ਹੁੰਦਾ ਤਾਂ ਫਿਰ ਹਰਿਮੰਦਰ ਸਾਹਿਬ ਦੀ ਨਹੀਂ, ਇੱਕ ਮੁਸਲਮਾਨ ਪੀਰ ਤੋਂ ਕਿਉਂ ਰਖਵਾਈ ਬਾਬਾ ਜੀ? ਜੇ ਉਹਨਾਂ ਦਾ ਰੌਲਾ ਹੁੰਦਾ, ਕਿਸੇ ਦਾ ਰੌਲਾ ਨਹੀਂ। ਇਹ ਸਿਰਫ ਲੋਕਾਂ ਨੇ ਧੰਦੇ ਬਣਾਏ ਹੋਏ ਆ, ਬਸ ਫੂਟ ਡਾਲੋ ਰਾਜ ਕਰੋ, ਬਸ ਇਹ ਕੰਮ ਹੈ। ਅੱਜ ਮੈਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦਾ, ਚਾਹੇ ਉਹ ਬੀਜੇਪੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਹੋਵੇ, ਆਪਾਂ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ, ਸਾਡੀ ਸਰਕਾਰ 'ਤੇ ਬੈਠੀ ਹੈ ਸਮੇਂ ਦੀ ਸਰਕਾਰ। ਕਿਉਂ? ਕਿਉਂਕਿ ਕਿਸੇ ਸ਼ਾਇਰ ਦੀ ਲਾਈਨਾਂ ਨੇ ਕਿ ਹਮਾਰੀ ਪਹੁੰਚ ਸਰਕਾਰ ਤੱਕ ਵੀ ਹੈ ਔਰ ਪਰਵਰਦਿਗਾਰ ਤੱਕ ਵੀ ਹੈ, ਇਹ ਫੈਸਲਾ ਆਪ ਕਰੋ, ਸਜ਼ਾ ਯਹਾਂ ਸੇ ਲਓਗੇ ਜਾਂ ਉੱਪਰ ਸੇ ਲਓਗੇ। ਅਸੀਂ ਤਾਂ ਉੱਥੋਂ ਵੀ ਸਜ਼ਾ ਦਵਾ ਦੇਣੀ, ਕਹਿ ਦੇਣਾ ਜਿਹੜਾ ਸੱਚਾ ਇਨਸਾਨ, ਮੇਰੀ ਨਹੀਂ, ਮੈਂ ਸੱਚੇ ਇਨਸਾਨ ਦੀ ਗੱਲ ਕਰ ਰਿਹਾ। ਜਦੋਂ ਸੱਚੇ ਇਨਸਾਨ ਦੀ ਹੂਕ ਪੈਂਦੀ ਹੈ ਨਾ, ਫਿਰ ਉੱਪਰ ਵਾਲਾ ਕਹਿੰਦਾ ਬੋਲ ਓਏ ਤੇਰਾ ਕੰਮ ਕੀ ਹੈ, ਜਨਾਬ ਇਹਨੇ ਮੇਰਾ ਦਿਲ ਦਿਖਾਇਆ, ਕੱਟ ਪੱਤਾ ਉਹਦਾ। ਸੱਚੇ ਇਨਸਾਨ ਦੀ ਪਹਿਚਾਣ ਇਹ ਹੈ ਬਾਬਾ, ਇਹ ਪਛਾਣ, ਕੱਖ ਨਹੀਂ ਲੈ ਜਾਣਾ ਕਿਸੇ ਨੇ ਇਸ ਦੁਨੀਆ 'ਤੇ। ਗੂਗਲ 'ਤੇ ਸਰਚ ਮਾਰਿਓ ਸਵੇਰੇ ਬਹਿ ਕੇ, ਜਦੋਂ ਵਿਹਲਾ ਟਾਈਮ ਮਿਲਿਆ,
ਕਿੰਨੇ ਐਕਸੀਡੈਂਟ ਹੋ ਰਹੇ ਆ, ਕਿੰਨੇ ਭੂਕੰਪ 'ਚ ਮਰ ਰਹੇ ਆ, ਕੋਈ ਗੱਡੀ ਦੇ ਥੱਲੇ ਆ ਗਿਆ, ਕੋਈ ਕੁਚਲ ਗਿਆ, ਕੋਈ ਬਿਲਡਿੰਗ ਡਿੱਗ ਗਈ। ਬਾਬਾ ਜੀ ਉਹ ਵੀ ਤਾਂ ਰੱਬ ਦੇ ਜੀਵ ਆ, ਪਰ ਸਮਾਂ ਆ ਗਿਆ ਉਹਨਾਂ ਦਾ। ਜੇ ਬਚਣਾ ਇੱਕ ਗੱਲ ਪੱਲੇ ਬੰਨ ਲਿਓ, ਕੀ ਐਸੇ ਦਿਨ ਦੁਨੀਆਂ ਤੇ ਆਉਣਗੇ ਨਹੀਂ ਜਦ ਪਾਪ ਦੀ ਵਧਗੀ ਲੜੀ ਲੋਕੋ ਧਰਤੀ ਤੇ ਅਸਮਾਨ ਟਕਰਾਉਣਗੇ ਨਹੀਂ ਆ ਬਚਣਗੇ ਮਾਂ ਹੋਇਓ। ਤੇ ਜਿਹੜਾ ਰੱਬ ਦਾ ਨਾਮ ਧਿਆਉਣਗੇ ਨਹੀਂ, ਤੇ ਜਿਹੜਾ ਰੱਬ ਦਾ ਨਾਮ, ਜਿਹਨੇ ਰੱਬ ਨੂੰ ਜੋੜ ਲਿਆ। ਸੱਚਾਈ ਇਹ ਸਾਰੇ ਰਿਸ਼ਤੇ ਕੱਚੇ ਆ ਜਿੰਨੇ ਬੈਠੇ ਆ। ਇਹ ਮੇਰਾ ਸਗਾ ਭਰਾ ਹੈ, ਮੇਰੇ ਤੋਂ 2 ਸਾਲ ਵੱਡਾ। ਇਹ ਮੇਰਾ ਸਗਾ ਭਰਾ, ਸਾਰੇ ਸਗੇ ਇੱਕ ਮਾਂ ਚ ਹੈ। ਇਹ ਮੇਰੇ ਤੋਂ 4 ਸਾਲ ਵੱਡਾ, ਪਰ ਇਹ ਵੀ ਮੇਰੇ ਲਈ ਬਗਾਨੇ ਹੈ। ਜੇ ਮੈਂ ਦੁਨੀਆਦਾਰੀ ਦੀ ਗੱਲ ਕਰਾਂ, ਕਿਉਂ ਜੇ ਮੈਂ ਪਹਿਲੇ ਮਰ ਗਿਆ ਤੇ ਇਹਨਾਂ ਨੇ ਹੀ ਅੱਗ ਲਾਉਣੀ ਹੈ, ਲਾਉਣੀ ਬਗਾਨਾ ਨਹੀਂ ਆਊਗਾ ਕੋਈ ਅੱਗ ਲਾਉਣ ਵਾਲਾ, ਆਪਣਿਆਂ ਨੇ ਲਾਉਣੀ। ਬਗਾਨਾ ਤਾਂ ਕਹੂਗਾ ਬਈ ਨਹੀਂ ਅਸੀਂ, ਫਿਰ ਬਗਾਨਾ ਮੇਰਾ ਆਪਣਾ ਹੋਇਆ ਜਿਹਨੇ ਮੈਨੂੰ ਅੱਗ ਨਹੀਂ ਲਾਈ। ਬਾਬਾ ਇਹ ਗੱਲਾਂ ਸੋਚਣ ਦੀਆਂ ਨੇ। ਇਹ ਸੰਸਾਰ ਅੱਜ ਵੀ ਤੇਰਾ ਦੁਸ਼ਮਣ ਹੈ ਤੇ ਮਰੇ ਤੋਂ ਬਾਅਦ ਵੀ ਤੇਰਾ ਦੁਸ਼ਮਣ ਹੈ, ਮੇਰੀ ਮਾਂ ਕਹਿ ਰਹੀ ਹੈ ਸੁਣ ਲਓ। ਇਹ ਸੰਸਾਰ ਅੱਜ ਵੀ ਤੇਰਾ ਜਿਉਂਦੇ ਜੀ ਵੀ ਦੁਸ਼ਮਣ ਹੈ। ਜਦੋਂ ਤੂੰ ਜੀ ਰਿਹਾ ਤੇ ਤੈਨੂੰ ਖਾਂਦੇ ਨੂੰ ਦੇਖ ਕੇ ਨਹੀਂ ਕੋਈ ਜਲ ਰਿਹਾ, ਜਿੱਦਣ ਤੂੰ ਮਰ ਗਿਆ ਇਹਨਾਂ ਲੋਕਾਂ ਨੇ ਭੋਰਾ ਤਰਸ ਨਹੀਂ ਕਰਨਾ, ਕੁਆਂਟਲਾਂ ਦੇ ਹਿਸਾਬ ਨਾਲ ਤੇਰੇ ਉੱਪਰ ਲੱਕੜਾਂ ਰੱਖ ਦੇਣੀਆਂ ਇਹਨਾਂ ਨੇ, ਇਹ ਜਿਹੜੇ ਖੜੇ ਅੱਗੇ ਪਿੱਛੇ ਕੁਆਂਟਲਾਂ ਦੇ ਹਿਸਾਬ ਨਾਲ। ਅੱਗ ਜਿਹਦੇ ਕੋਲੋਂ ਦੁਨੀਆ ਡਰਦੀ ਆ, ਅਗਲੇ ਨੇ ਮਿੰਟ ਨਹੀਂ ਲਾਉਣਾ, ਫਿਰ ਪਤਾ ਕੀ ਕਹਿਣਗੇ, ਕਹਿੰਦਾ ਘਿਓ ਪਾ ਦਿਓ ਇਹਦੇ ਉੱਪਰ, ਫਲਾਣੀ ਚੀਜ਼ ਪਾ ਦਿਓ, ਕਿੱਥੇ ਅੱਗ ਬੁੱਝ ਨਾ ਜਾਵੇ, ਫਿਰ ਦੁਸ਼ਮਣ ਹੋਈ ਕਿ ਨਾ ਹੋਈ ਬਾਬਾ ਜੀ ਦੁਨੀਆ ਤੇ ਨਾਲ ਕੌਣ ਖੜਾ ਹੈ। ਇਹ ਸਤਿਗੁਰ ਨਿਰੰਕਾਰ ਹੈ, ਮਾਂ ਖੜੀ ਹੈ ਉਸ ਵੇਲੇ ਨਾਲ ਜਿਹਨੇ ਅੱਗੇ ਦਾ ਸਫ਼ਰ ਤੁਹਾਡਾ ਤੈਅ ਕਰਾਉਣਾ। ਉਹ ਇਹ ਹੈ, ਉਹ ਤਾਂ ਛੱਡ ਕੇ ਆ ਗਿਆ ਤੁਹਾਨੂੰ, ਸਾੜ ਕੇ ਆਤਮਾ ਨੂੰ ਕੌਣ ਲੈ ਕੇ ਜਾਊਗਾ। ਆ ਬੈਠੇ ਔਰ ਯਾਦ ਰੱਖਿਓ, ਜਦੋਂ ਇਹਦੀ ਕਚਹਿਰੀ 'ਚ ਸੱਚੇ ਹੋ ਗਏ ਨਾ ਬਾਬਾ ਜੀ, ਜਦੋਂ ਉੱਪਰ ਜਾਊਂਗੇ ਇਹਨੇ ਆਵਾਜ਼ ਮਾਰ ਲੈਣੀ ਦੂਰੋਂ ਹੀ, ਕਹਿੰਦਾ ਇਹ ਮੇਰਾ, ਇਹਨੂੰ ਇੱਧਰ ਬਿਠਾ ਦਿਓ ਲਾਈਨ 'ਚ, ਇਹਦਾ ਹਿਸਾਬ ਕਿਤਾਬ ਮੈਂ ਆਪੇ ਕਰ ਲੈਣਾ, ਕਿਸੇ ਨੂੰ ਦੇਖਣ ਦੀ ਲੋੜ ਨਹੀਂ। ਹੁਣ ਤੁਸੀਂ ਫੈਸਲਾ ਕਰੋ, ਤੁਸੀਂ ਕਿਹੜੀ ਲਾਈਨ 'ਚ ਜਾਣਾ ਚਾਹੁੰਦੇ ਹੋ, ਮਾਈ ਦੇ ਲਾਈਨ 'ਚ ਕਿ ਜਾਂ ਤੁਹਾਨੂੰ ਖਿੱਚ ਕੇ ਲੈ ਕੇ ਆਉਣਗੇ ਜਿਹੜੇ। ਤੁਹਾਨੂੰ ਪਤਾ ਹੈ ਸ਼ਾਇਦ ਮੇਰੇ ਤੋਂ ਸਿਆਣੇ ਬੈਠੇ ਬਜ਼ੁਰਗ ਇੱਥੇ ਬੈਠੇ ਮੇਰੇ, ਜਦੋਂ ਇਨਸਾਨ ਮਰਦਾ ਹੈ ਨਾ, ਮੈਂ ਮਾਫ਼ੀ ਚਾਹੁੰਦਾ ਸ਼ਬਦ ਵਰਤਣ ਲੱਗਾ, ਉਹਦੀ ਲੈਟਰਿੰਗ ਅਤੇ ਪਿਸ਼ਾਬ ਵਿੱਚ ਨਿਕਲ ਜਾਂਦਾ। ਜਦੋਂ ਇਨਸਾਨ ਮੌਤ, ਗੰਦੀ ਮੌਤ ਮਰਦਾ, ਉਹਦਾ ਮਤਲਬ ਪਤਾ ਕੀ ਹੈ, ਅਗਲੇ ਕਿੰਨੀ ਜ਼ਬਰਦਸਤੀ ਖਿੱਚ ਕੇ, ਕਿੰਨੇ ਗੰਦੇ ਤਰੀਕੇ ਦੇ ਨਾਲ ਖਿੱਚ ਕੇ ਆਤਮਾ ਨੂੰ ਲੈ ਕੇ ਜਾਂਦੇ, ਕਹਿੰਦਾ ਤੂੰ ਰੱਬ ਦਾ ਨਹੀਂ ਹੈਗਾ। ਜਿਹੜੇ ਲੋਕ ਚਾਈ ਚਾਈ ਮਰ ਜਾਂਦੇ ਨੇ ਖੁਸ਼ੀ, ਜਿਹਨਾਂ ਦੇ ਜਿਹਨੂੰ ਕਹਿ ਦਿੰਦੇ ਵੀ ਯਾਰ ਬਸ ਹੁਣੇ ਸੁੱਤਾ ਸੀ ਤੇ ਚਲਾ ਗਿਆ, ਉਹ ਰੱਬ ਦੇ ਪਿਆਰੇ ਹੁੰਦੇ ਬਾਬਾ ਜੀ, ਰੱਬ ਆਪ ਲੈਣ ਆਉਂਦਾ ਉਹਨਾਂ ਨੂੰ। ਹੁਣ ਤੁਸੀਂ ਕਿਹੜੀ ਮੌਤ ਮਰਨੀ, ਕਿਹੜੀ ਮੌਤ, ਕਿਹੜੀ ਮੌਤ ਮਰਨੀ ਆਪਾਂ? ਅਸੀਂ ਮਾਈ ਵਾਲੀ ਮੌਤ ਹੋ ਕੇ ਮਰਨੀ, ਸਾਨੂੰ ਮਾਂ ਲੈਣ ਆਵੇ, ਸਾਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ। ਜੇ ਮਾਂ ਦੇ ਹੋਣਾ ਚਾਹੁੰਦੇ ਫਿਰ ਮਾਂ ਦੇ ਨਾਂ ਦੇ ਤਾੜੀ ਲਾਓ, ਮਾਂ ਕਰ ਕਿਰਪਾ। ਤੈਂ ਵੱਡੇ ਵੱਡੇ ਰਾਕਸ਼ਸਾਂ ਨੂੰ ਬਖਸ਼ ਦਿੱਤਾ ਤੇ ਤਾਂ ਫਿਰ ਵੀ ਤੇਰੇ ਬੱਚੇ ਆ ਸਾਰੇ, ਸਤਵਚਨ ਆ ਜਾਓ ਕਰੀਏ ਮਾਂ ਦੀ ਸੇਵਾ, ਕੀ ਪਤਾ ਜਾਂਦੀ ਜਾਂਦੀ ਸਾਡੇ ਤੇ ਅਪਾਰ ਕਿਰਪਾ ਕਰ ਹੀ ਜਾਵੇ।
ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਤੇਰੇ ਹੋ ਗਏ ਮੇਰੀ ਮਾਂ ਜਦੋਂ ਦੇ ਅਸੀਂ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਤੇਰੇ ਹੋ ਗਏ ਮੇਰੀ ਮਾਂ ਜਦੋਂ ਦੇ ਅਸੀਂ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਹੋਈ ਰਹਿਮਤਾਂ ਦੀ ਸ਼ਾਨ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਜਦੋਂ ਤੇ ਅਸੀਂ ਤੇਰੇ ਹੋ ਗਏ ਜਦੋਂ ਦੇ ਅਸੀਂ ਆ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਜਦੋਂ ਦੇ ਅਸੀਂ ਤੇਰੇ ਹੋ ਗਏ ਹਰ ਸਾਲ ਮਈਆ ਤੇਰੇ ਦਰ ਉੱਤੇ ਆਵਾਂਗੇ ਚਾਈ ਚਾਈ ਮਈਆ ਤੈਨੂੰ ਹੱਸ ਕੇ ਮਨਾਵਾਂਗੇ ਚਾਈ ਚਾਈ ਮਈਆ ਤੈਨੂੰ ਹੱਸ ਕੇ ਮਨਾਵਾਂਗੇ ਚਾਈ ਚਾਈ ਮਈਆ ਤੈਨੂੰ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਜਦੋਂ ਦੇ ਅਸੀਂ ਤੇਰੇ ਹੋ ਗਏ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਆ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਤੇਰੇ ਹੋ ਗਏ ਹਰ ਸਾਲ ਜਿੰਮੀ ਤੇਰਾ ਜਾਗ ਕਰਵਾ ਰਿਹਾ ਰੁੱਸੀ ਨਾ ਮੈਂ ਤੈਨੂੰ ਨੱਚ ਕੇ ਮਨਾ ਰਿਹਾ ਰੁੱਸੀ ਨਾ ਤੂੰ ਮੈਂ ਤੈਨੂੰ ਨੱਚ ਕੇ ਮਨਾ ਰੁੱਸੀ ਨਾ ਤੂੰ ਮੈਂ ਤੈਨੂੰ ਹਰ ਸਾਲ ਮਈਆ ਤੇਰਾ ਜਾਗ ਕਰਵਾ ਰਿਹਾ ਰੁੱਸੀ ਨਾ ਇਹਦੇ ਨਾਲ ਨੱਚ ਕੇ ਮਨਾ ਰਿਹਾ ਰੁੱਸੀ ਨਾ ਤੂੰ ਇਹਦੇ ਨਾਲ ਨੱਚ ਕੇ ਮਨਾ ਰਿਹਾ ਰੁੱਸੀ ਨਾ ਤੂੰ ਇਹਦੇ ਨਾਲ ਇਹਦੀ ਫੜ ਕੇ ਛੱਡੀ ਨਾ ਹੁਣ ਬਾਂ ਇਹਦੀ ਫੜ ਕੇ ਛੱਡੀ ਨਾ ਹੁਣ ਬਾਂ ਜਦੋਂ ਦੇ ਅਸੀਂ ਤੇਰੇ ਹੋ ਗਏ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਅਸੀਂ ਤੇਰੇ ਹੋ ਗਏ ਆ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਸਾਨੂੰ ਲੱਗੀਆਂ ਨੇ ਮੌਜਾਂ ਮੇਰੀ ਮਾਂ ਜਦੋਂ ਦੇ ਅਸੀਂ ਤੇਰੇ ਹੋ ਗਏ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਜਦੋਂ ਦੇ ਅਸੀਂ ਸਾਡੇ ਹੋਈ ਰਹਿਮਤਾਂ ਦੀ ਸ਼ਾਨ ਜਦੋਂ ਦੇ ਅਸੀਂ ਆ ਸਾਡੇ ਉੱਤੇ ਹੋਈ ਰਹਿਮਤਾਂ ਦੀ ਸ਼ਾਨ ਤੇਰੇ ਹੋ ਗਏ Thank you.
ਤੇਰਾ ਮਾਂ ਗੁਣ ਦੇਖੋ ਗਾ ਰਿਹਾ, ਕਾਸ਼ੀ ਤੇਰਾ ਮਾਂ ਦੇਖੋ ਗੁਣ ਅੱਜ ਗਾ ਰਿਹਾ, ਤੇਰੀਆਂ ਸੰਗਤਾਂ ਨੂੰ ਹੱਥ ਨੂੰ ਮਨਾ ਰਿਹਾ, ਤੇਰੀਆਂ ਸੰਗਤਾਂ ਨੂੰ ਹੱਥ ਨੂੰ ਮਨਾ ਰਿਹਾ, ਤੇਰੀਆਂ ਸੰਗਤਾਂ ਨੂੰ ਹੱਥ ਜੋ ਅੱਜ ਪਵਿੱਤਰ ਹੋ ਗਈ ਇਹ ਥਾਂ, ਅੱਜ ਪਵਿੱਤਰ ਹੋ ਗਈ ਇਹ ਥਾਂ, ਜਦੋਂ ਦੇ ਸੀ ਤੇਰੇ ਹੋ ਸੌ ਰੱਬ ਦੀ ਮਈਆ, ਸੌ ਰੱਬ ਦੀ ਮਈਆ ਦਰਬਾਰ ਬੜਾ ਸੋਹਣਾ, 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 ਅਸੀਂ ਮੰਨ ਰਹੇ ਹਾਂ ਅਸੀਂ ਕੋਈ ਦੁੱਧ ਦੇ ਧੋਤੇ ਨਹੀਂ, ਮਾਂ ਮੈਂ ਵੀ ਮਾੜੀਆਂ ਤੇ ਮੇਰੇ ਲੇਖ ਵੀ ਮਾੜੇ, ਜੋ ਕਰਦਾ ਸੋਹਣਾ ਮਾਂ, ਜੋ ਕਰਦਾ ਸੋਹਣਾ ਮਾਂ, ਤੇਰਾ ਪ੍ਰਚਾਰ ਬੜਾ ਸੋਹਣਾ, ਸੋਹਣਾ ਰੱਬ ਦੀ ਮਈਆ ਦਾ ਦਰਬਾਰ ਬੜਾ ਸੋਹਣਾ, ਰੱਬ ਦੀ ਮਈਆ ਦਾ ਦਰਬਾਰ ਬੜਾ ਸੋਹਣਾ, ਸੋ ਰੱਬ ਦੀ ਮਈਆ ਦਾ ਦਰਬਾਰ ਬੜਾ ਸੋਹਣਾ, ਸੱਜੀ ਹੋਇਓ ਮਾਣਦਾ ਜੋ ਸਭ ਕੰਮ ਛੱਡ ਕੇ ਮਾਂ ਤੇਰੀ ਸ਼ਕਤੀ ਨੂੰ ਜਾਣਦਾ, ਜੋ ਨੈਣਾ ਦੇਵੀ ਵੱਲ ਜਾਂਦਾ, ਨੈਣਾ ਦੇਵੀ ਵੱਲ ਜਾਂਦਾ ਜਾਂਦਾ, ਉਹ ਦਰਬਾਰ ਬੜਾ ਸੋਹਣਾ, ਦਰਬਾਰ ਬੜਾ ਸੋਹਣਾ, ਰੱਬ ਦੀ ਮਈਆ ਦਾ ਦਰਬਾਰ ਬੜਾ ਸੋਹਣਾ,
ਜਾਗੇ ਦੇ ਵਿੱਚ, ਜਾਗੇ ਦੇ ਵਿੱਚ, ਜਾਗੇ ਦੇ ਵਿੱਚ ਦਾਤੀਏ ਤੈਨੂੰ ਆਉਣਾ ਪੈਣਾ, ਜਾਗੇ ਦੇ ਵਿੱਚ ਦਾਤੀਏ ਤੈਨੂੰ ਆਉਣਾ ਪੈਣਾ, ਨਾ ਆਈ ਤੇ ਦਾਤੀਏ ਉਹ ਸਾਡਾ ਮਾਨ ਨਹੀਂ ਰਹਿਣਾ, ਨਾ ਆਈ ਤੇ ਦਾਤੀਏ ਉਹ ਸਾਡਾ ਮਾਨ ਨਹੀਂ ਰਹਿਣਾ, ਨਾ ਆਈ ਤੇ ਅੰਮੀ ਉਹ ਸਾਡਾ ਮਾਨ ਨਹੀਂ ਰਹਿਣਾ ਹੋਏ, ਹੋ ਨਹੀਂ ਸਕਦੀ ਕਿਸੇ ਤੋਂ, ਹੋ ਨਹੀਂ ਸਕਦੀ ਤੇਰੀ ਸਿਫਤ ਕਿਸੇ ਤੋਂ ਮਾਂ, ਸੱਚੀ ਹੋ ਨਹੀਂ ਸਕਦੀ ਸੱਚੀ ਮਾਂ ਕਿਸੇ ਤੋਂ ਹੋ ਨਹੀਂ ਸਕਦੀ, ਕੋਈ ਸ਼ਕਤੀ ਐਸੀ ਹੈ ਮੈਨੂੰ ਖੋ ਨਹੀਂ ਸਕਦੀ, ਸ਼ਕਤੀ ਐਸੀ ਹੈ ਉਹ ਮੈਨੂੰ ਖੋ ਨਹੀਂ ਸਕਦੀ, ਜਾਗੇ ਦੇ ਵਿੱਚ, ਜਾਗੇ ਦੇ ਵਿੱਚ ਸੱਚੀ, ਜਾਗੇ ਦੇ ਵਿੱਚ ਅੰਮੀਏ ਤੈਨੂੰ ਆਉਣਾ ਪੈਣਾ, ਜਾਗੇ ਦੇ ਵਿੱਚ ਅੰਮੀਏ ਤੈਨੂੰ ਆਉਣਾ ਪੈਣਾ, ਇਹਨੂੰ ਆਉਣਾ ਪੈਣਾ। ਇਹ ਕਿਹੜੇ ਜਾਗੇ ਦੀ ਗੱਲ? ਅੱਜ ਤੇ ਆਈ ਹੈ ਜਿਹੜਾ 18 ਨੂੰ ਹੋਣਾ, ਕਿਉਂਕਿ ਉਸ ਦਿਨ ਮੌਸਮ ਬੜਾ ਖਰਾਬ ਦੱਸਿਆ। ਉਧਰ ਮੌਸਮ ਬੜਾ ਖਰਾਬ ਹੈ, ਪਰ ਉਹ ਹੈ ਜਿਹਨੇ ਇੰਦਰ ਨੂੰ ਫੋਨ ਕਹਿਣਾ ਕਰਨਾ ਹੈ ਕਿ ਇੰਦਰ ਦੇਵ ਜੀ ਪਟਿਆਲੇ ਮੇ ਕਿਰਪਾ ਧਿਆਨ ਰੱਖੀ, ਹਮ ਵਹਾਂ ਪੇ ਆ ਰਹੇ ਹਾਂ। ਇਹ ਉਹ ਹੈ ਹੁਣ ਕੁਛ ਗੂਗਲ 'ਤੇ ਚੈੱਕ ਕਰਦੇ ਹੋਣਗੇ, ਸਮਾਂ ਖਰਾਬ ਦੱਸਿਆ ਕਿ ਨਹੀਂ ਦੱਸਿਆ, ਤੂੰ ਦੇਖ ਰਿਹਾ ਮੰਨ ਜਾ। ਪੁੱਤ ਦਾ, ਦੁੱਧ ਦਾ, ਮੌਸਮ ਦਾ ਪਤਾ ਥੋੜ੍ਹੀ ਕਦੋਂ ਖਰਾਬ ਹੋ ਜਾਣਾ, ਧੀ ਪੁੱਤ ਦਾ ਪਤਾ। ਸਿਆਣੇ ਕਹਿੰਦੇ ਆ, ਕਹਿੰਦੇ ਨਿਕਲੇ ਧੀ ਗਰੀਬ ਦੀ ਕਦੇ ਮਾੜੀ ਨਾ ਤਾੜੀ, ਭੜਿਆ ਲੋਕਾਂ ਕਿਸ ਵੇਲੇ ਪਤਾ ਨਹੀਂ ਸਾਡੀ ਵੀ ਨਿਕਲ ਜਾਵੇ ਮਾੜੀ। ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਜਿਹੜੇ ਦੇਵੀ ਨੂੰ ਪਾ ਗਏ ਆ ਉਹ ਸਾਰੇ ਨੂੰ ਐਂ ਦੇਖਦੇ, ਸਾਰੇ ਹੀ ਮੇਰੇ ਆ, ਤੇ ਜਿਨ੍ਹਾਂ ਨੇ ਅਜੇ ਤੱਕ ਦੇਵੀ ਦਾ ਪ੍ਰਤੱਖ ਦੇਖਿਆ ਨਹੀਂ ਉਹ ਸਵੇਰੇ ਵੀ ਪਤਾ ਉੱਠ ਕੇ ਕੀ ਕਹਿਣਗੇ। ਜੇ ਕਾਮ ਵਾਲੀ ਆਈ ਹੋਗੀ ਮਮਾ ਇਸ ਕੋ ਥੋੜ੍ਹਾ ਬਾਹਰ ਨਿਕਾਲ ਦਿਓ, ਇਹ ਹਕੀਕਤ ਹੈ ਬਾਬਾ ਜੀ, ਇਹ ਹੱਸਣ ਵਾਲੀ ਗੱਲਾਂ ਨਹੀਂ ਹੈਗੀਆਂ। ਇਹ ਕੰਮ ਵਾਲੀ ਵੀ ਉਹਦੀ ਭੇਜੀ ਹੋਈ ਹੈ, ਜਿਹੜੇ ਕੰਮ ਕਰਨ ਆਉਂਦੀ ਹੈ ਵੀ ਉਹਦੀਆਂ ਨੇ। ਮੈਨੂੰ ਇੱਕ ਦਿਨ ਮੇਰੇ ਗੁਰੂ ਜੀ ਨੇ ਕਹਿਤਾ, ਸਾਈਂ ਸੁਰਿੰਦਰ ਸ਼ਾਹ ਸਰਕਾਰ ਨੇ, ਕਹਿੰਦੇ ਉਹ ਸ਼ੇਰਾ ਤੇਰੇ ਘਰ ਆਉਣਾ, ਕਹਿੰਦੇ ਅੱਜ ਜੀ ਆਇਆਂ ਨੂੰ ਬਾਬਾ, ਕਹਿੰਦੇ ਪਛਾਣ ਲਈ ਅਸੀਂ ਆਉਣਾ। ਤੇ ਮੈਨੂੰ ਗੱਲ ਪਤਾ ਕਿਹੜੀ ਯਾਦ ਆ ਗਈ, ਮੈਂ ਇੱਕ ਛੋਟੀ ਜਿਹੀ ਗੱਲ ਕਰਨ ਲੱਗੇ ਹਾਂ, ਮਾਫ਼ੀ ਚਾਹੁੰਦੇ ਹਾਂ, ਹੁਕਮ ਬਖਸ਼ੀ। ਨਕੋਦਰ ਦਰਬਾਰ ਸਰਕਾਰ ਲਾਡੀ ਸ਼ਾਹ ਸਰਕਾਰ, ਉਹਨਾਂ ਦੇ ਕੋਲ ਇੱਕ ਸੇਵਕ ਗਿਆ ਜਿੰਮੀ ਭਾਜੀ ਵਰਗਾ, ਸੱਚਾ ਮੁਰੀਦ।
ਕਹਿੰਦੇ ਸਰਕਾਰ ਮੇਰਾ ਵਿਆਹ ਰੱਖਿਆ, ਫੜੋ ਕਾਰਡ ਜੀ, ਵਿਆਹ ਤੇ ਜ਼ਰੂਰ ਆਇਆ। ਗੁਲਾਮ ਸਿੰਘ ਲੜੀਸ਼ਾ ਸਰਕਾਰ ਕਹਿਣ ਲੱਗੇ, ਕਹਿੰਦੇ ਵਿਆਹ ਤੇ ਆ ਤੇ ਜਾਵਾਂਗੇ, ਤੂੰ ਪਛਾਣ ਲਏਗਾ ਸਾਨੂੰ। ਕਹਿੰਦੇ ਸਰਕਾਰ ਅਸੀਂ ਤੇ ਰਾਹ 'ਚ ਫੁੱਲ ਲੈ ਕੇ ਖੜੇ ਹੋਵਾਂਗੇ। ਸਰਕਾਰ ਵਾਰ ਵਾਰ ਕਹਿ ਵੀ ਰਹੇ ਆ, ਕਹਿੰਦੇ ਅਸੀਂ ਤੇ ਕੁੱਤੇ ਆ ਉਹਦੇ ਦਰ ਦੇ, ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ, ਉਸ ਅੱਲਾਹ ਦੇ, ਉਸ ਪੀਰ ਦੇ, ਉਸ ਗੁਰੂ ਦੇ, ਕਹਿੰਦੇ ਕੁੱਤੇ ਆ ਉਹਦੇ ਦਰ ਦੇ। ਪਰ ਬੰਦੇ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਫਕੀਰਾਂ ਨੂੰ ਸਮਝਣਾ ਬਹੁਤ ਔਖਾ ਹੈ। ਜਿਹਨੂੰ ਸਮਝ ਆ ਗਈ ਸਾਰਾ ਕੁਝ ਲੈ ਗਿਆ। ਅੱਛਾ ਜੀ, ਵਿਆਹ ਦੇ ਵਿੱਚ ਸਰਕਾਰ ਆਏ ਆ ਇੱਕ ਦਰਵੇਸ਼ ਦੇ ਰੂਪ 'ਚ, ਬੜਾ ਖੂਬਸੂਰਤ ਦਰਵੇਸ਼ ਉਹਨਾਂ ਦੇ ਕੋਲੋਂ ਲੰਘ ਗਿਆ। ਉਹ ਗੇਟ 'ਤੇ ਖੜੇ ਆ ਫੁੱਲ ਮਾਲਾ ਲੈ ਕੇ, ਆ ਮਾਈ ਰੌਲਾ ਨਾ ਪਾ, ਮਾਤਾ ਜੀ ਇਹ ਬਾਬਾ ਜੀ ਰੌਲਾ ਨਾ, ਇਹਨੂੰ ਤਾਂ ਕਾਲ ਕਹਿੰਦੇ ਆ ਜਿਹੜਾ ਗੁਰੂ ਦੀ ਗੱਲ ਨਹੀਂ ਸੁਣ ਦਿੰਦਾ। ਹਕੀਕਤ ਹੈ ਬਾਬਾ ਜੀ, ਜਿਹੜਾ ਕਾਲ ਹੈ ਉਹ ਤੁਹਾਨੂੰ ਗੁਰੂ ਦੀ ਗੱਲ ਨਹੀਂ ਸੁਣਨ ਦਊਗਾ, ਉਹ ਆਪਣੀ ਪਹਿਲ ਦਿਖਾਊਗਾ ਵੀ ਉਹ ਦਰਵਾਜ਼ਾ ਖੁੱਲ੍ਹਣਾ ਵਾਲਾ। ਅੱਛਾ, ਉਹ ਮੰਜੇ ਡਾਏ ਹੋਏ ਆ, ਇਹ ਤੁਹਾਨੂੰ ਚੱਕਰਾਂ 'ਚ ਪਾਉਂਦਾ। ਗੁਰੂ ਦੀ ਗੱਲ ਸੁਣਨੀ, ਧਿਆਨ ਨਾਲ ਸੁਣੋ। ਇੱਕ ਚੰਗੇ ਦਰਵੇਸ਼ ਦੇ ਰੂਪ 'ਚ ਆਏ, ਇੱਕ ਟੱਪ ਦੇ ਵਿੱਚ ਕਾਫੀ ਰਸਗੁੱਲੇ ਗੁਲਾਬ ਜਾਮਣ ਪਏ ਆ, ਅਤੇ ਉਹ ਦਰਵੇਸ਼ ਉਹਦੇ 'ਚ ਖਾਣ ਲੱਗ ਗਿਆ, ਅਤੇ ਜਿਹਦਾ ਵਿਆਹ ਸੀ ਨਾ ਡੰਡਾ ਚੱਕਿਆ ਅਤੇ ਬੜੀਆਂ ਮਾਰੀਆਂ ਭਜਾਤਾ। ਕੁਝ ਦਿਨਾਂ ਬਾਅਦ ਸਰਕਾਰ ਕੋਲ ਗਏ, ਸਰਕਾਰ ਬੈਠੇ ਹੈ ਆਪਣੇ ਹੁਜ਼ਰੇ 'ਚ, ਕਹਿੰਦਾ ਬਾਬਾ ਜੀ ਸਾਡੀ ਨਾਰਾਜ਼ਗੀ ਹੈ ਤੁਸੀਂ ਵਿਆਹ 'ਚ ਨਹੀਂ ਆਏ। ਸਰਕਾਰ ਗਾਲ ਕੱਢ ਕੇ ਕਹਿੰਦੇ ਸਾਲਿਆ ਆਏ ਤੁਸੀਂ, ਪਛਾਣਿਆ ਤਾਂ ਹੈ ਨਹੀਂ ਤੂੰ। ਕਹਿੰਦਾ ਜੀ ਤੁਸੀਂ ਆਏ ਨਹੀਂ। ਨਾਲ ਬੈਠੇ ਸੇਵੇਦਾਰ ਨੂੰ ਕਹਿੰਦਾ ਇਹਨੂੰ ਮਾੜੀ ਕਮੀਜ਼ ਚੱਕ ਕੇ ਦਿਖਾਓ ਮੇਰੀ। ਕਹਿੰਦਾ ਸੋਟੀਆਂ ਮਾਰ ਮਾਰ ਕੇ ਇਹਨੇ ਲਾਸਾਂ 'ਚੋਂ ਪਾਤੀਆਂ। ਕਹਿੰਦੇ ਆ ਦੇਖ। ਕਹਿੰਦੇ ਸਰਕਾਰ ਨਹੀਂ ਆਏ ਤੁਸੀਂ। ਕਹਿੰਦੇ ਜੀ ਆਏ ਸੀ ਤੇਰੇ ਉਹ ਗੁਲਾਬ ਜਾਮਣ ਕੀ ਖਾਣ ਲੱਗੇ, ਤੂੰ ਤੇ ਮਾਰ ਮਾਰ ਕੇ ਸੋਟੀਆਂ ਸਾਡਾ ਬੁਰਾ ਹਾਲ ਕਰਦਾ ਹੈ ਨਾ। ਹਰ ਕਿਸੇ ਦੀ ਕਦਰ ਕਰਿਆ ਕਰੋ, ਕੋਈ ਭਲਾ ਕੰਮ ਵਾਲਾ ਹੈ, ਕੋਈ ਕੰਮ ਵਾਲੀ ਹੈ। ਕੱਖ ਨਹੀਂ ਜਾਂਦਾ ਇੰਨਾ ਬੋਲਣ 'ਚ, ਭਾਈ ਪਾਣੀ ਪੀਏਗਾ, ਵੀਰ ਜੀ ਚਾਹ ਪੀਓਗੇ, ਭੈਣ ਜੀ ਚਾਹ ਪੀ ਲਓ। ਅੱਜ ਕੱਲ੍ਹ ਤਾਂ ਫਰਕ ਵੀ ਇੰਨਾ, ਜਿਹਦੀ ਕੋਠੀ ਚੰਗੀ ਹੈ ਉਹ ਥੱਲੇ ਬਿਠਾ ਕੇ ਚਾਹ ਪਿਆਉਂਦਾ ਕੰਮ ਵਾਲਿਆਂ ਨੂੰ, ਅਤੇ ਇਹਦਾ ਲੇਖਾ ਦੇਣਾ ਪਊਗਾ। ਯਾਦ ਰੱਖਿਓ ਜਦੋਂ ਉੱਥੇ ਜਾਣਾ ਨਾ, ਬਹੁਤ ਭੈੜੇ ਤਰੀਕੇ ਨਾਲ ਛਿੱਲਣਗੇ, ਇਹ ਵੀ ਯਾਦ ਰੱਖਿਓ। ਇਹ ਮੈਂ ਕਹਿ ਰਿਹਾ, ਮੈਂ ਜ਼ਿੰਦਗੀ 'ਚ ਫਰਕ ਨਹੀਂ ਦੇਖਿਆ ਕਿਸੇ 'ਚ। ਅਤੇ ਮੇਰੇ ਸਾਈਂ ਜੀ ਨੇ ਮੈਨੂੰ ਕਿਹਾ, ਕਹਿੰਦੇ ਘਰੇ ਆਉਣਾ ਤੇਰੇ। ਬਾਬਾ ਜੀ ਮੈਂ ਕਸਮੀ ਕਹਿੰਦਾ ਮੇਰੀ ਮਾਂ ਦੀ ਸੱਚ ਦੀ ਜੋਤ ਜਗ ਰਹੀ ਹੈ, ਮੈਂ ਮੱਖੀਆਂ ਨੂੰ ਵੀ ਸਲਾਮ ਕਰਦਾ ਫਿਰਾਂ ਅੰਦਰ। ਅੱਗੇ ਤੋਂ ਨਾ ਮੱਖੀਆਂ ਨੂੰ ਬਾਹਰ ਕੱਢਦਾ, ਮੈਂ ਕਿਹਾ ਪਤਾ ਨਹੀਂ ਕਿਹੜੇ ਰੂਪ 'ਚ ਆਓ, ਉਹ ਜਾਣਦਾ ਮੇਰਾ ਮੌਲਾ। ਅਤੇ ਕੰਮ ਵਾਲੀਆਂ ਉਹ ਭੈਣਾਂ ਪੋਚੇ ਲਾਉਂਦੀਆਂ ਨੇ ਬਾਹਰ ਸੁਸਾਇਟੀ 'ਚ, ਉਹਨਾਂ ਨੇ ਪਹਿਲੇ ਦਿਨ ਮੇਰਾ ਦਰਵਾਜ਼ਾ ਖੜਕਾਇਆ, ਕਹਿੰਦੇ ਵੀਰ ਜੀ ਆ ਬਾਹਰ ਜੋੜੇ ਤੁਹਾਡੇ ਪਏ ਆ। ਮੈਂ ਕਿਹਾ ਜੀ ਆਇਆਂ ਨੂੰ ਸਾਈਂ ਜੀ, ਮੈਨੂੰ ਉਹਨਾਂ 'ਚ ਵੀ ਸਾਈਂ ਜੀ ਦਿਖਦਾ। ਮੈਂ ਕਿਹਾ ਪਤਾ ਨਹੀਂ ਇਹਨਾਂ ਨੇ ਕਦੇ ਦਰਵਾਜ਼ਾ ਨਹੀਂ ਖੜਕਾਇਆ, ਕੀ ਪਤਾ ਕਿਸੇ ਰੂਪ 'ਚ ਆ ਗਿਆ ਮੈਂ ਤੁਰ ਕੇ। ਮੈਂ ਕਿਹਾ ਭੈਣ ਜੀ ਮਾੜੇ ਜਿਹੇ ਅੰਦਰ ਆਓ ਬੈਠੇ। ਉਹਨਾਂ ਨੂੰ ਚਾਹ ਪਿਆਈ, ਸੇਵਾ ਜਿੰਨੀ ਮੇਰੇ ਤੋਂ ਹੋਈ ਮਾੜੀ ਚੰਗੀ ਕੀਤੀ। ਕਹਿੰਦੇ ਉਹ ਸ਼ਰਮਾਉਣ, ਕਹਿੰਦੇ ਵੀਰ ਜੀ ਕੀ ਕਰੀ ਜਾ ਰਹੇ। ਮੈਂ ਕਿਹਾ ਮੈਂ ਜਿੰਨਾ ਮੇਰੇ ਤੋਂ ਹੋਇਆ ਪ੍ਰਵਾਨ ਕਰਿਓ, ਇਹ ਮੇਰੇ ਘਰ ਅੱਗੇ ਅੱਜ ਪੋਚਾ ਨਾ ਲਾਇਓ, ਮੈਂ ਆਪੇ ਲਾ ਲੂੰਗਾ, ਮੇਰੀ ਮਾਂ ਜਾਣਦੀ ਆ। ਮੈਂ ਕਹਿੰਦਾ ਅੱਜ ਨਹੀਂ, ਅੱਜ ਦੀ ਅੱਜ ਤਰੀਕ ਮੈਨੂੰ ਮੇਰੇ ਪੀਰ ਨੇ ਮੈਨੂੰ ਦਿੱਤੀ, ਪਤਾ ਨਹੀਂ ਕਿਹੜੇ ਰੂਪ 'ਚ ਆ ਜਾਵੇ।
ਤੇ 18 ਦੀ ਤਰੀਕ ਤੁਹਾਨੂੰ ਦੇਵੀ ਨੇ ਦਿੱਤੀ ਹੋਈ ਹੈ। ਚਲੋ ਚਲੋ ਅੱਜ ਅੱਜ ਸਾਡਾ ਪਰਿਵਾਰ ਦਾ ਸਾਰਾ ਮਾਹੌਲ ਹੈ, ਉਦਣ ਤਾਂ ਸਾਰਿਆਂ ਨੇ ਇਕੱਠੇ ਹੋਣਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ, ਜੀ ਕਰਿਓ ਕਿਸੇ ਕੁੱਕੜੀ ਨੂੰ ਛੀ ਕਰੀਏ, ਕਿਸੇ ਕੁੱਕੜੀ ਨੂੰ ਛੀ ਕਰੀਏ। ਅੱਜ ਮੇਰੀ ਮਾਂ ਨੇ ਆਉਣਾ, ਬੱਚੇ ਬੱਚੇ ਨੂੰ ਵੀ ਛੀ ਅਰਸ਼ਾਂ ਦੇ ਤਾਰੇ ਐਰੇ ਗੈਰੇ ਸਮਝੀ ਨਾ, ਮੇਰੀ ਮਾਂ ਦੇ ਪਿਆਰੇ, ਉਹ ਮੇਰੀ ਮਾਂ ਦੇ ਪਿਆਰੇ। ਉਹ ਕਿਸੇ ਕੋਲੀ ਵਿੱਚ ਦਈ ਹੋਵੇ, ਕਿਸੇ ਕੋਲੀ ਵਿੱਚ ਦਈ ਹੋਵੇ, ਉਹ ਗੱਲ ਕਿੱਦਾਂ ਝੂਠ ਹੋ ਜਾਵੇ ਜੋ ਮੇਰੀ ਮਾਂ ਨੇ ਕਹੀ ਹੋਵੇ। ਉਹ ਨਹੀਂ ਝੂਠ ਹੋ ਸਕਦੀ, ਉਹ ਕਿੱਦਾਂ ਝੂਠ ਹੋ ਜੂਗੀ ਜਿਹੜੀ ਮਾਂ ਨੇ ਕਹਿੰਦੀ। ਉਹ ਬਾਬੇ ਉਹ ਕਿਤੇ ਭੁਲੇਖੇ 'ਚ ਨਾ ਰਹਿ ਜਿਓ, ਇਹ ਸਮਾਂ ਕਾਲ ਦਾ ਚੱਲ ਰਿਹਾ। ਮੈਂ ਇੱਕ ਗੱਲ ਕਹੀ ਹੋਈ ਹੈ, ਬਹੁਤ ਜ਼ਿਆਦਾ ਵਾਇਰਲ ਹੋ ਰਹੀ, ਤੇ ਕਈ ਮੈਨੂੰ ਕਮੈਂਟ ਵੀ ਕਰਦੇ ਆ, ਕਹਿੰਦੇ ਬਾਈ ਜੀ ਜੇ ਨਾ ਹੋਇਆ ਤਾਂ ਜੁੱਤੀ ਤਿਆਰ ਆ। 2027 ਇਹ ਗੱਲ ਮੈਂ ਕਹੀ ਹੋਈ ਹੈ, ਬਹੁਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ। 2027 ਬਹੁਤ ਮਾੜਾ ਸਮਾਂ ਆ ਰਿਹਾ ਬਾਬਾ ਜੀ। ਕਲਯੁੱਗ ਨੇ ਜ਼ੋਰ ਪਾ ਲਿਆ, ਪੂਰਾ ਜ਼ੋਰ ਪਾ ਲਿਆ। 2027 'ਚ ਐਸਾ ਕੰਮ ਹੋਣਾ ਜਿਹੜੇ ਗੁਰੂ ਨਾਲ ਜੁੜੇ ਨਹੀਂ ਨਾ ਅਜੇ ਤੱਕ, ਇਹ ਅੱਜ ਲਿਖ ਲਿਓ ਬਾਬਾ ਜੀ, ਉਹ ਜਿਉਂਦੇ ਨਹੀਂ ਰਹਿਣਗੇ, ਇਹ ਲਿਖ ਲਿਓ। ਇਹ ਫਰਮਾਨ ਉਹਨਾਂ ਗੁਰੂਆਂ ਪੀਰਾਂ ਦਾ ਜਿਹੜੇ ਅਜੇ ਤੱਕ ਗੁਰੂ ਨਾਲ ਨਹੀਂ ਜੁੜੇ ਹੋਏ। ਬਾਬਾ ਜੀ ਇਨਸਾਨ ਜਿੰਨਾ ਮਰਜ਼ੀ ਗਿਆਨ ਚੱਕੀ ਫਿਰਦਾ ਹੋਵੇ, ਜਿਹਦੇ ਕੋਲ ਸਰਟੀਫਿਕੇਟ ਨਹੀਂ ਨਾ ਸਕੂਲ ਦਾ, ਉਸ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ, ਜਿੰਨਾ ਮਰਜ਼ੀ ਗਿਆਨ ਚੱਕੀ ਫਿਰਦਾ ਹੋਵੇ, ਕਿਉਂਕਿ ਲੋਕਾਂ ਨੇ ਸਰਟੀਫਿਕੇਟ ਦੇਖਣਾ ਹੈ। ਜਿਹਦੇ ਕੋਲ ਇਹਦੇ ਨਾਂ ਦਾ ਸਰਟੀਫਿਕੇਟ ਹੋਊਗਾ ਬਚੂਗਾ ਉਹੀ। 2027 ਬਹੁਤ ਮਾੜਾ ਆ ਰਿਹਾ, ਯਾਦ ਰੱਖਿਓ, ਲਿਖ ਲਿਓ ਅੱਜ। ਮੈਂ ਤੇ ਮੇਰੀ ਤੇ ਦੁਆ ਆਈ ਹੈ ਕਿ ਕਿਸੇ ਦਾ ਬਾਲ ਬਿੰਗਾ ਨਾ ਹੋਵੇ, ਪਰ ਕੀ ਦੱਸਾਂ ਬਾਬਾ ਜੀ, ਮੈਂ ਹਰ ਸਟੇਜ ਤੇ ਕਹਿਣਾ ਹੁੰਦਾ, ਇੱਕ ਆਈਲੈਟਸ ਕਰਨ ਦੇ ਬਹਾਨੇ ਇੱਕ ਸਕੇ ਚਾਚੇ ਦੀ ਸਕੇ ਚਾਚੇ ਦੇ ਮੁੰਡੇ ਨਾਲ ਵਿਆਹ ਕਰਕੇ ਬਾਹਰ ਭੇਜ ਰਿਹਾ। ਕਲਯੁੱਗ ਆ ਗਿਆ ਬਾਬਾ ਜੀ, ਕਲਯੁੱਗ ਰਹਿ ਕਿੱਥੇ ਗਿਆ? ਸਗੀ ਭੈਣ ਨਾਲ ਭਰਾ ਨੇ ਵਿਆਹ ਕਰਾ ਲਿਆ, ਕਲਯੁੱਗ ਕਿੱਥੇ ਦੂਰ ਨਹੀਂ ਆ ਗਿਆ ਕਲਯੁੱਗ? ਹੈ ਬਖਸ਼ੀ ਮਾਂ ਇਹਨਾਂ ਨੂੰ ਇਸ ਦੁਨੀਆਂ 'ਤੇ ਮਿਹਰ ਕਰੀ। ਅੱਜ ਪਹਿਲਾ ਦਿਨ ਹੈ ਇਸ ਪਟਿਆਲੇ ਸ਼ਹਿਰ ਦੇ ਵਿੱਚ, ਤੇਰਾ ਜਾਗਰਣ ਹੋਣਾ 18 ਤਰੀਕ ਨੂੰ, ਅਸੀਂ ਤੇਰੇ ਚਰਨਾਂ 'ਚ ਦੁਆ ਕਰੋ। ਦੁਨੀਆਂ 'ਤੇ ਕੁੱਲ ਦੁਨੀਆਂ 'ਤੇ ਮਿਹਰ ਕਰੋ, ਤੇਰੀ ਬੜੀ ਮਿਹਰਬਾਨੀ। ਇਹ ਨਾ ਸਮਝ ਲੋਕ ਆ, ਅਸੀਂ ਸਾਨੂੰ ਨਹੀਂ ਸਮਝ ਕਿਸੇ ਚੀਜ਼ ਦੀ, ਕਰੀ ਕਿਰਪਾ। ਬੋਲੀਏ ਸੱਚੇ ਦਰਬਾਰ ਕੀ ਜੀ, ਬੋਲਿਆ ਕਰੋ ਜੀ, ਸਿਰਫ ਜੀ। ਹਾਸੇ ਉੱਗਣਗੇ, ਖੁਸ਼ੀਆਂ ਉੱਗਣਗੀਆਂ। ਮਾਂ ਇਮਾਨਦਾਰੀ ਨਾਲ ਦੱਸੀ, ਜੇ ਕਿਸੇ ਨੂੰ ਅਸੀਂ ਜੀ ਕਹਿ ਦਈਏ ਕਿ ਸਾਨੂੰ ਕੁਛ ਘਾਟਾ ਪੈ ਜਾਊਗਾ? ਅਜੇ ਸਰਦਾਰ ਬੰਦਾ ਖੜਾ ਹੈ, ਤੁਸੀਂ ਨਿਗਾਹ ਮਾਰ ਲਓ ਸਾਰੇ ਪਾਸੇ, ਇਸ ਤੋਂ ਬਿਨਾਂ ਸਾਨੂੰ ਕੋਈ ਸਰਦਾਰ ਨਜ਼ਰ ਆ ਰਿਹਾ? ਹੋਰ ਕੋਈ ਆ ਰਿਹਾ? ਕੋਈ ਕੀ ਮਾਂ ਨੂੰ ਇਹ ਪਿਆਰਾ ਨਹੀਂ ਹੈਗਾ?
ਮਨ ਤਾਂ ਉਹਨੇ ਅੰਮ੍ਰਿਤ ਛਕਿਆ ਹੋਊਗਾ। ਜੇਕਰ ਉਹਦੀ ਉਹ ਐ ਨਾ ਕਰੂਗਾ, ਉਹਨੇ ਆਪਣੀ ਅੱਖ ਦੇ ਨਾਲ ਮਾਂ ਮਾਤਾ ਦੀ ਜੋਤ ਨੂੰ ਐ ਨਮਸਕਾਰੀ ਕਰ ਦਿੱਤੀ ਹੋਊਗੀ ਤੇ ਕੀ ਉਹਦਾ ਫਰਕ ਪੈ ਚੱਲਿਆ? ਫਿਰ ਅਸੀਂ ਰੋਸੇ ਕਿਉਂ ਕਰਦੇ? ਇਹ ਉਹ ਸ਼ਖਸ ਹੈ ਬਹੁਤ ਸਾਲਾਂ ਤੋਂ ਮੇਰੇ ਨਾਲ ਮੇਰਾ ਭਰਾ ਜੁੜਿਆ ਹੋਇਆ, ਇਹ ਮੈਨੂੰ ਹਮੇਸ਼ਾ ਕਹਿੰਦਾ ਕਹਿੰਦੇ ਬਾਈ ਗੱਲ ਸੱਚੀ ਆ, ਜਿਹੜੀ ਜਿਹੜੇ ਵੱਡੇ ਪ੍ਰਚਾਰਕਾਂ ਨੂੰ ਗੱਲ ਸਮਝਾਉਣੀ ਚਾਹੀਦੀ ਆ ਉਹ ਨਹੀਂ ਸਮਝਾ ਰਹੇ। ਸ਼ੁਕਰ ਤੁਸੀਂ ਕਹਿ ਰਹੇ ਹੋ, ਕੱਖ ਨਹੀਂ ਨਾਲ ਜਾਣਾ ਜ਼ਿੰਦਗੀ 'ਚ ਯਾਦ ਰੱਖਿਓ। ਕਰੋਨਾ ਦਾ ਟਾਈਮ ਆਇਆ ਸੀ ਨਾ ਬਾਬਾ ਜੀ, ਲੋਕੀ ਹੌਕੇ ਨਾਲ ਹੀ ਮਰ ਗਏ ਸੀ, ਪੁੱਤ ਆਪਣੀ ਮਾਂ ਪਿਓ ਨੂੰ ਪਛਾਣਨ ਤੋਂ ਇਨਕਾਰ ਕਰ ਗਿਆ ਸੀਗਾ, ਭਰਾ ਭਰਾ ਨੂੰ ਪਛਾਣਨ ਤੋਂ ਇਨਕਾਰ ਕਰ ਗਿਆ ਸੀ, ਕਹਿੰਦੇ ਸਾੜ ਦਿਓ ਜੀ ਸਾਡਾ ਨਹੀਂ ਹੈਗਾ। ਫਿਰ ਕਿਹਦੇ 'ਤੇ ਮਾਣ ਚੁੱਕੀ ਫਿਰਦੇ ਹੋ ਵੀ ਸਾਡਾ ਕੋਈ ਹੋਊਗਾ ਤਾਂ ਸਾਨੂੰ ਪਾਰ ਲੰਘਾਊਗਾ? ਹੈ ਸਗਾ ਭਰਾ ਨਾਭੇ ਦਾ ਮੇਰਾ ਦੋਸਤ ਸੀ, ਆਪਣੇ ਪਿਓ ਨੂੰ ਜਿਸ ਦਿਨ ਉਹ ਨੀਲਮ ਇਹ ਹੋਸਪਿਟਲ ਇੱਥੇ ਰਾਜਪੁਰੇ ਰੋਡ 'ਤੇ ਮੇਰੇ ਸਾਹਮਣੇ ਅਸੀਂ ਪੈਸਿਆਂ ਦਾ ਢੇਰ ਲਾਤਾ, ਕਹਿੰਦਾ ਮੇਰਾ ਪਿਓ ਬਚਾ ਲਓ ਜੀ, ਬਾਣੀਏ ਪਰਿਵਾਰ ਤੋਂ ਆ। ਪਰ ਜਿੱਦਣ ਉਹਦਾ ਇੱਕ ਦੋ ਦਿਨ ਬਾਅਦ ਉਹਦਾ ਡੈਡੀ ਪੂਰਾ ਹੋ ਗਿਆ ਕਰੋਨਾ ਕਾਲ 'ਚ, ਔਰ ਉਹੀ ਬੰਦਾ ਉੱਥੇ ਖੜ ਕੇ ਪਤਾ ਕੀ ਕਹਿ ਰਿਹਾ, ਕਹਿੰਦਾ ਜੀ ਅਸੀਂ ਘਰ ਨਹੀਂ ਲੈ ਕੇ ਜਾਣਾ ਚਾਹੁੰਦੇ, ਤੁਸੀਂ ਆਪ ਸੰਸਕਾਰ ਕਰ ਦਿਓ। ਫਿਰ ਕਿੱਥੇ ਪਿਆਰ ਰਹਿ ਗਿਆ ਦੱਸੋ ਮੈਨੂੰ? ਹੈਂ ਫਿਰ ਕਿਹਦੇ 'ਤੇ ਮਾਣ ਕਰ ਰਹੇ ਹੋ ਵੀ ਭਰਾ ਮੇਰਾ ਬੇੜਾ ਪਾਰ ਲੰਘਾਊਗਾ, ਮੇਰਾ ਪਿਓ? ਇਹ ਸਭ ਰਿਸ਼ਤੇ ਝੂਠੇ ਨੇ, ਸੱਚਾਈ ਦਾ ਨਾਮ ਹੈ ਬਾਬਾ ਜੀ। ਇਹਦੇ ਨਾਲ ਮੁਹੱਬਤ ਕਰੋ, ਜ਼ਿੰਦਗੀ ਸਵਰਗ ਬਣ ਜੂ। ਇਹਦੇ ਨਾਲ ਪਿਆਰ ਕਰ, ਜ਼ਿੰਦਗੀ ਸਵਰਗ ਬਣ ਜੂ। ਮਾਂ ਪਿਆਰੀ ਲੱਗਦੀ ਹੈ, ਫਿਰ ਮਾਂ ਦੇ ਨਾਂ 'ਤੇ ਤਾੜੀ ਮਾਰੋ ਜੀ। ਹਾਂ ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜਿਹੜੇ ਜਿਵੇਂ ਸ਼ੈਨੇ ਦੀ ਸ਼ਨਗਾ ਨੱਚਾਂ ਮੈਂ ਨੱਚਾਂ ਮਾਂ ਦੇ ਦਰ ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜੈ ਜੈਕਾਰ ਜਿਵੇਂ ਸ਼ੈਨੇ ਦੀ ਸ਼ਨਗਾ ਨੱਚਾਂ ਮੈਂ ਨੱਚਾਂ ਮਾਂ ਦੇ ਦਰ ਸੋਨੇ ਦਾ ਮਾਂ ਦਾ ਦਰਬਾਰ ਸਭ ਕੁਝ ਦਿੱਤਾ ਮਾਂ ਨੇ ਕੀਤਾ ਜੋ ਨਿਹਾਲ ਸਭ ਕੁਝ ਦਿੱਤਾ ਮਾਂ ਨੇ ਕੀਤਾ ਜੋ ਨਿਹਾਲ ਸਭ ਕੁਝ ਦਿੱਤਾ ਮਾਂ ਨੇ ਕੀਤਾ ਜੋ ਨਿਹਾਲ ਖੁਸ਼ੀਆਂ ਨੇ ਮਿਲੀਆਂ ਬੇਸ਼ੁਮਾਰ ਹਰ ਪਾਸੇ ਹੋ ਰਹੀ ਜੈ ਜੈਕਾਰ ਚਿਮਟੇ ਸ਼ੈਣੇ ਦੀ ਸ਼ਨਗਾਰ ਸੋਨੇ ਦਾ ਮਾਂ ਦਾ ਦਰਬਾਰ ਹਰ ਖੁਸ਼ੀ ਮਾਂ ਤੇਰੀ ਏ ਦੁਨੀਆ ਦੀ ਹਰ ਖੁਸ਼ੀ ਮਾਂ ਤੇਰੀ ਏ ਇੱਕ ਗੱਲ ਮੇਰੀ ਮਨ ਲੈ ਮਾਂ ਤੂੰ ਮੇਰੀ ਏ
ਮਾਂ ਤੂੰ ਮੇਰੀ ਹੈ, ਇੱਕ ਗੱਲ ਤੂੰ ਮੇਰੀ ਮੰਨ ਲੈ, ਓ ਮਾਂ ਤੂੰ ਮੇਰੀ ਹੈ। ਦੁਨੀਆ ਦੀ ਹਰ ਖੁਸ਼ੀ ਸੱਚੋ ਮਾਂ ਤੇਰੀ ਹੈ, ਦੁਨੀਆ ਦੀ ਹਰ ਖੁਸ਼ੀ ਮਾਂ ਤੇਰੀ ਹੈ। ਇਹ ਗੱਲ ਤੈਨੂੰ ਮੰਨਣੀ ਪੈਣੀ, ਤੂੰ ਮੇਰੀ ਹੈ, ਇਹ ਗੱਲ ਮੰਨਣੀ ਪੈਣੀ, ਮਾਂ ਤੂੰ ਮੇਰੀ ਹੈ। ਦਸ ਪੰਦਰਾਂ ਮਿੰਟ ਵੀਹ ਮਿੰਟ ਹੋਰ ਲਾਉਂਦੇ ਆ ਜਾ ਬਾਈ। ਅੱਜ ਘੁੰਗਰੂ ਪੈਰਾਂ ਦੇ ਵਿੱਚ ਪਾ ਕੇ, ਅੱਜ ਘੁੰਗਰੂ ਪੈਰਾਂ ਦੇ ਵਿੱਚ ਪਾ ਕੇ, ਅੱਜ ਘੁੰਗਰੂ ਪੈਰਾਂ ਦੇ ਵਿੱਚ ਪਾ ਕੇ, ਸੋਹਣੀ ਮਈਆ ਦੇ ਦਾਰੀ ਉੱਤੇ ਜਾ ਕੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ। ਤੇਰੇ ਨਾਮ ਵਾਲੀ ਸਾਨੂੰ ਚੜੀਆਂ ਖਮਾਰੀਆਂ, ਤੇਰੇ ਨਾਮ ਵਾਲੀ ਸਾਨੂੰ ਚੜੀਆਂ, ਤੇਰੇ ਨਾਮ ਵਾਲੀ ਸਾਨੂੰ ਚੜੀਆਂ, ਤੇਰੇ ਨਾਮ ਵਾਲੀ ਸਾਨੂੰ ਚੜੀਆਂ ਖਮਾਰੀਆਂ, ਤੇਰੇ ਨਾਮ ਵਾਲੀ ਸਾਨੂੰ ਖਮਾਰੀਆਂ। ਸੋਹਣੀ ਮਈਆ ਦੇ ਤਾਰੇ ਉੱਤੇ ਜਾ ਕੇ, ਅੱਜ ਕੇਸਰ ਦਾ ਟਿੱਕਾ ਵੀ ਲਵਾ ਕੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ, ਸਯੋਨੀ ਮੈਨੂੰ ਨੱਚ ਲੈਣ ਦੇ, ਸਯੋਨੀ ਮੈਨੂੰ ਨੱਚ ਲੈਣ ਦੇ। ਖੁਸ਼ੀਆਂ ਮਿਲੀਆਂ ਮਾਂ ਮੈਂ ਨਿਹਾਲ ਹੋ ਗਿਆ, ਖੁਸ਼ੀਆਂ ਮਿਲੀਆਂ ਮਾਂ ਮੈਂ ਨਿਹਾਲ ਹੋ ਗਿਆ। ਬਾਬੇ ਓ ਖੁਸ਼ੀਆਂ ਮਿਲੀਆਂ ਮਾਂ ਮੈਂ ਨਿਹਾਲ ਹੋ ਗਿਆ, ਰਲ ਕੇ ਵਜਾਓ ਤਾੜੀ ਚੁੰਨੀ ਦਾ ਰੰਗ ਲਾਲ ਹੋ ਗਿਆ, ਰਲ ਕੇ ਵਜਾਓ ਤਾੜੀਆਂ ਚੁੰਨੀ ਦਾ ਰੰਗ ਲਾਲ ਹੋ ਗਿਆ, ਵਜਾਓ ਤਾੜੀ ਚੁੰਨੀ ਦਾ ਰੰਗ ਲਾਲ ਹੋ ਗਿਆ, ਸਰ ਕੇ ਵਜਾਓ ਤਾੜੀਆਂ ਚੁੰਨੀ ਦਾ ਰੰਗ ਲਾਲ ਹੋ।
10 ਮਿੰਟ ਹੋਰ ਹੈ ਪਰ ਗੱਲ ਮੈਂ ਤੁਹਾਨੂੰ ਆਖਰੀ ਪਤੇ ਦੀ ਸੁਣਾ ਦਿਆਂ ਜਿਹੜੀ ਸਟਾਰਟਿੰਗ 'ਚ ਗੱਲ ਸ਼ੁਰੂ ਹੋਈ ਸੀ ਮਾਂ ਨੂੰ ਦਿਖਾਉਣ ਦੀ ਹੁਣ ਕੈਮਰਾ ਉੱਧਰ ਘੁਮਾਈ ਮਾੜਾ ਜਿਹਾ ਵੀਰ ਇਮਾਨਦਾਰੀ ਨਾਲ ਹੱਥ ਖੜਾ ਕਰਿਓ ਨਹੀਂ ਤੇ ਮੈਂ ਪਹਿਲੇ ਕਹਿ ਸਕਿਆ ਕਿ ਤੁਸੀਂ ਦੂਸਰੇ ਕਿਸੇ ਦਰਬਾਰਾਂ 'ਚੋਂ ਬਚ ਜਾਓਗੇ ਪਰ ਮਾਂ ਦੀ ਮਾਰ ਤੋਂ ਨਹੀਂ ਬਚਦਾ ਕੋਈ ਪਹਿਲਾ ਸਵਾਲ ਅੱਜ ਤੋਂ ਕਿਸੇ ਨੂੰ ਇੱਕ ਦੂਜੇ ਨੂੰ ਜੀ ਕਰਕੇ ਕੌਣ ਬੁਲਾਊਗਾ ਹੱਥ ਖੜਾ ਕਰੋ ਆਹ ਭੈਣ ਤੋਂ ਨੇ ਤੁਸੀਂ ਨਹੀਂ ਬੁਲਾ ਸਕਦੇ ਭੈਣ ਜੀ ਨਹੀਂ ਬੁਲਾ ਸਕਦੇ ਕਿਸੇ ਨੂੰ ਨਹੀਂ ਬੁਲਾਇਆ ਜਾਣਾ ਸ਼ੁਕਰ ਹੈ ਫਿਰ ਦੇਵੀ ਦਾ ਰੂਪ ਦਿੱਤੀ ਬੈਠੇ ਬਾਬਾ ਜੀ ਸੱਚ ਹੈ ਜੇ ਮਜ਼ਾਕ ਨਹੀਂ ਕਿਸੇ ਨੂੰ ਜੀ ਬੁਲਾਉਣਾ ਇਹ ਵੀ ਬਹੁਤ ਵੱਡੀ ਕਮਾਈ ਹੈ ਅੱਜ ਤੋਂ ਬਾਅਦ ਪੰਛੀਆਂ ਨੂੰ ਪਾਣੀ ਕੌਣ ਪਾਊਗਾ ਬਾਬਾ ਜੀ ਸੱਚੀ ਕਹਿ ਰਿਹਾ ਮੈਂ ਸਿੱਧੂ ਮੂਸੇਵਾਲਾ ਦਾ ਗਾਣਾ ਨਹੀਂ ਕਿ ਮਾਂ ਮੈਂ ਤੇਰੇ ਵਰਗਾ ਹੈ ਸ਼ਕਲ ਨੂੰ ਪਛਾਣ ਲਿਆ ਮਾਤਾ ਜੀ ਇੱਕ ਪੁੱਤ ਨੂੰ ਮਾਂ ਕੀ ਦਿੰਦੀ ਹੈ ਕਿਸੇ ਨੂੰ ਗਿਆਨ ਨਹੀਂ ਹੈਗਾ ਜੇ ਕਿਸੇ ਨੇ ਮਾਂ ਬਾਰੇ ਜਾਣਨਾ ਹੋਵੇ ਕਿਸੇ ਨੌਜਵਾਨ ਨੇ ਕਿਲੋ ਦਾ ਇੱਕ ਵੱਟਾ ਲੈ ਲਿਓ ਜਿਹੜੇ ਤੋਲਦੇ ਆ ਸਮਾਨ ਤੋਲਦੇ ਆ ਨਾ ਜਿਹਨੇ ਮਾਂ ਬਾਰੇ ਜਾਣਨਾ ਹੋਵੇ ਥੋੜੇ ਟਾਈਮ 'ਚ ਗਿਆਨ ਹੋ ਜੂਗਾ ਆਪਣੇ ਢਿੱਡ ਨਾਲ ਬੰਨ ਲਿਓ ਵੱਟੇ ਨੂੰ 9 ਮਹੀਨੇ 1 ਕਿਲੋ ਦੇ ਵੱਟੇ ਨੂੰ ਜੇ 9 ਮਹੀਨੇ ਪੂਰੇ ਨਿਕਲ ਗਏ ਤਾਂ ਸਮਝ ਲੈ ਤੂੰ ਮਾਂ ਦਾ ਦੇਣ ਦੇ ਤਾ ਜੇ ਨਹੀਂ 7 ਕੁਲਾਂ ਵੀ ਤੇਰੀਆਂ ਮਾਂ ਦਾ ਦੇਣ ਨਹੀਂ ਦੇ ਸਕਦੀ ਔਰ ਮਾਂ ਕਿੱਡੀ ਪਾਵਰ ਪਾਵਰ ਹੈ ਮਾਂ 'ਚ ਕਿੱਡੀ ਪਾਵਰਫੁੱਲ ਸ਼ਕਤੀ ਹੈ ਮਾਂ ਆਪਣੇ ਸਰੀਰ 'ਚੋਂ ਇੱਕ ਇਨਸਾਨ ਪੈਦਾ ਕਰ ਦਿੰਦੀ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਮਾਂ ਦੀ ਬਾਬਾ ਜੀ ਇੱਕ ਰਾਜਾ ਹੋਇਆ ਦੁਨੀਆ 'ਤੇ ਉਸ ਰਾਜੇ ਨੇ ਆਪਣੀ ਮਾਂ ਨੂੰ ਕਿਹਾ ਰੱਖੋ ਮਾੜਾ ਮਾੜਾ ਨਾਲ ਆਪਣੀ ਮਾਂ ਨੂੰ ਕਿਹਾ ਕਹਿੰਦੀ ਮਾਂ ਤੂੰ ਰੋਜ਼ ਕਹਿੰਦੀ ਹੈ ਕਿ ਤੇਰਾ ਦੇਣਾ ਨਹੀਂ ਮੈਂ ਦੇ ਸਕਦਾ ਦੇਣਾ ਨਹੀਂ ਦੇ ਸਕਦਾ ਦੇਣਾ ਨਹੀਂ ਦੇ ਸਕਦਾ ਅੱਜ ਮੇਰੇ ਨਾਲ ਬਹਿ ਕੇ ਹਿਸਾਬ ਕਰ ਤੇਰਾ ਦੇਣਾ ਦੇਈਏ ਮਾਂ ਕਹਿੰਦੀ ਹੈ ਆ ਤੂੰ ਬਹਿ ਹਿਸਾਬ ਕਰ ਤੇਰਾ ਦੇਣਾ ਦੇ ਦੇ ਤੂੰ ਲੋਕਾਂ 'ਚ ਪੰਡੀ ਕਰਦੀ ਮੇਰਾ ਦੇਣਾ ਨਹੀਂ ਕੋਈ ਦੇ ਸਕਦਾ ਮਾਂ ਬਹਿ ਗਈ ਅੱਜ ਹਿਸਾਬ ਕਰੀਏ ਕਹਿੰਦੀ ਮਾਂ ਬੋਲ ਕੀ ਹਿਸਾਬ ਕਿਤਾਬ ਹੈ ਤੇਰਾ ਮਾਂ ਕਹਿੰਦੀ ਬਾਕੀ ਹਿਸਾਬ ਕਿਤਾਬ ਮੈਂ ਬਾਅਦ 'ਚ ਦੱਸੂਗੀ ਜੇ ਮੇਰਾ ਦੇਣਾ ਦੇਣਾ ਹੈ ਨਾ ਸਿਰਫ 1 ਹਫ਼ਤਾ 7 ਦਿਨ ਤੈਨੂੰ ਮੇਰੇ ਨਾਲ ਸੋਣਾ ਪਊਗਾ ਜੇ ਤੂੰ ਮੇਰੇ ਨਾਲ ਸੋ ਗਿਆ ਤੇ ਜਾਂ ਮੈਂ ਪੂਰੀ ਦੁਨੀਆ ਦੀ ਮਾਵਾਂ ਨੂੰ ਕਹਿ ਦਾਂਗੀ ਕਿ ਆਪਾਂ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਸਾਡਾ ਦੇਣ ਨਹੀਂ ਦੇ ਸਕਦੇ ਕਹਿੰਦਾ ਬਸ 7 ਦਿਨ ਦੀ ਗੱਲ ਹੈ ਕਹਿੰਦਾ ਹਾਂ ਆ ਜੋ ਕਹਿੰਦੇ ਮਾਂ ਇਹ ਕਿਹੜੀ ਗੱਲ ਕਰਦੀ ਪਹਿਲਾ ਦਿਨ ਚੰਗਾ ਇੱਕ ਚੰਗਾ ਪਲੰਗ ਲਾਇਆ ਚੰਗਾ
ਮਖਮਲ ਦਾ ਗੱਦਾ ਵਿਛਾਇਆ, ਮਾਂ ਸੋ ਗਈ ਤੇ ਰਾਜਾ ਆ ਕੇ ਮਾਂ ਦੀ ਨਾਲ ਸੋ ਗਿਆ। ਮਾਂ ਲੈ ਅੱਜ ਦਿਨ ਗੇਲੀ, ਪਹਿਲਾ ਦੇਣਾ ਮੈਂ ਤੇਰੇ ਤੇਰੇ ਨਾਲ ਸੁਣ ਲੱਗਾ। ਮਾਂ ਕਹਿੰਦੀ ਪਹਿਲਾ ਦਿਨ ਮੈਨੂੰ ਪਤਾ ਬੋਲ, ਤੂੰ ਮੈਨੂੰ ਦੱਸੇਗਾ ਪਹਿਲਾ ਦਿਨ ਅੱਜ ਆ ਜਾ। ਮਾਂ ਘੰਟੇ ਬਾਅਦ ਕਹਿੰਦੀ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਆ। ਅਗਲਾ ਸੋਚਦਾ ਕੋਈ ਨਹੀਂ, ਪਾਣੀ ਮੰਗਦੀ ਆ, ਪਾਣੀ ਲਿਆ ਕੇ ਦੇਤਾ। ਮਾਂ ਨੇ ਪਾਣੀ ਪੀਤਾ ਤੇ ਥੋੜਾ ਜਿਹਾ ਡੋਲਤਾ। ਉਹ ਮਾਂ ਕੀ ਕਰੀ ਜਾਂਦੀ, ਕਹਿੰਦੇ ਪੁੱਤ ਡੁੱਲ ਗਿਆ। ਕਹਿੰਦੇ ਚਲੋ ਕੋਈ ਗੱਲ ਨਹੀਂ। ਅਜੇ ਉਹਦੀ ਅੱਖ ਲੱਗੀ, ਮਾਂ ਹਿਲਾ ਕੇ ਕਹਿੰਦੀ ਪੁੱਤ ਮੈਨੂੰ ਪਾਣੀ ਦਾ ਗਲਾਸ ਚਾਹੀਦਾ। ਉਹਨੇ ਸੋਚਿਆ ਕੋਈ ਨਹੀਂ, ਮਾਂ ਨੂੰ ਪਿਆਸ ਲੱਗੀ। ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਮਾਂ ਪਾਣੀ ਡੋਲ ਦਿਆ ਕਰੇ, ਉਹ ਗੱਦੇ ਨੂੰ ਚੇਂਜ ਕਰ ਲਿਆ ਕਰਨਾ। ਛੇਵੀਂ ਵਾਰ ਜਦੋਂ ਹੋਇਆ ਨਾ, ਪਹਿਲੇ ਦੇਣੇ ਕਹਿੰਦਾ ਮਾਂ ਤੇਰੇ ਦਿਮਾਗ 'ਚ ਫਰਕ ਹੈ, ਕਾਹਦਾ ਦੇਣਾ, ਮੈਂ ਨਹੀਂ ਦੇਣਾ ਤੁਹਾਨੂੰ ਤੇਰਾ। ਪਾਣੀ ਮੰਗਦੀ ਆ, ਪਾਣੀ ਡੋਲ ਦੇਣੀ ਹੈ। ਮਾਂ ਨੇ ਵੱਟ ਕੇ ਥੱਪੜ ਮਾਰਿਆ, ਕਹਿੰਦਾ ਇੱਕ ਦਿਨ 'ਚ ਦੁਖੀ ਹੋ ਗਿਆ। ਇੱਕ ਰਾਤ 'ਚ ਵੀਹ ਵਾਰੀ ਬਾਥਰੂਮ ਕਰਦਾ ਸੀ ਤੇ ਮੈਂ ਗਿੱਲੀ ਥਾਂ 'ਤੇ ਪੈਂਦੀ ਸੀ, ਤੂੰ ਪੰਜਵੀਂ ਵਾਰ ਹੀ ਅੱਕ ਗਿਆ। ਤੂੰ ਮੇਰਾ ਦੇਣਾ ਦੇਗਾ? ਹੱਥ ਜੋੜ ਕੇ ਮਾਂ ਦੇ ਕੇ ਖੜਾ ਹੋ ਗਿਆ, ਮਾਂ ਮਾਫ ਕਰ ਦੇ, ਮਾਂ ਦਾ ਦੇਣਾ ਨਹੀਂ ਦੇ ਸਕਦਾ ਕੋਈ। ਬਾਬਾ ਜੀ ਜਿਉਂਦੀ ਰਹੇ ਮਾਂ ਤੇ ਜਿਉਂਦੇ ਰਹਿਣ ਮਾਂ ਦੇ ਬੋਲ, ਜਿਉਂਦੀ ਰਹੇ ਮਾਂ ਜਿਉਂਦੇ ਰਹਿਣ। ਛੱਲਾ ਨੌ ਨੌ ਖੇਵੇ ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ ਇਹ ਧੀਆਂ ਸਭ ਨੂੰ ਦੇਵੇ। ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ। ਮਾਏ ਨੀ ਮਾਏ ਮੈਨੂੰ ਪਿਆਰ ਹੋ ਗਿਆ, ਪਿਆਰ ਤੇਰੇ ਨਾਲ ਕੀ ਹੋਇਆ, ਅਰਸ਼ੋਂ ਪਾਰ ਹੋ ਗਿਆ। ਤੂੰ ਮੇਰੀ ਤੇ ਮੈਂ ਤੇਰਾ, ਤੇਰੇ ਨਾਲ ਮੇਰਾ ਇਜ਼ਹਾਰ ਹੋ ਗਿਆ। ਮਾਏ ਨੀ ਮਾਏ ਤੇਰੇ ਨਾਲ ਪਿਆਰ ਹੋ ਗਿਆ। ਗੱਲ ਸੁਣਿਓ, ਹੁਣ ਇੱਥੇ ਸਾਡੇ ਬਾਪੂ ਬੈਠੇ, ਇਹ ਨਾ ਕਹਿਣ ਵੀ ਮਾਂ ਦਾ ਦੇਣ ਤੇ ਕਹਿਤਾ, ਪਿਓ ਦਾ ਦੇਣ ਕੌਣ ਦਊਗਾ? ਜੇ ਮਾਂ ਜੰਨਤ ਹੈ ਤੇ ਜੰਨਤ ਦਾ ਦਰਵਾਜ਼ਾ ਇਹ ਪਿਓ ਹੈ, ਦਰਵਾਜ਼ਾ ਹੈ। ਮਾਂ ਦਾ ਕੰਮ ਸਿਰਫ ਪਾਲ ਪੋਸ ਕੇ ਵੱਡਾ ਕਰਨਾ, ਤੇ ਪਿਓ ਉਹ ਕਬੂਤਰ ਹੈ ਜਿਹੜਾ ਜਗ੍ਹਾ ਜਗ੍ਹਾ ਤੋਂ ਦਾਣਾ ਚੁੱਕ ਕੇ ਲਿਆ ਕੇ ਉਹਦੇ ਮੂੰਹ 'ਚ ਪਾਉਂਦਾ। ਇਹ ਦੋ ਰੂਹਾਂ ਐਸੀਆਂ ਹੋਈਆਂ ਬਾਬਿਓ, ਇਹ ਦੋ ਰੂਹਾਂ ਐਸੀਆਂ ਹੋਈਆਂ, ਮੈਂ ਦਾਅਵੇ ਨਾਲ ਕਹਿੰਦਾ, ਜਿਨ੍ਹਾਂ ਦੀ ਜਗ੍ਹਾ ਮਾਂ ਵੀ ਨਹੀਂ ਲੈ ਸਕਦੀ। ਇਹ ਆਪ ਮੰਨਦੀ ਹੈ ਜਿਨ੍ਹਾਂ ਨੇ ਆਪਣੀ ਮਾਂ ਤੇ ਪਿਓ ਨੂੰ ਰਾਜ਼ੀ ਕਰ ਲਿਆ। ਇੱਥੇ ਧੱਕੇ ਖਾਣ ਦੀ ਲੋੜ ਨਹੀਂ ਬਾਬਾ ਜੀ, ਇੱਥੇ ਲੋੜ ਨਹੀਂ ਧੱਕੇ ਖਾਣ ਦੀ। ਕਿਉਂ? ਮਾਂ ਤੇ ਇਹਦਾ ਹੁਣ ਫਰਕ ਕੀ ਹੈ? ਇੱਕ ਵਾਰ ਦੀ ਗੱਲ ਹੈ, ਇੱਕ ਬੰਦ ਕਮਰੇ ਦੇ ਵਿੱਚ ਮਾਂ ਤੇ ਪਿਓ, ਬਿਲਕੁਲ ਵਿਚਕਾਰ ਬੱਚਾ ਸੁੱਤਾ ਹੋਇਆ। ਬੱਚਾ ਇਹਨੇ 'ਚ ਇੱਕ ਆਵਾਜ਼ ਆਉਂਦੀ ਹੈ, ਦਰਵਾਜ਼ਾ ਖੁੱਲਦਾ, ਮਾਂ ਪਿਓ ਘੂਕ ਸੁੱਤੇ ਆ, ਬੱਚੇ ਦੀ ਅੱਖ ਖੁੱਲ ਜਾਂਦੀ ਹੈ। ਬੱਚਾ ਸਾਹਮਣੇ ਕੀ ਦੇਖਦਾ ਹੈ? ਇੱਕ ਫਰਿਸ਼ਤਾ ਖੜਾ ਹੈ, ਮੌਤ ਦਾ ਫਰਿਸ਼ਤਾ, ਇਜ਼ਰਾਈਲ ਜਬਰਾਈਲ।
ਬੱਚਾ ਉਹਨੂੰ ਪੁੱਛਦਾ ਕਹਿੰਦੇ ਕੌਣ ਹੈ ਉਹ ਕਹਿੰਦੇ ਮੈਂ ਫਰਿਸ਼ਤਾ ਮੈਂ ਤੇਰੀ ਮਾਂ ਨੂੰ ਲੈਣਾ ਹੈ ਤੇਰੀ ਮਾਂ ਨੂੰ ਬੱਚਾ ਘੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲੈਂਦਾ ਕਹਿੰਦਾ ਨਾ ਮੇਰੀ ਮਾਂ ਨੂੰ ਨਾ ਕੁਛ ਕਹੀ ਉਹ ਕਹਿੰਦਾ ਨਹੀਂ ਜੀ ਅੱਜ ਮਾਂ ਨੂੰ ਲੈ ਕੇ ਜਾਣਾ ਬੱਚਾ ਆਪਣੇ ਉਸ ਫਰਿਸ਼ਤੇ ਨੂੰ ਕਹਿੰਦਾ ਕਹਿੰਦੇ ਤੂੰ ਮੇਰੇ ਨਾਲ ਸੌਦਾ ਕਰ ਲੈ ਕਹਿੰਦਾ ਕਾਹਦਾ ਸੌਦਾ ਕਹਿੰਦੇ ਤੂੰ ਮੇਰੀ ਜਾਨ ਲੈ ਜਾ ਤੇ ਮੇਰੀ ਮਾਂ ਦੀ ਜਾਨ ਬਖਸ਼ ਦੇ ਉਹ ਜਿਹੜਾ ਫਰਿਸ਼ਤਾ ਸੀ ਉਹ ਰੋਣ ਲੱਗ ਗਿਆ ਉਹ ਪਤਾ ਕੀ ਕਹਿੰਦਾ ਓਏ ਕਹਿੰਦਾ ਜਿਹੜੀ ਗੱਲ ਤੂੰ ਕਹਿੰਦਾ ਸੌਦਾ ਤੇਰੇ ਤੋਂ ਪਹਿਲੇ ਹੋ ਚੁੱਕਿਆ ਕਹਿੰਦੇ ਕੀ ਕਹਿੰਦੇ ਵਾਰੀ ਤੇ ਤੇਰੀ ਸੀ ਪਰ ਤੇਰੀ ਮਾਂ ਨੇ ਮੇਰੇ ਨਾਲ ਪਹਿਲੇ ਸੌਦਾ ਕਰ ਲਿਆ ਵੀ ਮੇਰੀ ਜਾਨ ਲੈ ਜਾ ਮੇਰੇ ਪੁੱਤ ਦੀ ਜਾਨ ਬਖਸ਼ ਦੇ ਫੁੱਲਾਂ ਦੀ ਹੋਰੀ ਵਰਖਾ ਮਈਆ ਦੇ ਤੇਰੇ ਮੰਦਰਾਂ ਤੇ ਓ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਓ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਫੁੱਲਾਂ ਦੀ ਹੋਰੀ ਵਰਖਾ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਓ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਜਾਗੇ ਵਿੱਚ ਦੇਖੋ ਅੱਜ ਮਾਂ ਮੇਰੀ ਆਈ ਏ ਜਾਗੇ ਵਿੱਚ ਦੇਖੋ ਅੱਜ ਮਾਂ ਮੇਰੀ ਆਈ ਜਾਗੇ ਵਿੱਚ ਦੇਖੋ ਮੇਰੀ ਮਾਂ ਖੁਸ਼ੀਆਂ ਦੇ ਨਾਲ ਤੇਰੀ ਜੋਤ ਮਾਂ ਜਗਾਈ ਏ ਜਾਗੇ ਵਿੱਚ ਅੱਜ ਵੇਖੋ ਮਾਂ ਮੇਰੀ ਆਈ ਜਾਗੇ ਵਿੱਚ ਦੇਖੋ ਅੱਜ ਮਾਂ ਮੇਰੀ ਆਈ ਜਾਗੇ ਵਿੱਚ ਕਿਹੜੇ ਕਿਹੜੇ ਸੌਣ ਦੀ ਤਿਆਰੀ 'ਚ ਹੱਥ ਖੜੇ ਕਰੋ ਉਹ ਦੇਖੋ ਕਹਿੰਦੇ ਅਸੀਂ ਸੌਣ ਦੀ ਹੋਰੀ ਵਰਖਾ ਸੌਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਆ ਸੌਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਆ ਸੌਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਅੱਛਾ ਜੇ ਚੰਗਾ ਲੱਗ ਰਿਹਾ ਤਾੜੀ ਲਾ ਦਿਓ ਫਿਰ ਮੈਂ 5 ਮਿੰਟ ਹੋਰ ਲਾ ਦਿਆਂ ਕਿ ਮੇਰਾ ਸਮਾਂ ਹੋ ਗਿਆ ਪੂਰਾ ਬਾਰੀ ਬਰਸੀ ਖਟ ਨੂੰ ਗਿਆ ਸੀ ਖਟਕ ਲਿਆਂਦਾ ਪੂਰਾ ਬਾਰੀ ਬਰਸੀ ਖਟ ਨੂੰ ਗਿਆ ਸੀ ਖਟਕ ਲਿਆਂਦਾ ਪੂਰਾ ਬਾਰੀ ਬਰਸੀ ਖਟ ਨੂੰ ਗਿਆ ਸੀ ਖਟਕ ਲਿਆਂਦਾ ਪੂਰਾ ਖਟਕ ਲਿਆਂਦਾ ਪੂਰਾ ਹੁਣ ਸਾਨੂੰ ਮਾਫ ਕਰ ਸਾਡਾ ਟਾਈਮ ਨਹੀਂ ਹੋਇਆ ਪੂਰਾ ਵੀ ਹੁਣ ਸਾਨੂੰ ਆ ਟਾਈਮ ਨਹੀਂ ਹੋਇਆ ਪੂਰਾ ਵੀ ਹੁਣ ਸਾਨੂੰ ਆ ਟਾਈਮ ਨਹੀਂ ਹੋਇਆ ਪੂਰਾ ਵੀ ਹੁਣ ਸਾਨੂੰ ਕੀ ਹੋਇਆ ਲਓ ਜੀ ਆਖਰੀ ਗੱਲ ਆਖਰੀ ਗੱਲ ਇੱਕ ਪਿਓ
ਇੱਕ ਪਿਓ ਆਪਣੀ ਔਲਾਦ ਨਾਲ ਵਾਅਦਾ ਕਰਦਾ ਲੈ ਇਹ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਪੂਰੀ ਸੰਸਾਰ ਦੀ ਸਮਝ ਆ ਜੂਗੀ ਜਿੰਨਾ ਕੁਛ ਮੈਂ ਇੱਥੇ ਗਾਇਆ ਜੋ ਕੁਛ ਮੈਂ ਦੱਸਿਆ ਤੁਹਾਨੂੰ ਮਾਂ ਦੀ ਪਹਿਚਾਣ ਹੋ ਜੂਗੀ ਇਹ ਗੱਲ ਸੁਣਨ ਤੋਂ ਬਾਅਦ ਇੱਕ ਪਿਓ ਆਪਣੇ ਬੱਚੇ ਨਾਲ ਵਾਅਦਾ ਕਰਦਾ ਕਿ ਮੈਂ ਤੈਨੂੰ ਜ਼ਿੰਦਗੀ ਦੀ ਐਸ਼ ਕਰਾਉਣੀ ਆ ਤੈਨੂੰ ਕਿਸੇ ਅੱਗੇ ਹੱਥ ਨਹੀਂ ਅੱਡਣ ਦੇਣਾ ਬੱਚਾ ਬੜਾ ਖੁਸ਼ ਆਪਣੇ ਘਰ ਵਾਲੇ ਨੂੰ ਉਹ ਘਰ ਵਾਲਾ ਕਹਿੰਦਾ ਕਹਿੰਦੇ ਮੇਰੀ ਧਰਮ ਪਤਨੀ ਹੈ ਤੇਰਾ ਜੋ ਦਿਲ ਕਰਦਾ ਜਿੰਨੇ ਮਹਿੰਗੇ ਸੂਟ ਪਾਉਣੇ ਆ ਜੋ ਜੁੱਤੀ ਪਾਉਣੀ ਹੈ ਜਿੰਨਾ ਕੁਛ ਤੈਂ ਪਾਉਣਾ ਐਸ਼ ਕਰ ਮੈਂ ਹੈਗਾ ਅੱਛਾ ਰਿਸ਼ਤੇਦਾਰਾਂ ਨੂੰ ਬੁਲਾ ਕੇ ਕਹਿੰਦਾ ਭਾਈ ਜਿਹਨੂੰ ਜਿਹਨੂੰ ਜੋ ਕੋਈ ਮਜਬੂਰੀ ਹੋਵੇ ਮੇਰੇ ਨਾਲ ਸਾਂਝੀ ਕਰਿਓ ਮੈਂ ਤੁਹਾਡੇ ਨਾਲ ਖੜਾ ਤੇ ਕੰਮ ਪਤਾ ਕੀ ਕਰਦਾ ਕਿਸੇ ਜੰਗਲ ਦੇ ਵਿੱਚ ਲੁਟੇਰਾ ਬਣ ਕੇ ਲੋਕਾਂ ਨੂੰ ਲੁੱਟਦਾ ਆਪਣੇ ਬੱਚਿਆਂ ਲਈ ਆਪਣੇ ਘਰਵਾਲੀ ਲਈ ਆਪਣੇ ਰਿਸ਼ਤੇਦਾਰਾਂ ਲਈ ਇੱਕ ਦਿਨ ਇੱਕ ਸੱਚਾ ਫਕੀਰ ਉਸ ਜੰਗਲ 'ਚੋਂ ਗੁਜ਼ਰਿਆ ਤਾਂ ਉਸ ਇਨਸਾਨ ਨੇ ਉਹਨੂੰ ਫੜ ਲਿਆ ਫਕੀਰ ਕਹਿਣ ਲੱਗਾ ਕਹਿੰਦੇ ਭਾਈ ਕਾਰਨ ਕੀ ਹੈ ਉਹ ਕਹਿੰਦਾ ਕਾਰਨ ਕੁਰਨ ਨਾ ਪੁੱਛ ਜੋ ਕੁਛ ਹੈਗਾ ਦੇ ਦੇ ਨਹੀਂ ਤੇ ਮੈਂ ਤੈਨੂੰ ਮਾਰ ਦੇਣਾ ਫਕੀਰ ਕਹਿੰਦਾ ਦੇਖੋ ਉਧਰੋਂ ਤੇ ਸਮਝਣ ਦਾ ਵੇਲਾ ਆ ਗਿਆ ਸੀ ਜਿਵੇਂ ਅੱਜ ਤੁਹਾਡਾ ਸਮਝਣ ਦਾ ਵੇਲਾ ਹੈ ਕੀ ਹੋਇਆ ਫਕੀਰ ਉਸੇ ਜਗ੍ਹਾ ਐਂ ਬੈਠ ਗਿਆ ਕਹਿੰਦੇ ਭਾਈ ਤੂੰ ਮੇਰੀ ਜਾਨ ਵੀ ਲੈ ਲਈ ਮੇਰੇ ਕੋਲ ਜੋ ਸਮਾਨ ਹੈ ਸਮਾਨ ਵੀ ਲੈ ਲਈ ਪਰ ਇੱਕ ਵਾਰੀ ਮੈਨੂੰ ਬਹਿ ਕੇ ਗੱਲ ਦੱਸ ਕਿੰਨਾ ਲਈ ਪਾਪ ਕਰ ਰਿਹਾ ਕਹਿੰਦੇ ਮੇਰੇ ਪੁੱਤ ਨੂੰ ਜਵਾਨ ਕੀਤੀ ਐਸ਼ ਕਰਾਉਣੀ ਆ ਘਰਵਾਲੀ ਨੂੰ ਜਵਾਨ ਕੀਤੀ ਐਸ਼ ਕਰਾਉਣੀ ਆ ਰਿਸ਼ਤੇਦਾਰਾਂ ਨੂੰ ਕਿਹਾ ਐਸ਼ ਕਰੋ ਉਹ ਕਹਿੰਦਾ ਠੀਕ ਹੈ ਕਹਿੰਦੇ ਇੱਦਾਂ ਕਰ ਅੱਜ ਤੇਰੇ ਨਕਾਬ ਨੂੰ ਦੂਰ ਹਟਾਈਏ ਜਿਨ੍ਹਾਂ ਲਈ ਪਾਪ ਕਰਦਾ ਫਿਰਦਾ ਇੱਕ ਵਾਰੀ ਇੱਕ ਗੇੜਾ ਲਾ ਕੇ ਆਪਣੇ ਘਰ ਦਾ ਕਹਿੰਦੇ ਕੀ ਕਹਿੰਦੇ ਜਾ ਕੇ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਜਿਹਨੂੰ ਤੂੰ ਮੁਹੱਬਤ ਕਰਦਾ ਉਹਨੂੰ ਕਹੀ ਵੀ ਮੇਰੀ ਜ਼ਿੰਦਗੀ ਦੇ ਕੁਛ ਹੀ ਪਲ ਰਹਿ ਗਏ ਨੇ ਕੀ ਤੂੰ ਮੈਨੂੰ ਆਪਣੀ ਜ਼ਿੰਦਗੀ 'ਚੋਂ ਕੁਝ ਦਿਨ ਕੁਝ ਸਾਲ ਦੇ ਸਕਦਾ ਫਿਰ ਘਰਵਾਲੀ ਕੋਲ ਜਾਈ ਫਿਰ ਰਿਸ਼ਤੇਦਾਰਾਂ ਕੋਲ ਜਾਈ ਜਿੰਨਾ ਕੁ ਇਕੱਠਾ ਹੋਵੇ ਤਾਂ ਲੈ ਕੇ ਆ ਜਾਈ ਉਹ ਕਹਿੰਦਾ ਕਿਹੜੀ ਗੱਲ ਆ ਬੱਚੇ ਮੇਰੇ ਤੇ ਮਰਨ ਮਰਦੇ ਆ ਘਰਵਾਲੀ ਮੇਰੇ ਪਿੱਛੇ ਜਾਣ ਦੇ ਨੂੰ ਤਿਆਰ ਆ ਰਿਸ਼ਤੇਦਾਰਾਂ ਦਾ ਕਹਿਣਾ ਕੀ ਆ ਉਹ ਤੇ ਮਰਨ ਨੂੰ ਤਿਆਰ ਆ ਉਹ ਕਹਿੰਦੇ ਜਾ ਤੇ ਸਹੀ ਹੁਣ ਨੌਜਵਾਨ ਮੁੰਡਾ ਚੰਗੇ ਕੱਪੜੇ ਪਾ ਕੇ ਘਰੋਂ ਨਿਕਲ ਲੱਗਾ ਤੇ ਪੁੱਤ ਖੜ ਅੱਗੇ ਪਿਓ ਮਿਲ ਗਿਆ ਕਹਿੰਦਾ ਪੁੱਤਰ ਕਿਤੇ ਚੱਲਾ ਕਹਿੰਦਾ ਬਾਪੂ ਚੱਲੇ ਐਸ਼ ਕਰਨ ਕਿਤੇ ਗੇੜੀ ਛੇੜੀ ਲਾਉਂ ਪੈਸੇ ਕੱਢ ਕੇ ਦਿੱਤੇ ਕਹਿੰਦੇ ਲੈ ਐਸ਼ ਕਰ ਪਰ ਇੱਕ ਛੋਟਾ ਜਿਹਾ ਸਵਾਲ ਹੈ ਕਹਿੰਦੇ ਮੇਰੀ ਜ਼ਿੰਦਗੀ ਦੇ ਦਿਨ ਬਹੁਤ ਥੋੜ੍ਹੇ ਰਹਿ ਗਏ ਕਈ ਇੱਕ ਦੋ ਸਾਲ ਆਪਣੀ ਜ਼ਿੰਦਗੀ ਦੇ ਮੈਨੂੰ ਦੇ ਦੇਗਾ ਬੱਚੇ ਨੇ ਪੈਸੇ ਕੱਢ ਕੇ ਮੂੰਹ ਤੇ ਮਾਰੇ ਪਿਓ ਦੇ ਕਹਿੰਦਾ ਆਪਣੀ ਉਮਰ ਹੰਢਾ ਕੇ ਪਾਪ ਆਪ ਕਰਕੇ ਹੁਣ ਪਾਪਾਂ ਦਾ ਭਾਗੀ ਸਾਨੂੰ ਬਣਾਉਣਾ ਚਾਹੁੰਦਾ ਤੇਰੇ ਵਰਗੇ ਵੀ ਦੇਖਣਾ ਦਰਬਾਰ ਪਿਓ ਟੁੱਟ ਗਿਆ ਅੰਦਰੋਂ ਬਾਬਿਓ ਪਿਓ ਗਿਆ ਘਰਵਾਲੀ ਕੋਲ ਕਹਿੰਦੇ ਭਾਗਵਾਨ ਤੈਨੂੰ ਮੈਂ ਕੋਈ ਜ਼ਿੰਦਗੀ ਦੀ ਥੋੜ ਨਹੀਂ ਆਉਣ ਦਿੱਤੀ ਮੇਰੇ ਤੇ ਮੁਸੀਬਤ ਪੈ ਗਈ ਕਿ ਚੰਦ ਦਿਨ ਆਪਣੇ ਮੈਨੂੰ ਦੇ ਸਕਦੀ ਹੈ ਘਰਵਾਲੀ ਕਹਿੰਦੀ
ਕਹਿੰਦੇ ਤੇਰੀ ਤੇ ਮੇਰੀ ਉਮਰ ਦਾ ਪਹਿਲੇ ਹੀ 7-8 ਸਾਲ ਦਾ ਫਰਕ ਹੈ, ਤੂੰ ਤਾਂ ਪਹਿਲੇ ਜਾਣਾ ਹੀ ਜਾਣਾ 7-8 ਸਾਲ, ਮੈਨੂੰ ਕਿਉਂ ਮਾਰਦਾ ਹੈ? ਜਾ, ਮੇਰੇ ਕੋਲ ਜਗ੍ਹਾ ਨਹੀਂ ਹੈਗੀ, ਕੰਮ ਕਰ ਆਪਣਾ, ਜਿਹੜਾ ਤੂੰ ਕਮਾ ਕੇ ਲਿਆ ਕੇ ਦੇਣਾ ਇਹ ਤੇਰੀ ਮਜਬੂਰੀ ਹੈ, ਤੂੰ ਤੈਨੂੰ ਕਮਾ ਕੇ ਦੇਣਾ ਪੈਣਾ। ਰਿਸ਼ਤੇਦਾਰਾਂ ਕੋਲ ਗਿਆ, ਰਿਸ਼ਤੇਦਾਰਾਂ ਨੇ ਗੱਲ ਸੁਣ ਕੇ ਘਰੋਂ ਬਾਹਰ ਕੱਢ ਕੇ ਦਰਵਾਜ਼ੇ ਨਾਲ ਹੈ, ਫਕੀਰ ਉੱਥੇ ਹੀ ਬੈਠਾ। ਜਾ ਕੇ ਫਕੀਰ ਨੂੰ ਕਹਿੰਦਾ ਮਹਾਰਾਜ ਆ ਗਿਆ ਜੀ। ਕਹਿੰਦਾ ਲਿਆਇਆ ਕੁਛ? ਕਹਿੰਦਾ ਸਾਰੇ ਹੀ ਕੁੱਕਰ ਪੈ ਗਏ, ਪਛਾਣਨ ਤੋਂ ਇਨਕਾਰ ਕਰ ਗਏ। ਤੇ ਫਿਰ ਫਰੀਕ ਫਕੀਰ ਕਹਿੰਦਾ ਕੀ ਹੈ? ਕਿਹਦੇ ਲਈ ਪਾਪ ਕਮਾ ਰਹੇ ਆ? ਜਿੱਥੇ ਲੇਖਾ ਦੇਵੇਂਗਾ ਦੇਵੇਂਗਾ, ਕਿਹਦੇ ਲਈ ਪਾਪ ਕਮਾ ਰਹੇ ਆ? ਕਿੱਥੇ ਲੇਖਾ ਦੇਵੇਂਗਾ ਦੇਵੇਂਗਾ? ਖਾਣ ਵਾਲੇ ਤੇ ਖਾ ਗਏ, ਮੌਤ ਦੀ ਢੇਰੀ ਤੂੰ ਹੀ ਹੋਵੇਂ। ਕਹਿੰਦਾ ਖਾਣ ਵਾਲੇ ਖਾ ਗਏ। ਕਹਿੰਦੇ ਜੀ ਫਿਰ ਇਹਦਾ ਰਾਹ ਉਹ ਪਤਾ ਕੀ ਕਹਿੰਦਾ? ਅਜੇ ਵੀ ਅਕਲ ਨਹੀਂ ਆਈ, ਤੂੰ ਬਹੁਤ ਸਿਆਣਾ ਏ। ਅਜੇ ਵੀ ਅਕਲ ਨਹੀਂ ਆਈ, ਤੂੰ ਬਹੁਤ ਸਿਆਣਾ ਏ। ਛੱਡ ਦੇ ਸਾਰੇ ਰਿਸ਼ਤੇ, ਰੱਬ ਨੇ ਨਾਲ ਹੀ ਜਾਣਾ। ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰ ਹੰਦੇ, ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰ ਹੰਦੇ, ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰ ਹੰਦੇ, ਆ ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰ ਹੰਦੇ, ਫੁੱਲਾਂ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰ ਹੰਦੇ, ਮਈਆ ਜੀ ਤੇਰੇ ਮੰਦਰ ਹੰਦੇ, ਮਈਆ ਜੀ ਤੇਰੇ ਮੰਦਰ ਹੰਦੇ, ਮਈਆ ਜੀ ਤੇਰੇ ਮੰਦਰ ਹੰਦੇ। ਸ਼ੇਰਾਂ ਵਾਲੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ। ਕਿੱਧਰ ਚੱਲੀਓ ਭੈਣੋ ਤੇ ਅਜੇ ਕੰਮ ਬਾਕੀ ਹੈ। ਡੀਸੀ ਨਹੀਂ, ਤੁਸੀਂ ਪਹਿਲੇ ਉੱਥੇ ਬੈਠੋ, ਤੁਹਾਨੂੰ ਡੀਸੀ ਪਹਿਲੇ ਹੈਗਾ, ਅੱਜ ਮੁੱਖ ਮੰਤਰੀ ਪਹਿਲੇ ਆ ਜਾਓ। ਦੋ ਲੈਣਾ ਸ਼ਿਵਰੰਜਲੀ ਬਣਾਇਓ ਭਾਜੀ, ਬਸ ਬਾਕੀ ਤੁਸੀਂ ਕੋਈ ਨਹੀਂ ਪਾ ਲਓ, ਪਾਈਏ ਚੱਲ ਆਪਾਂ, ਬਾਕੀ ਕਰ ਲਓ ਪੈਕ ਬਾਬਾ ਜੀ। ਇੱਕ ਇੱਕ ਬੁੜ ਸ਼ਿਵਰੰਜਲੀ ਬਸ ਮਾੜਾ ਜਿਹਾ। ਆ ਜਿਹੜੇ ਮੇਰੇ ਆ ਤੁਸੀਂ ਦੇਖ ਰਹੇ ਹੋ, ਇਹ ਮੈਂ ਪਾਉਂਦਾ ਨਹੀਂ, ਇਹ ਮੈਨੂੰ ਪਵਾ ਦੇ। ਮੇਰੇ ਤਾਂ ਮੇਰੇ ਘਰਾਣੇ 'ਚ ਕੋਈ ਨਹੀਂ ਪਾਉਂਦਾ ਇਹ ਚੀਜ਼ਾਂ, ਆ ਪਾਈਆਂ ਨਹੀਂ ਪਵਾਤੀਆਂ, ਆ ਪਾਏ ਨਹੀਂ ਪਵਾਤੇ। ਕਰੀਏ ਕੀ? ਜੈਕਾਰਾ ਸਾਈਂ ਸ਼ਿੰਦੇ ਸ਼ਾਹ ਸਰਕਾਰ ਦਾ ਬੋਲੀਏ ਸੱਚੇ ਦਰਬਾਰ ਕੀ ਜੈ। ਉਹਦਾ ਕਰਮ ਹੋਇਆ ਮੇਰੇ ਤੇ, ਉਸ ਫਕੀਰ ਨੇ ਮੈਨੂੰ ਮਿੱਟੀ ਤੋਂ ਸੋਨਾ ਕੀਤਾ, ਮਿੱਟੀ ਤੋਂ ਸੋਨਾ ਕੀਤਾ।
ਐਡੀ ਔਕਾਤ ਨਹੀਂ ਹੈ, ਮੈਂ ਇਹ ਗਾ ਦੇਵਾਂ ਅਤੇ ਤੁਹਾਨੂੰ ਸੁਣਾ ਦੇਵਾਂ। ਉਹਦੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ, ਮੇਰੀ ਅੰਦਰੋਂ ਗਲਾ ਕਿੱਦਾਂ ਹਿੱਲ ਜੂਗਾ, ਇਹ ਮੇਰੇ ਮੇਰੇ ਮੁਰਸ਼ਦ ਦੀ ਨਿਸ਼ਾਨੀ। ਆਓ ਪਾਣੀ ਦੀਆਂ ਚੰਦ ਕਲੈਣਾ, ਜਿਹੜੇ ਲੋਕ ਪਾਣੀ ਦੀ ਕਦਰ ਨਹੀਂ ਨਾ ਕਰਦੇ। ਬਾਬਾ ਜੀ ਕੋਈ ਵਕਤ ਸੀ, ਸਾਡੀਆਂ ਪਹਿਲੀਆਂ ਪੁਸ਼ਤਾਂ ਨੇ ਪਹਿਲੇ ਪੜਦਾਦਿਆਂ ਤੋਂ ਵੀ ਅੱਗੇ ਉਹਨਾਂ ਨੇ ਨਹਿਰਾਂ 'ਚੋਂ ਪਾਣੀ ਪੀਤਾ। ਇਹ ਗੱਲ ਸੋਚਣ ਵਾਲੀ ਹੈ, ਨਹਿਰਾਂ 'ਚੋਂ ਪਾਣੀ ਪੀਤਾ, ਫਿਰ ਜਦੋਂ ਉਹਨਾਂ ਦਾ ਸਮਾਂ ਗਿਆ ਨਾ ਬਾਬਾ ਜੀ, ਦੂਸਰੀ ਪੀੜ੍ਹੀ ਆ ਗਈ, ਉਹਨਾਂ ਨੇ ਖੂਹਾਂ 'ਚੋਂ ਪਾਣੀ ਪੀਤਾ, ਖੂਹ 'ਚ ਕੱਢ ਕੇ ਪਾਣੀ ਪੀਤਾ। ਫਿਰ ਪੀੜ੍ਹੀ ਦੂਸਰੀ ਆ ਗਈ, ਉਹਨਾਂ ਨੇ ਨਲਕਿਆਂ 'ਚੋਂ ਪਾਣੀ ਪੀਤਾ। ਫਿਰ ਦੂਸਰੀ ਪੀੜ੍ਹੀ ਆ ਗਈ, ਘੜਿਆਂ 'ਚ ਪਾਣੀ ਪੀਤਾ। ਦੂਸਰੀ ਪੀੜ੍ਹੀ ਆ ਗਈ, ਕੈਂਪਰਾਂ 'ਚ ਪਾਣੀ ਪੀਤਾ। ਦੂਸਰੀ ਪੀੜ੍ਹੀ ਆ ਗਈ, ਲੀਟਰ 2 ਲੀਟਰ ਦੀ ਬੋਤਲਾਂ 'ਚ ਪਾਣੀ ਪੀਤਾ। ਤੀਸਰੀ ਪੀੜ੍ਹੀ, ਕੁਝ ਹੋਰ ਅੱਗੇ ਪੀੜ੍ਹੀ ਆ ਗਈ, ਛੋਟੀ ਬੋਤਲਾਂ 'ਚ ਪਾਣੀ ਪੀਤਾ। ਅਤੇ ਯਾਦ ਕਰਿਓ ਬਾਬੇ, ਜਦੋਂ ਅਗਲੀਆਂ ਪੀੜ੍ਹੀਆਂ ਆ ਰਹੀਆਂ ਤਾਂ ਪਾਣੀ ਖਤਮ ਹੀ ਹੋ ਜਾਣਾ। ਜਿਵੇਂ ਜਿਵੇਂ ਸਾਈਜ਼ ਛੋਟਾ ਹੋ ਰਿਹਾ ਨਾ ਬੋਤਲ ਦਾ, ਬਾਲਟੀਆਂ ਦਾ, ਪਾਣੀ ਵੀ ਮੁੱਕ ਜਾਣਾ। ਕਦਰ ਕਰਿਆ ਕਰੋ ਪਾਣੀ ਦੀ। ਆਓ ਪਾਣੀ ਜ਼ਿੰਦਗੀ ਤੋਂ ਲੈ ਕੇ ਮਰਨ ਤੱਕ ਤੁਹਾਡੇ ਨਾਲ ਹੈ। ਇਸ ਵੇਲੇ ਤੁਹਾਡੇ ਨਾਲ ਸਾਰਿਆਂ ਦੇ ਪਾਣੀ ਹੈ, ਪਰ ਤੁਹਾਨੂੰ ਦੇਖ ਨਹੀਂ ਰਿਹਾ, ਹੁਣ ਦੇਖਣਾ ਸ਼ੁਰੂ ਹੋ ਜਾਊਗਾ ਜਦੋਂ ਮੈਂ ਕਹੂੰਗਾ ਆ ਜਾਓ। ਬੰਦਾ ਦਾਖਲ ਹੁੰਦਾ ਜਦੋਂ ਮਾਂ ਦੀ ਗਰਭ ਅੰਦਰ, ਬੰਦਾ ਦਾਖਲ ਹੁੰਦਾ ਜਦੋਂ ਮਾਂ ਦੀ ਗਰਭ ਅੰਦਰ, ਉਹਦੇ ਪਾਲਣ ਪੋਛਣ ਨੂੰ ਕੰਮ ਆਵੇ ਪਾਣੀ ਪਾਣੀ। ਜਦੋਂ ਮਾਂ ਦੀ ਗਰਭ 'ਚ ਇਨਸਾਨ ਪੈਦਾ ਹੁੰਦਾ, ਪਾਣੀ ਹੀ ਉਹਦਾ ਸਾਰਾ ਕੁਝ ਹੈ, ਪਾਣੀ ਤੋਂ ਬਿਨਾਂ ਉਹਨੂੰ ਕੋਈ ਕੁਛ ਨਹੀਂ ਮਿਲਦਾ। ਬੰਦਾ ਦਾਖਲ ਹੁੰਦਾ ਜਦੋਂ ਮਾਂ ਦੀ ਗਰਭ ਅੰਦਰ, ਉਹਦੇ ਪਾਲਣ ਪੁੱਛ ਨੂੰ ਕੰਮ ਆਵੇ ਪਾਣੀ। ਜਨਮ ਲੈ ਕੇ ਜਦੋਂ ਗੋਦ ਆਉਂਦਾ, ਹਰ ਕੋਈ ਕੁੜਤੀ ਦੇਹ ਵਿੱਚ ਮਿਲਾਵੇ ਪਾਣੀ। ਉਹ ਬੱਚਾ ਮਾਂ ਦਾ ਦੁੱਧ ਜਦੋਂ ਪੀਣ ਲੱਗਦਾ, ਉਸ ਦੁੱਧ ਵਿੱਚ ਰੱਬ ਆਪ ਮਿਲਾਵੇ ਪਾਣੀ ਮਿਲਾਵੇ ਪਾਣੀ। ਬੰਦਾ ਕਿਸੇ ਮੋੜ ਤੇ ਡਰ ਜਾਵੇ, ਚਕਰਾ ਜਾਵੇ, ਡਰੇ ਹੋਏ ਮਨ ਨੂੰ ਸ਼ਾਂਤ ਲਿਆਵੇ ਪਾਣੀ ਸ਼ਾਂਤ ਲਿਆਵੇ ਪਾਣੀ। ਹੋਵੇ ਗੀਤਾ ਕੁਰਾਨ ਗੁਰੂ ਗ੍ਰੰਥ ਸਾਹਿਬ ਬਾਈਬਲ, ਅੱਗੇ ਅੱਗੇ ਛਿੱਟਾ ਲਾ ਕੇ ਰਸਤਾ ਪਵਿੱਤਰ ਕਰਦਾ ਜਾਵੇ ਪਾਣੀ। ਦੇਖਦੇ ਨਾ ਛਿੱਟਾ ਲਾ ਕੇ ਅੱਗੇ ਪਿੱਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਆਉਂਦੇ, ਹਰ ਗ੍ਰੰਥ ਨੂੰ ਅੱਗੇ ਅੱਗੇ ਛਿੱਟਾ ਲਾ ਕੇ ਰਸਤਾ ਪਵਿੱਤਰ ਕਰਦਾ ਜਾਵੇ ਪਾਣੀ। ਇਸ ਦੁਨੀਆਂ ਤੇ ਜਿੰਨੇ ਵੀ ਬਣੇ ਪਦਾਰਥ ਸਭ ਨੂੰ ਬਣਾਵੇ ਤੇ ਪਕਾਵੇ ਪਾਣੀ। ਇੱਥੋਂ ਤੱਕ ਗੱਲ ਨਹੀਂ ਮੁੱਕਦੀ ਵੇ ਸਰਵਾ, ਸ਼ਗਨਾਂ ਦੇ ਨਾਲ ਕਾਰਜ ਕੀਤੇ ਮਹਿੰਦੀ ਨੂੰ ਮਹਿੰਦੀ ਦਾ ਰੂਪ ਦੇ ਜਾਵੇ ਪਾਣੀ। ਸਾਖ ਸੰਬੰਧੇ ਇਕੱਠੀ ਹੋਏ ਉਸ ਮਹਿੰਦੀ ਨੂੰ ਆਪ ਧਵਾਵੇ ਪਾਣੀ। ਇੱਥੋਂ ਤੱਕ ਵੀ ਗੱਲ ਨਹੀਂ ਮੁੱਕਦੀ ਵੇ ਸੱਜਣਾ, ਸਿਰ ਤੋਂ ਵਾਰ ਕੇ ਮਾਂ ਪੀ ਜਾਵੇ ਪਾਣੀ। ਅਜੇ ਸਫ਼ਰ ਮੁੱਕਿਆ ਨਹੀਂ ਪਾਣੀ ਦਾ, ਸਿਰ ਤੋਂ ਵਾਰ ਕੇ ਮਾਂ ਪੀ ਜਾਵੇ ਪਾਣੀ। ਉਹ ਬੰਦਾ ਤੁਰਨ ਲੱਗਦਾ ਜਦੋਂ ਜਹਾਨ ਵਿੱਚੋਂ, ਹਰ ਕੋਈ ਮੂੰਹ ਦੇ ਵਿੱਚ ਆ ਕੇ ਪਾਵੇ ਪਾਣੀ ਹੀ ਪਾਵੇ ਪਾਣੀ ਹੀ ਪਾਵੇ ਪਾਣੀ ਹੀ। ਚਮਚਿਆਂ ਨਾਲ ਪਾਣੀ ਪਾਉਂਦੇ ਨਾ, ਚੁੜੀ ਬੋਲਦੇ ਜਦੋਂ, ਹਰ ਕੋਈ ਮੂੰਹ ਦੇ ਵਿੱਚ ਆ ਕੇ ਪਾਵੇ ਪਾਣੀ। ਬੰਦਾ ਮਰ ਜਾਵੇ, ਰਹਿ ਗਈ ਮਿੱਟੀ, ਉਸ ਮਿੱਟੀ ਨੂੰ ਆਪ ਨਵਾਵੇ ਪਾਣੀ। ਇੱਥੋਂ ਤੱਕ ਵੀ ਗੱਲ ਨਹੀਂ ਮੁੱਕਦੀ ਵੇ ਕਾਸ਼ੀਆ, ਨਾਲ ਕਬਰਾਂ ਤੱਕ ਬੰਦੇ ਦੇ ਜਾਵੇ ਪਾਣੀ, ਜਾਵੇ ਪਾਣੀ। ਘੜਾ ਭਰ ਕੇ ਨਾਲ ਲੈ ਕੇ ਜਾਂਦੇ, ਪਾਣੀ ਤੁਹਾਡਾ ਖੇੜਾ ਨਹੀਂ ਛੱਡਦਾ।
ਨਾਲ ਕਬਰਾਂ ਤੱਕ ਬੰਦੇ ਦੇ ਜਾਵੇ ਪਾਣੀ, ਤਿੰਨ ਦਿਨ ਬਾਅਦ ਗਏ ਹੱਡੀਆਂ ਨੂੰ ਚੁਗਣ ਲਈ, ਹੱਡੀਆਂ ਨੂੰ ਵੀ ਠੰਡਾ ਕਰ ਜਾਵੇ ਪਾਣੀ, ਸੱਤ ਘੜੇ ਭਰ ਕੇ ਉੱਪਰ ਡੋਲਦੇ, ਜਿਹੜੇ ਨਾਲ ਕਦੇ ਗਏ ਹੁਣ ਸ਼ਮਸ਼ਾਨ ਘਾਟ ਪਤਾ ਹੋਊਗਾ, ਜਦੋਂ ਉਹਦੇ ਫੁੱਲ ਚੁਗਣ ਜਾਂਦੇ ਆ ਉਹਦੇ ਉੱਪਰ ਪਾਣੀ ਪਾਉਂਦੇ, ਹੱਡੀਆਂ ਨੂੰ ਠੰਡਾ ਕਰ ਜਾਵੇ ਪਾਣੀ, ਹੱਡੀਆਂ ਨੂੰ ਧੋ ਕੇ ਲੱਸੀ ਦੇ ਵਿੱਚ ਟੰਗ ਕਿੱਲੀ ਦਿੱਤਾ, ਹੱਡੀਆਂ ਨੂੰ ਫੁੱਲਾਂ ਦਾ ਰੂਪ ਦੇ ਜਾਵੇ ਪਾਣੀ, ਅਜੇ ਵੀ ਖੇੜਾ ਨਹੀਂ ਛੁੱਟਿਆ ਵੇ ਬੰਦਿਆਂ, ਨਾਲ ਬਹਿ ਕੇ ਪਾਣੀ ਸੁਣਾਵੇ ਬਾਣੀ। ਤੁਹਾਨੂੰ ਪਤਾ ਹੈ ਜਦੋਂ ਬਾਣੀ ਦਾ ਪ੍ਰਕਾਸ਼ ਕਰਦੇ ਕਿਸੇ ਵੀ, ਚਾਹੇ ਗੜ ਪੁਰਾਣ ਹੋਵੇ ਚਾਹੇ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਹੋਵੇ, ਇੱਕ ਘੜਾ ਭਰ ਕੇ ਨਾਲ ਧਰਿਆ ਹੁੰਦਾ ਰੇਤ ਲਾ ਕੇ ਥੱਲੇ, ਤੁਸੀਂ ਦੇਖਿਆ ਹੋਵੇ ਸਾਰਿਆਂ ਨੇ, ਉਹ ਪਾਣੀ ਅਜੇ ਵੀ ਉਹਦਾ ਗਵਾਹ ਕੋਲ ਬੈਠਿਆ, ਕਹਿੰਦੇ ਮੈਂ ਜਾਣਾ ਇਹਨੂੰ ਨਾਲ ਲੈ ਕੇ, ਮੈਂ ਇਹਦੇ ਨਾਲ ਆਇਆ ਨਾਲ ਹੀ ਜਾਣਾ, ਆਪ ਕੋਲ ਬਹਿ ਕੇ ਸੁਣਾਵੇ ਬਾਣੀ, ਸੁਣਾਵੇ ਬਾਣੀ, ਇੱਥੇ ਵੀ ਖੇੜਾ ਨਹੀਂ ਛੁੱਟਿਆ ਵੇ ਸਜਣਾ। ਉਹ 12 ਦਿਨ ਬਾਅਦ ਲੈ ਗਏ ਹਰਿਦੁਆਰ ਤੈਨੂੰ, ਤੇ ਨਾਲ ਹੱਡੀਆਂ ਨੂੰ ਰੋੜ ਕੇ ਲੈ ਜਾਵੇ ਪਾਣੀ, ਹੱਡੀਆਂ ਨੂੰ ਰੋੜ ਕੇ ਲੈ ਜਾਵੇ ਪਾਣੀ। ਅੱਛਾ ਇੱਕ ਗੱਲ ਹੋਰ ਸੁਣ ਲਿਓ, ਅੱਛਾ ਇੱਕ ਗੱਲ ਹੋਰ, ਰੱਬ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ ਇਹ ਜ਼ਿੰਦਗੀ 'ਚ ਯਾਦ ਰੱਖਿਓ। ਆ ਸੋਸ਼ਲ ਮੀਡੀਆ ਸਾਹਮਣੇ ਕਿਉਂ, ਇਨਸਾਨ ਆਪਣੀ ਤਰਾਜੂ 'ਚ ਆਪਣੀ ਤਕੜੀ 'ਚ ਬੇਈਮਾਨੀ ਕਰ ਸਕਦਾ ਰੱਬ ਨਹੀਂ। ਕਿੱਦਾਂ? ਰੱਬ ਇਨਸਾਨ ਨੂੰ 2 ਤੋਂ 2.5 ਕਿਲੋ ਦਾ ਧਰਤੀ 'ਤੇ ਭੇਜਦਾ ਹੈ, ਅਤੇ 2 ਤੋਂ 2.5 ਕਿਲੋ ਦਾ ਲੈ ਕੇ ਜਾਂਦਾ, ਉਹ ਵੱਧ ਨਹੀਂ ਲੈ ਕੇ ਜਾਂਦਾ, ਉਹ ਬੇਈਮਾਨੀ ਨਹੀਂ ਕਰਦਾ ਕਿਸੇ ਨੂੰ। ਆਹ ਤਾਂ ਮਿੱਟੀ ਉਹਨੇ ਇੱਥੇ ਹੀ ਛੱਡਦੀ, ਉਹ ਜਿਹੜਾ ਉਹਨੇ 2.5 ਕਿਲੋ ਭੇਜਿਆ ਸੀ ਉਹਨੇ 2.5 ਕਿਲੋ ਲੈ ਕੇ ਜਾਣਾ, ਉਹ ਕਹਿੰਦਾ ਮੈਨੂੰ ਵੱਧ ਨਹੀਂ ਚਾਹੀਦਾ, ਜੋ ਮੈਂ ਦਿੱਤਾ ਮੈਨੂੰ ਉਹੀ ਚਾਹੀਦਾ। ਇਹ ਤਾਂ ਪਾਪ ਅਸੀਂ ਆਪ ਕਮਾਇਆ ਬਾਬਾ ਜੀ, ਇਹ ਤਾਂ ਪਾਪ ਅਸੀਂ ਆਪ ਕਮਾਇਆ। ਕਦੇ ਕਿਸੇ ਰਕਸ਼ੇ ਵਾਲੇ ਨੂੰ ਧੁੱਪ ਦੇ ਵਿੱਚ ਬਜ਼ੁਰਗ ਨੂੰ ਪਾਣੀ ਪਿਆਓ, ਜਦੋਂ ਕਹੂਗਾ ਨਾ ਜਾ ਤੇਰਾ ਰੱਬ ਭਲਾ ਕਰੇ। ਸ਼ੇਰੀ ਵਾਲੇ ਸਾਈ ਮਹਾਰਾਜ ਨੇ ਪੂਰੀ ਜ਼ਿੰਦਗੀ ਪਿੰਡਾਂ 'ਚ ਘੁੰਮ ਕੇ ਕੱਢਤੀ ਸੀ ਨਾ, ਆਪਾਂ ਦੇਖਦੇ ਹਾਂ ਸਾਰੇ ਸੁਣਦੇ ਹਾਂ, ਅੱਜ ਉਹਦੇ ਦਰਬਾਰ ਦੇ ਵਿੱਚ ਪੈਸੇ ਗਿਣਦੇ ਗਿਣਦੇ ਥੁੱਕ ਮੁੱਕ ਜਾਂਦਾ। ਉਹ ਸ਼ਿਰੜੀ ਵਾਲਾ ਮਹਾਰਾਜ ਆਪ ਕਹਿ ਰਿਹਾ, ਕਹਿੰਦੇ ਜਿਉਂਦੇ ਜੀ ਕਦਰ ਕਰੋ, ਮਰਿਆਂ ਤੋਂ ਬਾਅਦ ਮੇਲੇ ਲਾਉਣ ਦੀ ਲੋੜ ਨਹੀਂ, ਜਿਉਂਦੇ ਜੀ ਕਦਰ ਕਰੋ। ਸਭ ਨੇ ਤੁਰ ਜਾਣਾ ਇੱਥੋਂ, ਕੋਈ ਵਕਤ ਆਊਗਾ ਅੱਜ ਰਾਤ ਨੂੰ, ਹੁਣ ਘਰੇ ਜਾਓਗੇ ਨਾ ਇੱਕ ਗਲਾਸ ਪਾਣੀ ਦਾ ਆਪਣੇ ਗੁਰੂ ਪੀਰ ਦਾ, ਕਿਸੇ ਨੂੰ ਵੀ ਮੰਨਦੇ ਹੋ ਕਿਸੇ ਵੀ ਰੂਪ 'ਚ, ਉਹਦਾ ਨਾਂ ਲੈ ਕੇ ਪੀ ਕੇ, ਅਤੇ 2 ਮਿੰਟ ਜ਼ਰੂਰ ਸੋਚਿਓ ਅੱਖਾਂ ਬੰਦ ਕਰਕੇ ਕਿ ਇੱਕ ਦਿਨ ਐਸਾ ਵਕਤ ਆਊਗਾ ਇਹ ਗੱਡੀਆਂ ਕਾਰਾਂ ਇਹ ਗਲੀਆਂ ਇਹ ਇੱਦਾਂ ਹੀ ਹੋਣਗੀਆਂ, ਪਰ ਸਾਡੇ 'ਚੋਂ ਕੋਈ ਨਹੀਂ ਹੋਊਗਾ, ਇੱਥੇ ਨਵੀਂ ਕੋਈ ਪੌਂਦ ਬੈਠੀ ਬੈਠੀ ਹੋਊਗੀ, ਨਵੇਂ ਲੋਕ ਬੈਠੇ ਹੋਣਗੇ, ਅਸੀਂ ਨਹੀਂ ਹੋਵਾਂਗੇ। ਕੀ ਪਤਾ ਸਾਨੂੰ ਲੋਕ ਯਾਦ ਵੀ ਕਰਨਗੇ ਕਿ ਨਹੀਂ ਕਰਨਗੇ। ਜ਼ਿੰਦਗੀ 'ਚ ਐਸਾ ਕੰਮ ਕਰ ਜਾਓ ਲੋਕ ਤੁਹਾਨੂੰ ਯਾਦ ਕਰਨ, ਜਿਹਨਾਂ ਗੁਰੂਆਂ ਪੀਰਾਂ ਨੇ ਦੁਨੀਆਂ ਲਈ ਸ਼ਹਾਦਤਾਂ ਦਿੱਤੀਆਂ ਨੇ ਲੋਕ ਅੱਜ ਵੀ ਯਾਦ ਕਰਦੇ। ਇਹਨੂੰ ਕਿਉਂ ਯਾਦ ਕਰ ਰਹੇ ਹੋ? ਤੁਹਾਡੇ 'ਚੋਂ ਕਿਸੇ ਨੇ ਦੇਖਿਆ ਨਹੀਂ ਹੋਊਗਾ, ਪਰ ਅੱਜ ਫਿਰ ਵੀ ਇਹਦਾ ਨਾਮ ਵਾਰ ਵਾਰ ਮਾਂ 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 ਕਹਿ ਰਹੇ, ਕਿਉਂ? ਕਿਉਂਕਿ ਰੱਬ ਦੀ ਭਗਤੀ, ਉਸ ਪਰਮਾਤਮਾ ਦੀ ਭਗਤੀ ਕਰਕੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ। ਜੇ ਆਪਣਾ ਨਾਂ ਬਣਾ ਗਏ ਤੇ ਇਹਨਾਂ ਨੂੰ ਮੰਨ ਮੰਨ ਕੇ ਅਸੀਂ ਰੱਬ ਦੀ ਨਜ਼ਰ 'ਚ ਨਹੀਂ ਇਹਨਾਂ ਦੀ ਨਜ਼ਰ 'ਤੇ ਚੜ ਜਾਈਏ। ਅੱਜ ਤੋਂ ਮੇਰੀ ਹੱਥ ਜੋੜ ਕੇ ਬੇਨਤੀ, ਮੈਂ ਗਵਈਆ ਨਹੀਂ ਹੈਗਾ, ਮੈਂ ਪਹਿਲੇ ਕਹਿ ਦਿਆਂ ਗਾਉਣਾ ਨਹੀਂ ਆਉਂਦਾ ਮੈਨੂੰ, ਮੈਨੂੰ ਇਲ ਤੋਂ ਕੁੱਕੜ ਨਹੀਂ ਪਤਾ ਗਾਉਣ ਦਾ, ਪਰ ਮੈਂ ਇੱਕ ਗੱਲ ਕਹਿੰਦਾ ਕਿ ਇਨਸਾਨ ਇਨਸਾਨ ਦੀ ਕਦਰ ਕਰੇ, ਇਨਸਾਨੀਅਤ ਹੈ।
ਮੇਰੇ ਕੋਲੋਂ, ਇਹਨਾਂ ਮੇਰੇ ਸਾਜੀਆਂ ਕੋਲੋਂ, ਇੱਥੇ ਆਏ ਨਾਲ ਮੇਰੇ ਸੰਗੀਤ ਸਾਥੀਆਂ ਕੋਲੋਂ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ, ਤੁਹਾਡੇ ਚਰਨਾਂ 'ਚ ਸਿਰ ਝੁਕਾ ਕੇ ਅਰਦਾਸ ਮਾਫੀ ਮੰਗਦਾ, ਮਾਫੀ ਮੰਗਦਾ, ਬਾਬਾ ਜੀ ਮਾਫ ਕਰਿਓ, ਕੋਈ ਕਿਸੇ ਨੂੰ ਗਾਉਣ 'ਚ, ਕਿਸੇ ਨੂੰ ਬੋਲਣ 'ਚ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ, ਨੌਕਰ ਆ ਤੁਹਾਡਾ, ਨੌਕਰ ਨੂੰ ਤਾਂ ਬੰਦਾ ਮਾਫ ਕਰ ਹੀ ਦਿੰਦਾ, ਆਓ ਗੱਜ ਕੇ ਚਕਾਰਾ ਬੁਲਾਈਏ, ਬੋਲੀਏ ਸੱਚ ਦਰਬਾਰ ਕੀ, ਬੋਲੀਏ ਸੱਚ ਦਰਬਾਰ ਕੀ, ਦਰਬਾਰ ਕੀ ਜੈ, ਜੈਕਾਰਾ ਮਾਂ ਸ਼ੇਰਾਂ ਵਾਲੀ ਦਾ, ਬੋਲੀਏ ਸੱਚ ਦਰਬਾਰ ਕੀ, ਸੱਚ ਦਰਬਾਰ ਕੀ, ਜੈਕਾਰਾ ਉੱਚੀਆਂ ਜੋਤਾਂ ਵਾਲੀ ਦਾ, ਬੋਲੀਏ ਸੱਚ ਦਰਬਾਰ ਕੀ, ਸੱਚ ਦਰਬਾਰ ਕੀ, ਜੈਕਾਰਾ ਆਪਣੇ ਆਪਣੇ ਮਾਤ ਪਿਤਾ, ਬੋਲੀਏ ਸੱਚ ਦਰਬਾਰ ਕੀ, ਜੈਕਾਰਾ ਨਗਰ ਖੇੜ ਦਾ, ਬੋਲੀਏ ਸੱਚ ਦਰਬਾਰ ਕੀ, ਸੱਚ ਦਰਬਾਰ ਕੀ।